ਸਵਾਗਤ ਹੈ ਜੀ ਕੁਰੀਫੇ ਤੁਹਾਡਾ ਜਸ ਪੰਜਾਬੀ ਦੇ ਸ਼ੋਅ ਫਾਇਰ ਲਾਈਨ ਦੇ ਵਿੱਚ ਔਰ ਸਭ ਤੋਂ ਪਹਿਲਾਂ ਬਲਤੇਜਪਨ ਦੀ ਸਤਿ ਸ਼੍ਰੀ ਅਕਾਲ। ਪਰ ਹੁਣ ਹੋਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਜੋ ਕੁਝ ਆਲੇ-ਦੁਆਲੇ ਤੇ ਸਾਡੇ ਵਾਪਰ ਰਿਹਾ ਔਰ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਸਦਾ ਦਿੰਦੇ ਉਸ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ। ਪਲ-ਪਲ ਦੇ ਵਿੱਚ ਜਿਹੜਾ ਇਹ ਬਹੁਤ ਕੁਝ ਬਦਲ ਰਿਹਾ ਹੈ ਮੁਲਕ ਦੇ ਵਿੱਚ। ਮੁਲਕ ਇਸ ਵੇਲੇ ਇਲੈਕਸ਼ਨ ਮੂਡ ਦੇ ਵਿੱਚ ਜਿਹੜਾ ਆ ਗਿਆ ਤੁਸੀਂ ਕਹਿ ਸਕਦੇ ਹੋ ਉਹਨੂੰ ਲੈ ਕੇ ਸਾਰੀ ਬਿਆਨਬਾਜ਼ੀ ਜਿੰਨੀ ਹੈ ਜੀ ਉਹ ਖੋਰੀ ਇਹ ਕਿੰਨੀਆਂ ਕਿਹਦੀਆਂ ਵੋਟਾਂ ਕਟਣਗੀਆਂ ਕਿੰਨੀਆਂ ਕਿਹਦੀਆਂ ਵੋਟਾਂ ਵਧਣਗੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜੋੜ ਤੋੜ ਕਈ ਕੁਝ ਜਿਹੜਾ ਦੀ ਉਹ ਚੱਲ ਰਿਹਾ ਤੇ ਬਿਨਾ ਕਿਸੇ ਸ਼ੱਕ ਦੇ ਜਿੰਨੇ ਇਹ ਉਸਲਵਟੇ ਪੂਰੇ ਮੁਲਕ ਦੇ ਵਿੱਚ ਹੋ ਰਿਹਾ ਉਦੋਂ ਕਿਤੇ ਜ਼ਿਆਦਾ ਪੰਜਾਬ ਦੇ ਵਿੱਚ ਜਿਹੜਾ ਦੀ ਇਸ ਵੇਲੇ ਸਿਆਸਤ ਦੇ ਵਿੱਚ ਬੜਾ ਕੁਝ ਨਵਾਂ ਪੁਰਾਣਾ ਜਾਂ ਜੋ ਕੁਝ ਵੀ ਹੈ ਉਹ ਉਭਰਨ ਦੇ ਕੋਸ਼ਿਸ਼ ਹੋ ਰਹੀ ਹੈ ਜਾਂ ਫਿਰ ਥੱਲੇ ਜਿਹੜਾ ਦੀ ਉਹ ਹੋਣ ਦੀ ਕੋਸ਼ਿਸ਼ ਹੋ ਰਹੀ ਹੈ ਬਿਨਾਂ ਕਿਸੇ ਸ਼ੱਕ ਦੇ ਅਕਾਲੀ ਦਲ ਦੀ ਇਸ ਵੇਲੇ ਸਿਚੁਏਸ਼ਨ ਜਿਹੜੀ ਹੈ ਦੀ ਉਹ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਦੀ ਚੱਲ ਰਹੀ ਹੈ ਅਕਾਲੀ ਭਾਜਪਾ ਗੱਠਜੋੜ ਜਿਹੜਾ ਉਹ ਕਿਸ ਤਰ੍ਹਾਂ ਵਰਕ ਕਰੂਗਾ ਭਾਜਪਾ ਜੀ ਦੀ ਕੇਂਦਰ ਦੇ ਵਿੱਚ ਮੈਜੋਰਟੀ ਨਹੀਂ ਸੁਪਰ ਮੈਜੋਰਟੀ ਦੇ ਵਿੱਚ ਸਰਕਾਰ ਆਈ ਕਿੰਨੀ ਸਕਸੈਸ ਹੋਈ ਲੋਕ ਅੱਗੋਂ ਜਿਹੜਾ ਦੀ ਉਹ ਕੀ ਕਰਨਗੇ ਇਹ ਸਾਰੀਆਂ ਗੱਲਾਂ ਬਾਤਾਂ ਦੇਤੇ ਗੱਲਬਾਤ ਕਰਨ ਦੇ ਵਾਸਤੇ ਅੱਜ ਸਰ ਨਾਲ ਫਾਇਰਲਾਈਨ ਦੇ ਵਿੱਚ ਮੌਜੂਦ ਰਹਿਣਗੇ ਡਾਕਟਰ ਸੁਬਾਸ਼ ਸ਼ਰਮਾ ਜੀ ਜਿਹੜੇ ਕਿ ਸੈਕਟਰੀ ਨੇ ਪੰਜਾਬ ਪ੍ਰਦੇਸ਼ ਭਾਜਪਾ ਦੇ ਜੀ ਆਨ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਥੈਂਕ ਯੂ ਬਨੂ ਜੀ ਡਾਕਟਰ ਸਾਹਿਬ ਪਹਿਲਾਂ ਤਾਂ ਮੈਂ ਥੋੜਾ ਜਿਹਾ ਤੁਹਾਡੇ ਤੋਂ ਬਰੀਫਲੀ ਜਾਣਨਾ ਚਾਹਣਾ ਕਿ ਤੁਹਾਡੀ ਕਿਉਂਕਿ ਡਾਕਟਰ ਲੱਗਿਆ ਹੋਇਆ ਤੁਸੀਂ ਮੈਡੀਕਲ ਲਾਈਨ ਦੇ ਹੋ ਨਹੀਂ ਮੈਂ ਇਕਨੋਮਿਕਸ ਪੀਐਸਡੀ ਕੀਤੀ ਹੈ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਓਕੇ ਔਰ ਉਸ ਤੋਂ ਬਾਅਦ ਮੈਂ 5 ਸਾਲ ਇਕਨੋਮਿਕਸ ਪੜਾਈ ਹੈ ਡੀਏਵੀ ਕਾਲਜ ਅੰਮ੍ਰਿਤਸਰ ਹਮ उस तो बाद फिर एक रिसर्च इंस्टीट्यूट में अपना इस्टैबलिश किया सेंटर फॉर इकोनॉमिक पॉलिसी रिसर्च के नाम से उसका मैं डायरैक्ट हैं और इस पंजाब यूनिवर्सिटी की सैनेट और सिडीकेट का भी मैंबर है और इसके अलावा केंद्र सरकार ने मिन्नू, सरकार की मिनी रतन कंपनी है हिंदुस्तान कॉपर लिमिटेड वो इंडिपेंडेंट डायरैक्टर के ना तो भी मैं हूँ काम पिछले तीन चार महीने तो मिले है तो वो भी मैं नाल देख रहा ਬੀਜੇਪੀ ਚ ਕਿਵੇਂ ਆ ਗਏ ਸੰਗ ਦੇ ਵਿੱਚ ਸੀ ਤਾਂ ਬੀਜੇਪੀ ਜਾ ਗਏ ਨਾ ਹਾਂ ਮੈਂ ਜਦੋਂ ਕਾਲਜ ਪੜ੍ਹਦਾ ਸੀ ਜੀ ਉਦੋਂ ਸਾਡੀ ਸੰਗ ਦੇ ਨਾਲ ਸੰਬੰਧੀ ਤੀ ਸਟੂਡੈਂਟ ਆਰਗੇਨਾਈਜੇਸ਼ਨ ਐ ਅਖਿਲ ਭਾਰਤੀਆ ਵਿਦਿਆਰਥੀ ਪਰਿਸ਼ਦ ਜਿਹਨੂੰ ਸੀ ਐਬੀਵੀਪੀ ਕਹਿੰਦੇ ਆ ਮੈਂ ਐਬੀਪੀ ਨਾਲ ਜੁੜਿਆ ਉਸ ਤੋਂ ਬਾਅਦ ਐਬੀਪੀ ਨਾਲ ਜੁੜ ਕੇ ਮੈਂ ਬਹੁਤ ਲੰਬੇ ਸਮੇਂ ਲਗਭਗ 14 ਸਾਲ ਮੈਂ ਸਟੂਡੈਂਟ ਐਕਟਿਵਿਜ਼ਮ ਚ ਕੰਮ ਕੀਤਾ ਹੈ ਔਰ ਉਸ ਸਮੇਂ ਮੈਂ ਪੰਜਾਬ ਦਾ ਸਕੱਤਰ ਰਿਆ ਪੰਜਾਬ ਦਾ ਆਰਗੇਨਾਈਜ਼ਿੰਗ ਸਕੱਤਰ ਰਿਆ ਨੈਸ਼ਨਲ ਸਕੱਤਰ ਰਿਆ ਐਬੀਵੀਪੀ ਦਾ ਔਰ ਸਭਾਵਿਕਾ ਜਦੋਂ ਫਿਰ ਵਾਪਸ ਆਇਆ ਆਵੀਪੀ ਤੋਂ ਆਪਣੀ ਵਿਦਿਆਰਥੀ ਲਾਈਫ ਛੱਡ ਕੇ profession life ਚ ਆਇਆ ਤੇ ਫਿਰ ਭਾਰਤੀ ਜਨਤਾ ਪਾਰਟੀ ਚ ਆਇਆ। ਡਾਕਟਰ ਬਈ ਕਿ ਸੰਗ ਦਾ ਮੈਂਬਰ ਹੋਣਾ ਜ਼ਰੂਰੀ ਹੈ ਬੀਜੇਪੀ ਚ ਆਉਣਾ। ਨਹੀਂ ਨਹੀਂ ਤਕਰੀਬਨ ਜਿਹਨੂੰ ਪੁੱਛੋ ਉਹ ਪਹਿਲਾਂ ਆਇਆ ਸੰਗ ਚ। ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ। ਹਾਂ। ਸੰਗ ਜਿਹੜਾ ਹੈ ਇੱਕ ਕਲਚਰਲ ਆਰਗੇਨਾਈਜੇਸ਼ਨ ਹੈ। ਔਰ 1925 ਤੋਂ ਚੱਲ ਰਿਹਾ ਹੈ। ਔਰ ਸੰਗ ਦਾ ਪੋਲਿਟਿਕਸਨਲ ਕੋਈ ਲੈਣਾ ਦੇਣਾ ਨਹੀਂ ਹੈ। ਸੰਗ ਦਾ ਇੱਕ ਹੀ ਕੰਮ ਹੈ ਮੈਨ ਮੇਕਿੰਗ। ਅੱچھے ਕਿਰਦਾਰ ਦੇ ਵਿਅਕਤੀਆਂ ਨੂੰ ਖੜਾ ਕਰਨਾ ਉਹਦੇ ਲਈ ਸੰਗ ਕੰਮ ਕਰਦਾ ਹੈ। ਲੇਕਿਨ ਸੰਗ ਦਾ ਆਪਣ ਹਮ ਭਾਰਤੀਤਾ 'ਚ ਵਿਸ਼ਵਾਸ ਕਰਦਾ ਹੈ ਭਾਰਤ ਦੇ ਜਿਹੜੇ ਜੀਵਨ ਮੁੱਲ ਨੇ ਭਾਰਤ ਦੇ ਜਿਹੜਾ ਸੱਭਿਆਚਾਰ ਹੈ ਉਹਦੇ 'ਚ ਵਿਸ਼ਵਾਸ ਰੱਖਦਾ ਹੈ ਔਰ ਉਹਨਾਂ ਜੀਵਨ ਮੁੱਲਿਆਂ ਨੂੰ ਲੈ ਕੇ ਹੀ ਜਦੋਂ ਪੋਲਿਟਿਕਸ 'ਚ ਜਨ ਸੰਘ ਬਣੀ 1952 'ਚ ਤੇ ਉਹਨੇ ਕਾਫੀ ਸਾਰੇ ਉਹੀ ਵੈਲਿਊਜ਼ ਜਿਨ੍ਹਾਂ ਨੂੰ ਸੰਘ ਆ ਰੋੜਤਾ ਕਰਦਾ ਉਹਨਾਂ ਵੈਲਿਊਜ਼ ਨੂੰ ਲੈ ਕੇ ਕੰਮ ਸ਼ੁਰੂ ਕੀਤਾ। ਤਾਂ ਸੁਭਾਵਿਕ ਸੀ ਕਿ ਜਦੋਂ ਤੁਹਾਡੇ ਵਿਚਾਰਾਂ ਨਾਲ ਮਿਲਦੀ ਕੋਈ ਪੋਲੀਟੀਕਲ ਪਾਰਟੀ ਬਣਦੀ ਹੈ ਤੇ ਫਿਰ ਬਹੁਤ ਸਾਰੇ ਲੋਕ ਜਿਹੜੇ ਪੋਲੀਟਿਕਸ ਜਾਣਦੇ ਇਛੁਕ ਹੁੰਦੇ ਆ ਰਾਜਨੀਤਿਕ ਰੂਪ ਨਾਲ ਸਿਆਸੀ ਰੂਪ ਨਾਲ ਸਕਰੀਅ ਹੋਣਾ ਚਾਹੁੰਦੇ ਆ ਉਹ ਫਿਰ ਉਸੇ ਪਾਰਟੀ ਵੱਲ ਦੇਖਦੇ ਆ। ਫਿਰ ਉਹ ਹੀ ਜਨ ਸੰਗ ਭਾਰਤੀ ਜਨਤਾ ਪਾਰਟੀ ਬਣ ਗਿਆ। ਉਹ ਹੀ ਜਨ ਸੰਗ ਫਿਰ ਜਦੋਂ ਇਮਰਜੈਂਸੀ ਦੇ ਖਿਲਾਫ ਅੰਦੋਲਨ ਹੋਇਆ ਤੇ ਪਹਿਲਾਂ ਜਨਤਾ ਪਾਰਟੀ ਚ ਮਰਜ ਹੋਇਆ ਔਰ ਜਦੋਂ ਫਿਰ ਜਨਤਾ ਪਾਰਟੀ ਚ ਇਸ਼ੂਜ਼ ਇਮਰਜ ਹੋਏ ਤੇ ਫਿਰ ਭਾਰਤੀ ਜਨਤਾ ਪਾਰਟੀ ਦੇ ਰੂਪ ਚ 1980 ਚ ਨਵੀਂ ਪਾਰਟੀ ਦੇ ਰੂਪ ਚ ਉਸ ਲੋਕਾਂ ਦੇ ਸਾਹਮਣੇ ਆਇਆ ਪਰ ਆਹ ਕਹਤਾ ਰੱਖ ਸਾਹਿਬ ਇਹੀ ਜਾਂਦਾ ਕਿ ਜਿਹੜਾ ਸੰਘ ਹੈ ਜਿਹੜਾ ਆਰਐਸਐਸ ਹੈ ਉਹੀ ਕੰਟਰੋਲ ਕਰਦੀ ਹੈ ਉਹਦੇ ਤੋਂ ਬਿਨਾ ਤਾਂ ਪਤਾ ਨਹੀਂ ਲੱਗਦਾ ਪਾਰਟੀ ਜਾਂਦਾ ਪੰਛੀ ਐਸਾ ਇਹ ਸਿਰਫ ਇੱਕ ਮਿਥ ਹੈ ਸੰਘ ਕਦੀ ਕਿਸੇ ਨੂੰ ਕੰਟਰੋਲ ਨਹੀਂ ਕਰਦਾ ਮੈਂ ਦੇਖੋ ਸੰਘ ਦਾ ਬਹੁਤ ਲੰਬੇ ਸਮੇਂ ਤੋਂ ਸੇਵਕ ਹੈ ਕਾਰਕਟਰ ਹੈ ਮੈਂ ਅੱਜ ਭਾਰਤੀ ਜਨਤਾ ਪਾਰਟੀ ਦਾ ਪ੍ਰਦੇਸ਼ ਦਾ ਸਖਤਰ ਵੀ ਹਾਂ ਮੈਨੂੰ ਅੱਜ ਤੱਕ ਸੰਘ ਨੇ ਕਦੀ ਕੋਈ ਇਸ ਪ੍ਰਕਾਰ ਦਾ ਦਿਸ਼ਾ ਨਿਰਦੇਸ਼ ਨਹੀਂ ਦਿੱਤਾ ਕਿ ਵੀ ਪਾਰਟੀ ਕਿਵੇਂ ਚੱਲਣੀ ਚਾਹੀਦੀ ਹੈ ਪਾਰਟੀ ਨੂੰ ਕਿਵੇਂ ਚਲਾਣਾ ਹੈ ਉਰ ਮੈਂ ਸਮਝਦਾ ਕਿ ਸੰਘ ਕੰਟਰੋਲ ਕਰਨ ਦੀ ਉਹਨੂੰ ਜ਼ਰੂਰਤ ਵੀ ਨਹੀਂ ਹੈ ਸੰਘ ਆਪਣੇ ਕੰਮ 'ਚ ਲੱਗਿਆ ਹੋਇਆ ਹੈ ਸੰਘ ਦਾ ਕੰਮ ਹੈ ਅੱਛੇ ਲੋਕਾਂ ਨੂੰ ਖੜਾ ਕਰਨਾ ਤਿਆਰ ਕਰਨਾ ਅੱਛੇ ਨਾਗਰਿਕ ਤਿਆਰ ਕਰਨਾ ਔਰ ਸਮਾਜ ਚ ਜਾਣਾ ਜਿਹਦਾ ਜਿਸ ਪ੍ਰਕਾਰ ਦੀ ਰੁਚੀ ਹੈ ਮੈਂ ਰਾਜਨੀਤੀ 'ਚ ਆਤੇ ਮੈਂ ਸਿਆਸਤ 'ਚ ਆ ਗਿਆ ਮੇਰੇ ਦੇ ਅੰਦਰ ਸੰਘ ਦੇ ਸੰਸਕਾਰ ਹਨ ਇਸ ਲਈ ਮੈਂ ਪਾਰਟੀ 'ਚ ਵੀ ਜੋ ਕੰਮ ਕਰਾਂਗਾ ਜੋ ਸੰਸਕਾਰ ਮਤ ਉਸੇ ਕਿਉ ਦੇ ਹਿਸਾਬ ਨਾਲ ਕਰਾਂਗਾ ਇਸ ਲਈ ਸੰਘ ਕੋਈ ਭਾਜਪਾ ਨੂੰ ਕੰਟਰੋਲ ਕਰਦਾ ਹੈ ਭਾਜਪਾ ਦਾ ਰਿਮੋਟ ਕੰਟਰੋਲ ਸੰਘ ਕੋਲੇ ਆ ਨਾਗਪੁਰ ਕੋਲੇ ਸਭ ਮਿੱਥਨੇ ਸਭ ਜਿਹਨੂੰ ਕਹ ਲੋ ਕਿ ਕਿਆਸਰਾਇਆਂ ਨੇ ਉਹਨਾਂ ਲੋਕਾਂ ਵੱਲੋਂ ਹਰਪੁਰ ਦਾ ਤਾਂ ਮੈਂ ਨਾ ਹੀ ਲਿਆ ਜੀ ਚਲੋ ਜੋਤੀ ਸੰਗ ਕਹਿੰਦੇ ਹੋ ਤੁਸੀਂ ਨਹੀਂ ਬਾਕੀ ਲੋਕ ਜਨਰਲੀ ਕਹਿੰਦੇ ਆ ਮੈਂ ਜਾਨਾ ਬਹੁਤ ਸਾਰੀਆਂ ਟੀਵੀ ਡਿਬੇਟਸ ਵੀ ਤੁਸੀਂ ਸੁਣਿਆ ਵੀ ਹੋਏਗਾ ਜਿੱਥੇ ਇਹ ਨਹੀਂ ਕਹਿੰਦੇ ਵੀ ਭਾਜਪਾ ਦਾ ਰਿਮੋਟ ਕੰਟਰੋਲ ਤੇ ਨਾਗਪੁਰ ਹੈ ਇਸ ਨਾਥਿੰਗ ਲਾਈਕ ਦੈਟ ਸੰਗਦਿਆਂ 60 ਤੋਂ ਜ਼ਿਆਦਾ ਸੰਸਥਾਵਾਂ ਦੇਸ਼ 'ਚ ਕੰਮ ਕਰ ਰਹੀਆਂ ਨੇ ਦੈਟਸ ਆ ਸਗ ਨੂੰ ਇੰਨੀ ਦੇਰ ਹੋ ਗਈ ਤੁਸੀਂ ਕਿਹਾ ਕਿ ਚੰਗੇ ਕੈਰੇਕਟਰ ਵਾਲੇ ਲੋਕ ਜਿਹੜੇ ਜੀ ਉਹ ਬਣਾਉਂਦੇ ਨੇ ਫੇਰ ਬਣ ਕਿਉਂ ਨਹੀਂ ਸਕੇ ਮੁਲਕ ਦੇ ਹਾਲਾਤ ਕੀ ਬਣੇ ਪਏ ਅੱਜ ਦੇਖੋ ਆ ਹਰ ਚੀਜ਼ ਦੇ ਦੋ ਨਜ਼ਰੀਏ ਦੋ ਪਹਿਲੂ ਹੁੰਦੇ ਆ ਠੀਕ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਸਾਡੇ ਦੇਸ਼ 'ਚ ਖਰਾਬ ਵੀ ਚੱਲ ਰਹੀਆਂ ਨੇ ਲੇਕਿਨ ਇਸ ਦੇ ਬਾਵਜੂਦ ਦੇਸ਼ ਅੱਗੇ ਵਧ ਰਿਹਾ ਹੈ ਕਿਸ ਪਾਸੇ ਤੋਂ ਸਭ ਪਾਸਿਆਂ ਤੋਂ ਤੁਸੀਂ ਦੇਖੋ ਜਦੋਂ ਅਸੀਂ ਆਜ਼ਾਦ ਹੋਏ ਸਾਡੇ ਨਾਲ ਬਹੁਤ ਸਾਰੇ ਮੁਲਕ ਆਜ਼ਾਦ ਹੋਏ ਅੱਜ ਉੱਥੇ ਡੈਮੋਕ੍ਰੇਸੀ ਦੀ ਕੀ ਹਾਲਤ ਹੈ ਅੱਜ ਪਾਕਿਸਤਾਨ 'ਚ ਡੈਮੋਕ੍ਰੇਸੀ ਦੇ ਕੀ ਹਾਲਾਤ ਨੇ ਪਾਕਿਸਤਾਨ ਨਾਲ ਕੰਪੇਅਰ ਨਹੀਂ ਨਾ ਸਬਨਾ ਕਰ ਰਹੇ ਹਾਂ ਸਬਨਾ ਕਰ ਰਹੇ ਹਾਂ ਤੁਸੀਂ ਸ਼੍ਰੀਲੰਕਾ 'ਚ ਦੇਖ ਲਓ ਚੀਨ 'ਚ ਕੀ ਡੈਮੋਕ੍ਰੇਸੀ ਹੈ ਬਹੁਤ ਸਾਰੇ ਦੇਏ ਜਿਹੜੇ ਸਾਡੇ ਨਾਲ ਸ਼ੁਰੂ ਹੋਏ ਨਹੀਂ ਨਹੀਂ ਤੁਹਾਨੂੰ ਹੀ ਗਲਤ ਫਹਮੀ ਹੈ ਮੈਂ ਹੀ ਕਹਿ ਰਿਹਾ ਦੇਖੋ ਕਿਤੇ ਇਹਦਾ ਕਿਤੇ ਚਲਾ ਗਿਆ ਮਤਲਬ ਤੁਸੀਂ ਸਿਰਫ ਪੁੱਲ ਸੜਕਾਂ ਬਿਲਡਿੰਗਾਂ ਦੇਖ ਕੇ ਨਹੀਂ ਕਹਿ ਸਕਦੇ ਨਾ ਜੀ ਤੁਸੀਂ ਇਕਨੋਮੀ ਵਾਈਜ਼ ਦੇਖੋ ਇਕਨੋਮੀ ਵਾਈਜ਼ ਵੀ ਹਿੰਦੁਸਤਾਨ ਅਮਰੀਕਾ ਉਹਦੇ ਤੋਂ ਡਰ ਰਿਹਾ ਨਹੀਂ 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 ਬਿਲਕੁਲ ਡਰ ਰਿਹਾ ਹੋਏਗਾ ਲੇਕਿਨ ਹਿੰਦੁਸਤਾਨ ਦੀ ਇਕਨੋਮਿਕ ਗਰੋਥ ਹੈ ਚੀਨ ਤੋਂ ਜ਼ਿਆਦਾ ਹੈ ਔਰ ਹੁਣ ਨਹੀਂ ਜ਼ਿਆਦਾ ਪਿਛਲੇ ਕਈ ਸਾਲਾਂ ਤੋਂ ਜ਼ਿਆਦਾ ਹੈ ਔਰ ਜੋ ਰਿਪੋਰਟਸ ਆ ਰਹੀਆਂ ਆਈਐਮਸੀ ਤੁਸੀਂ ਰਿਪੋਰਟ ਦੇਖੀ ਹੋਏਗੀ ਅਗਲੇ 10 ਸਾਲਾਂ ਚ ਹਿੰਦੁਸਤਾਨ ਨੇ ਚੀਨ ਨੂੰ ਸਰਪਾਸ ਕਰ ਜਾਣਾ ਔ ਉੱਥੋਂ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਕੀ ਹਾਲਾਤ ਨੇ ਉੱਥੇ ਲੋਕ ਸਾਹ ਨਹੀਂ ਲੈ ਸਕਦੇ ਸਰਕਾਰ ਤੋਂ ਬਿਨਾਂ ਜੋ ਚੀਨ ਦੁਨੀਆ ਨੂੰ ਦਿਖਾ ਰਿਹਾ ਹੈ ਉਹਨਾ ਹੀ ਦਿਖਾ ਰਿਹਾ ਜਿੰਨਾ ਉਹ ਦਿਖਾਣਾ ਚਾਹ ਰਿਹਾ ਹੈ ਅਸਲੀ ਚੀਨ ਅਸਲੀ ਮਨੁੱਖੀ ਅਧਿਕਾਰ ਲੋਕਾਂ ਨੂੰ ਦਿਖਸ ਰਿਹਾ ਹੈ ਬਹੁਤ ਸਾਡੇ ਦੇਖੋ ਹਿੰਦੁਸਤਾਨ ਅੱਜ ਵੀ ਦੁਨੀਆ ਦੀ ਸਭ ਤੋਂ ਅੱਛੀ ਤੇ ਸੁਰੱਖਿਅਤ ਲੋਕਤੰਤਰ ਹੈ ਸਭ ਤੋਂ ਅੱਛੀ ਡੈਮੋਕ੍ਰੇਸੀ ਹੈ ਇੰਨੇ ਸਾਰੀ ਵੈਰਾਈਟੀ ਹੈ ਇਥੇ ਰਿਲੀਜੀਅਨਸ ਦੀ ਇੰਨੀਆਂ ਸਾਰੀਆਂ ਲੈਂਗੁਏਜਸ ਨੇ ਇਥੇ ਇੰਨੀਆਂ ਸਾਰੀਆਂ ਕਸਟਮਸ ਨੇ ਇੰਨੀ ਸਾਰੀ ਡਾਈਵਰਸਿਟੀ ਹੋਣ ਦੇ ਬਾਵਜੂਦ ਵੀ ਬਾਇਆ ਲਾਰਜ ਅਸੀਂ ਪੀਸਫੁਲ ਕੰਟਰੀ ਹੈ ਬਾਇਆ ਲਾਰ ਸਾਡੇ ਇਲੈਕਸ਼ਨ ਪ੍ਰੋਸੈਸ ਹੁੰਦਾ ਹੈ ਪੀਸਫੁਲੀ ਹੋ ਜਾਂਦਾ ਹੈ ਬਲੱਡਸ਼ੈਡ ਬਿਲਕੁਲ ਪਹਿਲਾਂ ਕਦੀ ਕਦੀ ਹੁੰਦਾ ਹੁੰਦਾ ਸੀ ਹੁਣ ਤੇ ਬਿਲਕੁਲ ਉਹ ਵੀ ਖਤਮ ਹੋ ਗਿਆ नीचे ਤੋਂ ਲੈ ਕੇ ਉੱਪਰ ਤੱਕ ਪੰਚਾਇਤ ਤੋਂ ਲੈ ਕੇ ਸੰਸਦ ਤੱਕ ਦੇ ਤੁਸੀਂ ਚੋਣ ਹਿੰਦੁਸਤਾਨ ਦੇ ਦੇਖ ਲਓ ਬਹੁਤ ਹੀ ਨਿਰਪੱਖ ਚੋਣ ਹੁੰਦੇ ਨੇ ਬਹੁਤ ਹੀ ਹੈਲਦੀ ਐਟਮੋਸਫੇਅਰ ਚ ਚੋਣ ਹੁੰਦੇ ਨੇ ਬਹੁਤ ਹੀ ਸ਼ਾਂਤੀਪੂਰਨ ਹੈ ਲੇਕਿਨ ਇਨੇ ਵੱਡੇ ਦੇਸ਼ ਚ ਘਟਨਾਵਾਂ ਹੁੰਦੀਆਂ ਦੁਨੀਆ ਦੇ ਸਭ ਦੇਸ਼ਾਂ ਚ ਹੁੰਦੀਆਂ ਕਿੱਥੇ ਨਹੀਂ ਹੁੰਦੀਆਂ ਸੱਦਿਆ ਘਟਨਾਵਾਂ ਹੋ ਰਹੀਆਂ ਲੇਕਿਨ ਸਾਡਾ ਦੇਸ਼ ਅੱਜ ਵੀ ਕੰਪੈਰੀਟਿਵਲੀ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨਾਲੋਂ ਸ਼ਾਂਤੀਪ੍ਰੀਏ ਹੈ ਪੀਸਫੁਲ ਹੈ ਇੱਥੇ ਲੋਕ ਬੜੇ ਆਪਸੀ ਭਾਈਚਾਰੇ ਨਾਲ ਬੜੇ ਤਾਹੀ ਕਰਕੇ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਚਲੋ ਮੈਂ ਕਿਸੇ ਨੂੰ ਇੱਕ ਸਿੰਕਲ ਨੂੰ ਪੁਆਇੰਟ ਨਾ ਕਰਾਂ ਉਹਦੇ ਵਿੱਚ ਦਾਖਲੇ ਦੇ ਵਾਸਤੇ ਔਰਤਾਂ ਨੂੰ ਜਿਹੜੇ ਉਹ ਅਦਾਲਤਾਂ ਨੂੰ ਦਖਲ ਦੇਣੇ ਪੈ ਰਹੇ ਆ ਇਹ ਕਿਹੋ ਜੀ ਡੈਮੋਕ੍ਰੇਸੀ ਹੈ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਹਰੇਕ ਧਰਮ ਦੀਆਂ ਆਪਣੀਆਂ ਪਰੰਪਰਾਵਾਂ ਨੇ ਆਪਣੀਆਂ ਅਨਫੋਰਚੂਨੇਟ ਹੈ ਕਿ ਕੋਰਟ ਨੂੰ ਉਹਦੇ ਵਿੱਚ ਦਖਲ ਦੇਣਾ ਪਿਆ ਕੋਰਟ ਦਾ ਹੀ ਕੰਮ ਨਹੀਂ ਹੈ ਕੋਰਟ ਦਾ ਕੰਮ ਹੈ ਨਿਆਂ ਦੀ ਪਾਲਣਾ ਕਰਨਾ ਕਿਸੇ ਵੀ ਧਰਮ ਦੀਆਂ ਪਰੰਪਰਾਵਾਂ ਮਰਿਆਦਾਵਾਂ ਨੂੰ ਤਿਆ ਕਰਨਾ ਕੋਰਟ ਦਾ ਕੰਮ ਨਹੀਂ ਹੈ ਮੰਨ ਲਓ ਸਾਡੇ ਇੱਕ ਧਾਰਮਿਕ ਸਥਾਨ ਦੀ ਪਰੰਪਰਾ ਹੈ ਕਿ ਉੱਥੇ ਜੁੱਤੇ ਉਤਾਰ ਕੇ ਜਾਣਾ ਹੈ ਮੰਨ ਲਓ ਕੱਲ ਨੂੰ ਕੁਝ ਲੋਕ ਕਹਿਣਗੇ ਜੀ ਅਸੀਂ ਤਾਂ ਜੁੱਤੇ ਪਾ ਕੇ ਜਾਣਾ ਚਾਹੁੰਦੇ ਹਾਂ ਸਾਡਾ ਅਧਿਕਾਰ ਹੈ ਕਿ ਆ ਕੋਰਟ ਉਹਦੇ ਚ ਇੰਟਰਵਿਨ ਕਰੇਗਾ ਮਨ ਲਓ ਕਿਸੇ ਧਾਰਮਿਕ ਸਥਾਨ ਦੀ ਪਰੰਪਰਾ ਹੈ ਕਿ ਉੱਥੇ ਸਿਰ ਟੱਕ ਕੇ ਜਾਣਾ ਹੈ ਵੀ ਹੈਵ ਟੂ ਫਾਲੋ ਦੈਟ ਪਰੰਪਰਾ ਵੀ ਹੈਵ ਟੂ ਫਾਲੋ ਦੈਟ ਮਰਿਆਦਾ ਮੈਂ ਨਹੀਂ ਕਹਿ ਸਕਦਾ ਕਿ ਜੀ ਮੈਂ ਤਾਂ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰੀ ਨਹੀਂ ਕਹਿ ਰਿਹਾ ਨਹੀਂ ਕਹਿ ਰਿਹਾ ਸਾਨੂੰ ਕਿਸੇ ਵੀ ਸੰਸਥਾ ਦੀ ਕਿਸੇ ਵੀ ਇੰਸਟੀਚਿਊਸ਼ਨ ਦੀ ਜੋ ਆਪਣੀ ਪਰੰਪਰਾ ਹੈ ਜੋ ਆਪਣੀ ਮਰਿਆਦਾ ਹੈ ਉਹਦਾ ਵੀ ਮਾਨ ਸਨਮਾਨ ਕਰਨਾ ਹੈ ਪਰ ਇੱਥੇ ਫਿਰ ਆਪਾਂ ਮਨੁੱਖੀ ਅਧਿਕਾਰ ਉਹਦਾ ਵੀ ਮਾਨ ਸਨਮਾਨ ਕਰਦਾ ਉਹਦੇ ਉਹਦੇ ਮਨੁੱਖੀ ਅਧਿਕਾਰਾਂ ਦੀ ਕੋਈ ਗੱਲ ਨਹੀਂ ਹੈ ਉਹ ਪਰੰਪਰਾ ਹੈ ਉੱਥੇ ਮਨੁੱਖੀ ਅਧਿਕਾਰ ਹੈ ਜੀ ਮਨੂ ਕਿ ਬਰਾਬਰਤਾ ਹੈ ਨਾ ਬਿਲਕੁਲ ਬਰਾਬਰਤਾ ਹੈ ਹਾਂਜੀ ਬਰਾਬਰਤਾ ਤੁਸੀਂ ਉੱਥੇ ਨਹੀਂ ਇਟ ਮੀਨਸ ਕਿ ਨਹੀਂ ਹੋ ਰਹੀ ਕਿਤੇ ਅੱਜ ਮੈਂ ਭਾਜੀਪੀ ਦੇ ਪ੍ਰੈਜ਼ੀਡੈਂਟ ਸਾਹਿਬ ਦਾ ਬਿਆਨ ਜਿਹੜਾ ਜੀ ਪੜ੍ਹ ਰਿਆ ਅਸੀਂ ਅਮਰ ਸ਼ਾਹੀ ਜੀ ਉਹ ਕਹਿੰਦੇ ਕਿ ਅਦਾਲਤਾਂ ਨੂੰ ਇਹੋ ਜਿਹੇ ਫੈਸਲੇ ਨਹੀਂ ਕਰਨੇ ਚਾਹੀਦੇ ਹਾਂ ਨਹੀਂ ਕਦੀ ਜੀ ਕਿਉਂ ਨਹੀਂ ਹੁਣ ਇਹਦਾ ਮਤਲਬ ਫਿਰ ਸੰਘ ਜਾਂ ਤੁਸੀਂ ਜਿਹੜੇ ਦੀ ਉਹ ਅਦਾਲਤ ਤੇ ਵੀ ਕਿੰਤੂ ਪਰੰਤੂ ਕਰਦੇ ਅਦਾਲਤ ਦੀ ਕਿੰਤੂ ਪਰੰਤੂ ਦੀ ਗੱਲ ਨਹੀਂ ਹੈ ਜਿਵੇਂ ਡੈਮੋਕ੍ਰੇਸੀ ਆਸਦੀ ਹੈ ਕਿ ਜੀ ਗੇਸੇ ਦੀ ਗੱਲ ਤੇ ਕਿੰਧੂ ਪ੍ਰੰਧੂ ਕਰ ਸਕਦਾ ਨਹੀਂ ਪਰ ਫਿਰ ਸਰਵੋੱਚ ਕਿਉਂ ਅਦਾਲਤ ਸਰਵੋੱਚ ਹੈ ਨਾ ਬਿਲਕੁਲ ਸਰਵੋੱਚ ਹੈ ਸੁਪਰੀਮ ਕੋਰਟ ਸਰਵੋੱਚ ਹੈ ਅਦਾਲਤ ਸਰ ਨਹੀਂ ਕਿਉਂ ਨਹੀਂ ਹੋ ਸਕਦਾ ਅਦਾਲਤ ਦੇ ਫੈਸਲੇ ਰਿਵਿਊ ਅਦਾਲਤ ਕਰਦੀ ਹੈ ਬਹੁਤ سارے ਸੁਪਰੀਮ ਕੋਰਟ ਦੇ ਫੈਸਲੇ ਸੁਪਰੀਮ ਕੋਰਟ ਪਲਟ ਦਿੰਦੀ ਸੁਪਰੀਮ ਕੋਰਟ ਪਲਟ ਬਹੁਤ سارے ਸੁਪਰੀਮ ਕੋਰਟ ਦੇ ਫੈਸਲੇ ਸੰਸਦ ਚ ਕਾਨੂੰਨ ਬਣਾ ਕੇ ਬਦਲੇ ਜਾਂਦੇ ਨੇ ਠੀਕ ਹੈ ਬਦਲੇ ਜਾਂਦੇ ਸੰਸਦ ਚ ਕਾਨੂੰਨ ਬਣਾ ਕੇ ਬਦਲੇ ਜਾਂਦੇ ਐਸੀਐਸਟੀ ਐਕਟ ਮੈਂ ਅਮਿਤ ਸ਼ਾਹ ਜੀ ਦੀ ਗੱਲ ਕੀਤੀ ਆ ਹਾਂ ਅਮੇਸ਼ਾਹ ਜੀ ਇੱਕ ਪੋਲੀਟੀਕਲ ਪਾਰਟੀ ਦੇ ਅਧਿਕਾਰੀ ਨੇ ਔਰ ਡੈਮੋ ਹਿੰਦੁਸਤਾਨ ਚ ਸੁਪਰੀਮ ਕੋਰਟ ਸਰਵੋਚਨੀ ਬਿਲਕੁਲ ਸਰਵੋਚ ਜਨਤਾ ਹੈ ਜਨਤਾ ਹੀ ਸਰਵੋਚ ਹੈ ਜਨਤਾ ਹੀ ਸੰਸਦ ਬਣਾਉਂਦੀ ਹੈ ਸੰਸਦ ਕਾਨੂੰਨ ਬਣਾਉਂਦੀ ਹੈ ਉਸ ਕਾਨੂੰਨ ਦੀ ਪਾਲਣਾ ਕਰਾਉਣਾ ਉਸ ਕਾਨੂੰਨ ਨੂੰ ਇੰਟਰਪ੍ਰੀਟ ਕਰਨਾ ਕੋਰਟ ਦਾ ਕੰਮ ਹੈ ਕੋਟ ਸਰਵੋਚ ਨਹੀਂ ਹੈ ਡਾਕਟਰ ਸਾਹਿਬ ਜਿੰਨੀ ਦੇ ਸੱਚ ਜਾਂਦਾ ਇਹ ਕਿਹਾ ਜਾਂਦਾ ਜਦੋਂ ਗੋਰਿਆਂ ਦਾ ਰਾਜ ਸੀਗਾ ਜਾਂ ਪ੍ਰਾਤਨ ਆਪਾਂ ਗੱਲ ਕਰੀਏ ਇੱਕ ਸਪਾਈ ਪਿੰਡ ਚ ਚਲੇ ਜਾਂਦਾ ਸੀਗਾ ਤੇ ਉਹ ਦਹਿਸ਼ਤ ਫੈਲ ਜਾਂਦੀ ਸੀ ਵੀ ਨਹੀਂ ਇਹ ਕੋਈ ਇਸ ਤਰ੍ਹਾਂ ਨਹੀਂ ਹੈ ਅੱਜ ਚੈਲੰਜ ਹੋਣ ਲੱਗਿਆ ਲੋਕ ਕੀ ਹੋਣ ਲੱਗਿਆ ਕਾਨੂੰਨ ਹੱਥਾਂ ਚ ਲੈਣ ਲੱਗ ਗਏ ਜੋ ਕਿ ਬਹੁਤ ਮਾੜਾ ਹੋ ਗਿਆ ਕਿ ਕੋਈ ਵੀ ਜਿਹੜਾ ਜੀ ਉਹ ਥੱਪੜ ਮਾਰਦਾ ਜਾਂ ਕਿਸੇ ਦੀ ਵਰਦੀ ਪਾੜ ਦਿੰਦੀ ਉਹ ਗਲਤ ਹੋ ਰਿਹਾ ਕਾਨੂੰਨ ਆਪਣੇ ਹੱਥਾਂ ਚ ਲੈਣਾ ਜੇ ਅਦਾਲਤਾਂ ਡਾਕਟਰ ਸਾਹਿਬ ਚੈਲੰਜ ਹੋਣ ਲੱਗ ਜਾਣਗੀਆਂ ਫਿਰ ਕਿੱਧਰ ਨੂੰ ਜਾਊਗਾ ਮੈਂ ਨਹੀਂ ਦੇਖੋ ਦੋਨਾਂ ਗੱਲਾਂ ਨੂੰ ਤੁਸੀਂ ਮਿਕਸ ਨਾ ਕਰੋ ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਨਾ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ ਕਾਨੂੰਨ ਨੂੰ ਹੱਥ 'ਚ ਲੈਣ ਦੀ ਜਿਹੜੀ ਟੈਂਡੈਂਸੀ ਹੈ ਆਪਣੇ ਦੇਸ਼ 'ਚ ਉਹ ਘਟੀ ਹੈ ਬਾਈ ਐਂਡ ਲਾਰਜ ਘਟੀ ਹੈ ਜਿਸ ਤਰ੍ਹਾਂ ਦੀਆਂ ਵਾਇਲੈਂਟ ਭੀੜ ਪਹਿਲਾਂ ਸੀ ਅੱਜ ਨਹੀਂ ਹੈ ਜਿਸ ਤਰ੍ਹਾਂ ਦੇ ਪੁਲਿਸ ਨਾਲ ਕਲੈਸ਼ ਪਹਿਲਾਂ ਹੁੰਦੇ ਸੀ ਅੱਜ ਨਹੀਂ ਅੱਜ ਕਿਉਂਕਿ ਚੋਣਵੀਂ ਪ੍ਰਕਿਰਿਆ ਇੰਨੀ ਮਜ਼ਬੂਤ ਹੁੰਦੀ ਜਾ ਰਹੀ ਹੈ ਕਿ ਲੋਕਾਂ ਨੂੰ ਆਪਣਾ ਗੁੱਸਾ ਪ੍ਰਗਟ ਕਰਨ ਲਈ ਲੋਕਾਂ ਨੂੰ ਆਪਣਾ ਕਰਨ ਲਈ ਇੱਕ ਵੋਟਰ ਦਾ ਅਧਿਕਾਰਤਾ ਵਰਤਮਾਲ ਕਰਦੇ ਆਂ ਬੜੀਆਂ-ਬੜੀਆਂ ਸਰਕਾਰਾਂ ਲੋਕ ਪਲਟ ਦਿੰਦੇ ਪਲਟ ਦਿੰਦੇ ਆ ਉਹ ਘਟ ਰਿਹਾ ਹੈ ਦੇਖੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ بار بار ਅਦਾਲਤ ਨੂੰ ਚੁਣੌਤੀ ਦਿਨਾ ਯਾਨੀ ਅਦਾਲਤ ਦੇ ਫੈਸਲੇ ਦੇ ਖਿਲਾਫ ਕੋਈ ਉਹ ਨਹੀਂ ਹੈ ਲੇਕਿਨ ਮੇਰਾ ਆਪਣਾ ਥੀਓਰੀ ਪੁਆਇੰਟ ਹੋ ਸਕਦਾ ਹੈ ਮੈਂ ਆਪਣਾ ਥੀਓਰੀ ਪੁਆਇੰਟ ਦੇ ਸਕਦਾ ਮੈਂ ਆਪਣਾ ਥੀਓਰੀ ਪੁਆਇੰਟ ਕੋਰਟਸ ਵੀ ਦੇ ਸਕਦਾ ਮੈਂ ਆਪਣਾ ਥੀਓਰੀ ਪੁਆਇੰਟ ਪਬਲਿਕਸ ਵੀ ਦੇ ਸਕਦਾ ਮੈਂ ਆਪਣੇ ਥੀਓਰੀ ਪੁਆਇੰਟ ਦੇ ਸਾਹਮਣੇ ਸੰਸਦ ਨੂੰ ਵੀ ਕਹਿ ਸਕਦਾ ਮੈਂ ਆਪਣੇ ਥੀਓਰੀ ਪੁਆਇੰਟ ਦੇ ਸਾਹਮਣੇ ਐਮਪੀ ਨੂੰ ਵੀ ਜਾ ਕੇ ਆਪਣੇ ਨੂੰ ਕਹਿ ਸਕਦਾ ਕਿ ਦੇਖੋ ਇਹ ਕਾਨੂੰਨ ਜਿਹੜਾ ਹੈ ਦੀ ਇੰਟਰਪ੍ਰੀਟੇਸ਼ਨ ਠੀਕ ਨਹੀਂ ਹੋਈ ਹੈ ਇਹ ਠੀਕ ਨਹੀਂ ਹੈ ਤੁਸੀਂ ਇਹਦੇ ਖਿਲਾਫ ਕੋਰਟਸ ਜਾਓ ਹੁਣੇ ਤੁਸੀਂ ਦੇਖਿਆ ਐਸਸੀਐਸਟੀ ਐਕਟ ਦੇ ਦੇਸ਼ ਦੇ ਅੰਦਰ ਉਸ నిర్ణੇ ਨੂੰ ਲੈ ਕੇ ਕਾਫੀ ਜ਼ਿਆਦਾ ਮਤਭੇਦ ਵੀ ਸੀ ਦੇਸ਼ ਤੋਂ ਕਾਫੀ ਜ਼ਿਆਦਾ ਅਕ੍ਰੋਸ਼ ਵੀ ਸੀ ਦੇਸ਼ ਦੇ ਬਹੁਤ ਵੱਡੇ ਵਰਗ ਨੂੰ ਲੈ ਕੇ ਸਾਡੀ ਸਰਕਾਰ ਨੇ ਉਸ ਅਕ੍ਰੋਸ਼ ਨੂੰ ਸਮਝਿਆ ਕਿ ਠੀਕ ਹੈ ਇਹ ਜਿਹੜਾ ਇਸ ਵਰਗ ਦਾ ਅਕ੍ਰੋਸ਼ ਹੈ ਉਹ ਬੜਾ ਜਾਇਜ਼ ਅਕ੍ਰੋਸ਼ ਹੈ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਦੀ ਮੰਚਾ ਉਸ ਨਿਰਣੇ ਠੀਕ ਰਹੀ ਹੋਵੇਗੀ ਸੁਪਰੀਮ ਕੋਰਟ ਨੇ ਇੱਕ ਪਾਰਟਿਕੂਲਰ ਕੇਸ ਦੇ ਸੰਦਰਭ ਚ ਨਿਰਣੇ ਦਿੱਤਾ ਸੀ ਲੇਕਿਨ ਉਸ ਨਿਰਣੇ ਨਾਲ ਬਾਈ ਐਂਡ ਲਾਰਜ ਇੱਕ ਇਮਪ੍ਰੈਸ਼ਨ ਜਾ ਰਿਹਾ ਹੈ ਕਿ ਸ਼ਾਇਦ ਐਸ ਸੀ ਐਸ ٹی ਐਟ੍ਰੋਸਿਟੀ ਐਕਟ ਨੂੰ ਕਮਜ਼ੋਰ ਕਰਨ ਦੀ ਗੱਲ ਚੱਲ ਰਹੀ ਹੈ ਸਰਕਾਰ ਨੇ ਬਾਕਾਇਦਾ ਪਹਿਲਾਂ ਅਧਿਆਦੇਸ਼ ਲੈ ਕੇ ਆਂਦਾ ਉਸ ਤੋਂ ਬਾਅਦ ਬਕਾਇਦਾ ਪਾਰਲੀਮੈਂਟਸ ਲੈ ਕੇ ਕਾਨੂੰਨ ਬਣਾ ਕਰਕੇ ਉਸ ਐਸ ਸੀ ਐਸਟੀ ਐਕਟ ਨੂੰ ਫਿਰ ਤੋਂ ਵਾਪਸ ਉਹਦੇ ਸਥਾਨ ਤੇ ਲੈ ਕੇ ਜਾਂਦਾ ਇਸ ਕਰਕੇ ਇਸ ਦੇਸ਼ ਦੇ ਅੰਦਰ ਜੋ ਇਸ ਦੇਸ਼ ਦੀ ਜਨਤਾ ਦਾ ਵਿਸ਼ਵਾਸ ਹੈ ਜੋ ਇਸ ਦੇਸ਼ ਦੀ ਜਨਤਾ ਦੇ ਮਨ ਚਿਕ ਉਸ ਨੂੰ ਵੀ ਪ੍ਰਗਟ ਕਰਨਾ ਔਰ ਉਸ ਨੂੰ ਸੁਰੱਖਿਅਤ ਰੱਖਣਾ ਉਸ ਨੂੰ ਬਰਕਰਾਰ ਰੱਖਣਾ ਜਾਨ ਤੋਂ ਪਹਿਲਾਂ ਜੇ ਪੀੜਾ ਕੱਟ ਗਈਆਂ ਕਤਲ ਨਹੀਂ ਹੋ ਰਹੇ ਪ੍ਰਧਾਨ ਮੰਤਰੀ ਜੀ ਨੂੰ ਵੀ ਵਾਰ-ਵਾਰ ਕਹਿਣਾ ਪੈਂਦਾ ਇਹ ਇਹ ਭੀੜ ਤੰਤਰ ਜਿਹੜਾ ਦੀ ਉਹ ਖਤਮ ਹੋਵੇ ਜਿਹੜੀ ਮੌਬ ਲਿੰਚਿੰਗ ਜਿਹੜੀ ਚੱਲ ਰਹੀ ਹੈ ਸੁਪਰੀਮ ਕੋਰਟ ਨੂੰ ਵੀ ਕਹਿੜਾ ਪੈਂਦਾ ਗਊ ਰੱਖਿਆ ਦੇ ਨਾਂ ਦੇ ਥੱਲੇ ਕਿੰਨੇ ਮਰਡਰ ਜਿਹੜੇ ਦੀ ਉਹ ਹੋ ਗਏ ਡਾਕਟਰ ਸਾਹਿਬ ਘਟੇ ਤਾਂ ਨਹੀਂ ਕਿੰਨੇ ਹੋ ਗਏ ਕਿੰਨੇ ਹੋਏ ਤੁਸੀਂ ਦੱਸੋ ਤੁਸੀਂ ਮੈਂ ਤੁਹਾਨੂੰ ਪੁੱਛ ਰਿਹਾ ਜੀ ਕਿ ਪਿਛਲੇ ਸਾਲਾਂ ਦੇ ਵਿੱਚ ਕਿੰਨੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਤਿੰਨ ਹੀ ਘਟਨਾਵਾਂ ਧਿਆਨ ਚ ਹੈ ਜਿਦੇ ਚ ਕਿਸੇ ਵਿਅਕਤੀ ਦੀ ਮ੍ਰਿਤਿ ਹੋਈ ਹੈ ਤਿੰਨੋਂ ਘਟਨਾਵਾਂ ਬਹੁਤ ਮੰਦ ਭੱਗੀਆਂ ਨੇ ਇੱਕ ਵੀ ਨਹੀਂ ਹੋਣੀ ਚਾਹੀਦੀ ਇੱਕ ਵੀ ਨਹੀਂ ਹੋਣੀ ਚਾਹੀਦੀ ਤੁਸੀਂ ਇਹ ਨਾ ਕਹੋ ਕਿ ਘਟ ਗਈਆਂ ਨਹੀਂ ਮੈਂ ਖਤਮ ਹੋਈਆਂ ਨਹੀਂ ਕਿਹਾ ਮੈਂ ਘਟ ਗਈਆਂ ਇਸਤੇਮਾਲ ਇਸ ਕਰਕੇ ਕੀਤਾ ਹੈ ਤੁਹਾਨੂੰ ਯਾਦ ਹੋਵੇਗਾ ਜਦੋਂ ਮੈਂ ਛੋਟਾ ਸੀ ਸਕੂਲ ਚ ਪੜਦਾ ਸੀ ਜਾਂ ਤੁਸੀਂ ਤੇ ਮੇਰੇ ਤੋਂ ਥੋੜੀ ਉਮਰ ਜ਼ਿਆਦਾ ਹੋ ਸਾਡੇ ਦੇਸ਼ ਚ ਦੰਗੇ ਹੋਣਾ ਇਹ ਬੜੀ ਆਮ ਗੱਲ ਹੁੰਦੀ ਸੀ ਹਰ 15 20 ਦਿਨ ਮਹੀਨੇ ਚ ਖਬਰ ਆ ਜਾਂਦੀ ਸੀ ਕਦੀ ਮਿਰਠ ਚ ਦੰਗੇ ਕਦੀ ਕਾਨਪੁਰ ਚ ਦੰਗੇ ਕਦੀ ਅਲੀਗੜ੍ਹ ਚ ਦੰਗੇ ਕਦੀ ਸੂਰਤ ਚ ਦੰਗੇ ਕਦੀ ਵਡੋਦਰਾ ਚ ਦੰਗੇ ਬੜੀ ਕਾਮਨ ਪ੍ਰੈਕਟਿਸ ਹੁੰਦੀ ਸੀ ਇੱਕ ਇੱਕ ਸਾਲ ਚ ਕਈ ਵਾਰੀ 20 25 25 ਦੰਗੇ ਹੁੰਦੇ ਸੀ ਅੱਜ ਤੁਸੀਂ ਕਦੀ ਰਾਈਟ ਸੁਨੇ ਮੈਂ ਇਸ ਕਰਕੇ ਕਹਿ ਰਿਹਾ ਘਟ ਗਿਆ ਮ ਮੈਂ ਕੋਈ ਇਹ ਨਹੀਂ ਕਹ ਰਹੀ ਖਤਮ ਹੋ ਗਈਆਂ ਔਰ ਇਹ ਜਿਹੜੀਆਂ ਘਟਨਾਵਾਂ ਨੇ ਸਿਰਫ ਹਿੰਦੁਸਤਾਨ ਚ ਹੁੰਦੀਆਂ ਐ ਐਸਾ ਵੀ ਨਹੀਂ ਹੈ ਡਾਕਟਰ ਸਾਹਿਬ ਤੁਸੀਂ ਬਿਲਕੁਲ ਤੁਸੀਂ ਮੇਰੇ ਤੋਂ ਬਾਅਦ ਪੜ੍ਹੇ ਹੋਏ ਦੁਨੀਆਂ ਦੇ ਸਭ ਦੁਨੀਆਂ ਦੇ ਸਭ ਦੇਸ਼ਾਂ ਚ ਅਪਾ ਲਫ਼ਜ਼ ਨਹੀਂ ਸੁਣੇ ਨਹੀਂ ਨਵੀਂ ਜਨਰੇਸ਼ਨ ਸੁਣ ਰਹੀ ਹੈ ਤੁਹਾਡੀ ਗੱਲ ਬਿਲਕੁਲ ਠੀਕ ਆਪਾਂ ਦੰਗੇ ਸੁਨੇ ਸੀ ਨਾ ਅੱਜ ਦੰਗੇ ਸ਼ਾਇਦ ਨਵੀਂ ਉਹ ਨਹੀਂ ਸੁਣ ਰਹੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਨਵਾਂ ਤਰੀਕਾ ਆ ਗਿਆ ਦੰਗੇ ਦਾ ਨਹੀਂ ਨਹੀਂ ਐਸਾ ਨਹੀਂ ਇਦਾਂ ਕੁੱਟ ਕੁੱਟ ਕੇ ਮਾਰਦੇ ਨਹੀਂ ਨਹੀਂ ਉਹ ਬਹੁਤ ਘਟ ਗਿਆ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਅਗਰ ਮੋਤਾਂ ਦੀ ਗਿਣਤੀ ਦੇਖੋ ਦੰਗਿਆਂ 'ਚ ਔਰ ਇਸ ਪ੍ਰਕਾਰ ਦੀਆਂ ਘਟਨਾਵਾਂ ਦੀ ਗਿਣਤੀ ਦੇਖੋ ਤਾਂ ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਨੇ ਆ ਡਾਕਟਰ ਸਾਹਿਬ ਔਰ ਡਾਕਟਰ ਸਾਹਿਬ ਸੈਕਟਰੀ ਨੇ ਜੀ ਪੰਜਾਬ ਪ੍ਰਦੇਸ਼ ਭਾਜਪਾ ਦੇ ਔਰ ਉਹਨਾਂ ਦੇ ਨਾਲ ਇਹ ਗੱਲਬਾਤ ਸਾਡੀ ਫਾਇਰਲਾਈਨ ਦੇ ਵਿੱਚ ਜਾਰੀ ਰਹੂਗੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਔਰ ਸਰਦਾਰ ਅੱਜ ਫਾਇਰਲਾਈਨ ਦੇ ਵਿੱਚ ਮੌਜੂਦ ਨੇ ਜੀ ਡਾਕਟਰ ਸਪਾਸਟੀ ਔਰ ਉਹ ਸੈਕਟਰੀ ਨੇ ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਔਰ ਸੰਘ ਦੇ ਵਿੱਚੋਂ ਆਏ ਨੇ ਔਰ ਸਟੂਡੈਂਟ ਦੇ ਤੌਰ ਤੇ ਤੇ ਔਰ ਜਿਹੜੇ ਮੇਰਾ ਹਮੇਸ਼ਾ ਮੰਨਣਾ ਚਾਹੇ ਕਿਸੇ ਵੀ ਪਾਰਟੀ ਦੇ ਵਿੱਚ ਹੋਵੇ ਜਿਹੜਾ ਸਟੂਡੈਂਟ ਲਾਈਫ ਤੋਂ ਇਸ ਪਾਸੇ ਆਉਂਦਾ ਜੀ ਉਹ ਇੱਕ ਬਿਨਾਂ ਕਿਸੇ ਸ਼ੱਕ ਦੇ ਚੰਗਾ ਬੁਲਾਰਾ ਹੁੰਦਾ ਔਰ ਜਿਵੇਂ ਉਹ ਜਿਹੜਾ ਇਹ ਡਿਫੈਂਡ ਕਰ ਰਹੇ ਨੇ ਡਾਕਟਰ ਸਾਹਿਬ ਇੱਕ ਸਟੂਡੈਂਟ ਜਿਹੜਾ ਆਇਆ ਹੋਇਆ ਹੈ ਨਾ ਜੀ ਉਹ ਹੀ ਕਰ ਸਕਦਾ ਆਦਰਵਾਇਜ਼ ਜਿਹੜੇ ਉਹ ਨੂੰ ਸਿੱਖਣਾ ਔਖਾ ਹੈ हां ने ਸਾਡੀ ਟ੍ਰੇਨਿੰਗ ਉਸ ਤਰ੍ਹਾਂ ਦੀ ਹੁੰਦੀ ਹੈ ਜੀ ਸਟੂਡੈਂਟ ਲਾਈਫ ਤੋਂ ਹੀ ਅਸੀਂ ਜਾਣਾ ਹੈ ਸਟੂਡੈਂਟ ਪੋਲਿਟਿਕਸ ਕਰਨੀ ਹੈ ਤੁਹਾਨੂੰ ਕਾਲਜਾਂ ਜਾ ਕੇ ਸਕੂਲਾਂ ਜਾ ਕੇ ਯੂਨੀਵਰਸਿਟੀਆਂ ਜਾ ਕੇ ਸਟੂਡੈਂਟਸ ਨਾਲ ਤੁਸੀਂ ਇੰਟਰੈਕਟ ਕਰਨਾ ਹੈ ਆਪਣੀ ਗੱਲ ਉਹਨਾਂ ਨੂੰ ਦੱਸਣੀ ਹੈ ਉਹਨਾਂ ਨੂੰ ਕਨਵਿੰਸ ਕਰਨਾ ਹੈ ਆਪਣੇ ਨਾਲ ਲਾਉਣਾ ਹੈ ਸਭ ਤੋਂ ਔਖਾ ਕੰਮ ਹੁੰਦਾ ਹੈ ਸਟੂਡੈਂਟਸ ਨੂੰ ਕਨਵਿੰਸ ਕਰਨਾ ਆਪਣੇ ਨਾਲ ਲਾਉਣਾ ਸੋ ਕਈ ਸਾਲ ਜਦੋਂ ਤੁਸੀਂ ਉਸ ਪ੍ਰੋਸੈਸ ਚੋਂ ਲੰਘਦੇ ਹੋ ਤੇ ਆਬਵੀਅਸਲੀ ਤੁਹਾਡੀ ਟ੍ਰੇਨਿੰਗ ਫਿਰ ਇਹ ਵੀ ਟ੍ਰੇਨਿੰਗ ਹੁੰਦੀ ਹੈ ਡਾਕਟਰ ਸਾਹਿਬ ਵੀ ਕਿਤੇ ਵੀ ਤੁਸੀਂ ਚਾਹੇ ਜੋ ਮਰਜ਼ੀ ਹੋ ਜੀ ਸੰਗ ਨੂੰ ਡਿਫੈਂਡ ਕਰਨਾ ਦੇਖੋ ਇਟਸ ਨਾ ਨੇ बिकॉज ਆਈ ऍम ਕਨਵਿੰਸਡ ਆਫ दट ਆਈਡੀਆਲੋਜੀ ਮੈਂ ਉਸ ਵਿਚਾਰਧਾਰਾ ਤੋਂ ਕਨਵਿੰਸ ਹਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਵਿਚਾਰ ਹੈ ਦੇਸ਼ ਦੇ ਭਲੇ ਦਾ ਵਿਚਾਰ ਹੈ ਇਹ ਵਿਚਾਰ ਜਿਹੜਾ ਹੈ ਮਾਨਵਤਾ ਦੇ ਭਲੇ ਦਾ ਵਿਚਾਰ ਹੈ ਮਨੁੱਖਤਾ ਦੇ ਭਲੇ ਦਾ ਵਿਚਾਰ ਹੈ ਉਸ ਗੱਲ ਤੋਂ ਕਨਵਿੰਸ ਹੋ ਕੇ ਮੈਂ ਇਸ ਪਾਰਟੀ ਦਾ ਪਰ ਮੈਂ ਕੋਈ ਭਾਈ ਕੋਈ ਫੈਮਿਲੀ ਬੈਕਗਰਾਉਂਡ ਸੀ ਵੀ ਫਾਦਰ ਸਾਹਿਬ ਸੀ ਕਿਸ ਕਰਕੇ ਮੈਂ ਆ ਗਿਆ ਜਾਂ ਮੈਂ ਕੋਈ ਟਿਕਟ ਲੈਣ ਲਈ ਆ ਗਿਆ ਜਦੋਂ ਮੈਂ এবੀਪੀ ਚ ਕੰਮ ਕਰ ਰਿਹਾ ਸੀ ਜਾਂ ਜਦੋਂ ਮੈਂ ਸੰਘ ਵਿੱਚ ਕੰਮ ਕਰ ਰਿਹਾ ਸੀ ਜਦੋਂ ਕੋਈ ਸੋਚਿਆ ਵੀ ਨਹੀਂ ਸੀ ਕਿ ਸਿਆਸਤ ਜਾਵਾਂਗੇ ਕਿਉਂਕਿ ਸਾਡੀ ਕੋਈ ਇਸ ਪ੍ਰਕਾਰ ਦੀ ਬੈਕਗਰਾਉਂਡ ਨਹੀਂ ਸੀ ਪਿਤਾ ਜੀ ਵੀ ਟੀਚ ਖੁਦ ਵੀ ਪੜ੍ਹਾਈ ਲਿਖਾਈ ਇਸ ਤਰ੍ਹਾਂ ਦੀ ਕੀਤੀ ਸੀ ਵੀ ਅੱਗੇ ਜਾ ਕੇ ਕੁਝ ਇਸ ਤਰ੍ਹਾਂ ਦੀ ਪ੍ਰੋਫੈਸ਼ਨ ਲੈਣਾ ਹੈ ਸੋ ਕਦੀ ਇਹ ਸੋਚ ਕੇ ਸਿਆਸਤ 'ਚ ਜਾਣਾ ਹੈ ਇਹ ਸੋਚ ਕੇ ਕੰਮ ਸ਼ੁਰੂ ਨਹੀਂ ਕੀਤਾ ਸੀ ਇਸ ਕਰਕੇ ਜਦੋਂ ਤੁਸੀਂ ਜਿਸ ਵਿਚਾਰਧਾਰਾ ਦੇ ਸਮਰਥਕ ਹੁੰਦੇ ਹੋ ਉਸ ਵਿਚਾਰ ਨੂੰ ਸਮਰਥਨ ਕਰਨਾ ਉਸ ਵਿਚਾਰ ਨੂੰ ਡਿਫੈਂਡ ਕਰਨਾ ਹੀ ਹੁੰਦਾ ਜੀ ਡਾਕਟਰ ਸਾਹਿਬ ਮੈਂ ਇਸ ਤੋਂ ਪਹਿਲਾਂ ਕਿ ਆਪਾਂ ਅਗਲੀ ਗੱਲ ਤੇ ਚਲੀਏ ਛੋਟਾ ਜਿਹਾ ਬਰੀਫ ਤੁਹਾਡੇ ਕੋਲ ਮੈਂ ਚਾਹਣਾ ਇੱਕ ਆਮ ਇਹ ਬਣੀ ਹੋਈ ਹੈ ਜੀ ਜਿਹੜੀ ਕਿ ਜਿਹੜਾ ਆਰਐਸਐਸ ਹੈ ਜੀ ਉਹ ਦੂਸਰੇ ਧਰਮਾਂ ਨੂੰ ਪਸੰਦ ਨਹੀਂ ਕਰਦੀ ਉਹਨਾਂ ਨੂੰ ਖਾ ਜਾਣਾ ਚਾਹੁੰਦੀ ਹੈ ਉਹਨਾਂ ਨੂੰ ਨਿਕਲ ਜਾਣਾ ਚਾਹੁੰਦੀ ਹੈ ਦੇਖੋ ਮੈਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਮਿਥਨ ਚਲਦੀਆਂ ਨੇ ਇਹ ਬਹੁਤ ਇੱਕ ਮੰਦ ਭਾਗੀ ਮਿਥ ਹੈ ਸੰਗ ਦੇ ਬਾਰੇ ਚ ਔਰ ਆਰਐਸਐਸ ਦੇ ਬਾਰੇ ਚ ਔਰ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸੰਗ ਯਾ ਅਸੀਂ ਸਭ ਲੋਗ ਅ ਪਿਛਲੇ ਕੁਝ ਸਮੇਂ ਤੋਂ ਅਸੀਂ ਵੀ ਇਹ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਇਸ ਮਿਥ ਨੂੰ ਬਹੁਤ ਜਲਦੀ ਤੋੜਨਾ ਪਏਗਾ ਸੰਗ ਦਾ ਵਿਚਾਰ ਬਿਲਕੁਲ ਕਿਸੇ ਧਰਮ মত ਪੰਥ ਸੰਪਰਦਾਏ ਦੇ ਖਿਲਾਫ ਨਹੀਂ ਹੈ ਸੰਗ ਦਾ ਸੀ ਸੰਗ ਦੇ ਗੀਤ ਗਾਣੇ ਹੁੰਨੇ ਆ ਸ਼ੁੱਧ ਸਾਤਵਿਕ ਪ੍ਰੇਮ ਆਪਣੇ ਕਾਰਜ ਦਾ ਆਧਾਰ ਹੈ ਸੰਗ ਦੇ ਕੰਮ ਦਾ ਬੇਸ ਤੇ ਪ੍ਰੇਮ ਹੈ ਲਵ ਹੈ ਪੀਸ ਹੈ ਹਾਰਮਨੀ ਹੈ ਸੰਗ ਕਿਸੇ ਦੀ ਮੁਖਾਲਫਤ ਚ ਖੜਾ ਨਹੀਂ ਹੋਇਆ ਸੰਗ ਕਿਸੇ ਦੇ ਰਿਐਕਸ਼ਨ ਵੱਜੋਂ ਵੀ ਖੜਾ ਨਹੀਂ ਹੋਇਆ ਸੰਗ ਦਾ ਜੋ ਸੰਗਠਨ ਬਣਿਆ ਜਦੋਂ ਡਾਕਟਰ ਕੇਸ਼ਵ ਹਟਗੀਵਾਰਜੀ ਐਮਬੀਬੀਐਸ ਡਾਕਟਰ ਸੀ ਉਸ ਸਮੇਂ ਦੇ ਉਹਨਾਂ ਨੇ ਜਦੋਂ ਆਰਐਸਐਸ ਬਣਾਈ ਸੀ ਤੇ ਉਹ ਇਸ ਕਰਕੇ ਬਣਾਈ ਸੀ ਕਿ ਇਸ ਦੇਸ਼ ਦੇ ਅੰਦਰ ਉਹਨਾਂ ਨੂੰ ਮਹਿਸੂਸ ਕੀਤਾ ਕਿ ਬਹੁਤ ਸਾਰੀਆਂ ਡਾਈਵਰਸਿਟੀਜ਼ ਦੇ ਕਰਕੇ ਵਖਰੀਆਂ ਆ ਗਿਆ ਯੂਨਿਟੀ ਨਹੀਂ ਹੈ ਆਪਣੇ ਦੇਸ਼ 'ਚ ਇਸ ਲਈ ਉਹ ਕਹਿੰਦੇ ਸੀ ਕਿ ਆਜ਼ਾਦੀ ਲਈ ਲੜਨਾ ਜਿੰਨਾ ਮਹੱਤਵਪੂਰਨ ਹੈ ਉਨਾ ਹੀ ਮਹੱਤਵਪੂਰਨ ਉਸ ਕਾਰਨ ਨੂੰ ਵੀ ਖਤਮ ਕਰਨਾ ਜਿਹਦੇ ਕਰਕੇ ਗੁਲਾਮੀ ਆਈ ਸੀ ਤਾਂ ਗੁਲਾਮੀ ਕਿਉਂ ਆਈ ਆਪਣੇ ਦੇਸ਼ 'ਚ ਕਿਉਂਕਿ ਅਸੀਂ ਆਪਸ ਲੜਦੇ ਸੀ ਕਿ ਅਸੀਂ ਪੰਥ ਦੇ ਨਾਂ ਤੇ ਸੰਪਰਦਾਇ ਦੇ ਨਾਂ ਤੇ ਭਾਸ਼ਾ ਦੇ ਨਾਂ ਤੇ ਪ੍ਰਾਂਤਾਂ ਦੇ ਨਾਂ ਤੇ ਲੜਦੇ ਸੀ ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਸਭ ਲੋਕਾਂ ਨੂੰ ਇਕੱਠਾ ਕਰਨਾ ਚਾਹੀਦਾ ਹੈ ਇਕੱਠੇ ਹੋਣਾ ਚਾਹੀਦਾ ਹੈ ਔਰ ਯੂਨਿਟੀ ਦੀ ਤਾਕਤ ਹੈ ਕਿ ਹਿੰਦੂਤਾ ਲਾਗੂ ਕਰਨਾ ਏਜੰਡਾ ਹੈ ਆਰਐਸਐਸ ਦਾ ਬੀਜੇਪੀ ਦੇਖੋ ਪਰ ਆਰਐਸਐਸ ਦਾ ਕੋਈ ਏਜੰਡਾ ਨਹੀਂ ਹੈ ਹਿੰਦੂਤਵ ਸੰਗ ਦੀ ਵਿਚਾਰਧਾਰਾ ਦਾ ਸਰੋਤ ਹੈ। ਹਮਮ ਔਰ ਜਦੋਂ ਮੈਂ ਕਹਿੰਦਾ ਹਿੰਦੂਤਵ ਤੁਸੀਂ ਸੁਪਰੀਮ ਕੋਰਟ ਦੀ ਗੱਲ ਕਰ ਰਹੇ ਸੀ ਸੁਪਰੀਮ ਕੋਰਟ ਨੇ ਹਿੰਦੂਤਵ ਨੂੰ ਡਿਫਾਈਨ ਕਰਤਾ ਹੈ। ਹਮ ਅਸੀਂ ਜਿਹੜੀ ਗੱਲ ਕਹਿੰਦੇ ਸੀ ਉਹਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਹੈ। ਹਮ ਹਿੰਦੂਤਵ ਕੋਈ ਮਤ ਪੰਥ ਸੰਪਰਦਾਇ ਰਿਲੀਜੀਅਨ ਨਹੀਂ ਹੈ। ਹਮ ਹਿੰਦੂਤਵ ਇਜ਼ ਨਾਟ ਅ ਰਿਲੀਜੀਅਨ। ਹਿੰਦੂਤਵ ਇਜ਼ ਅ ਵੇ ਆਫ ਲਾਈਫ। ਹਮ ਇਹ ਜੀਵਨ ਜੀਣ ਦਾ ਇੱਕ ਤਰੀਕਾ ਹੈ ਜੋ ਇਸ ਦੇਸ਼ ਨੇ ਹਜ਼ਾਰਾਂ ਸਾਲਾਂ ਚ ਸਿੱਖਿਆ ਜੋ ਸਾਡੀਆਂ ਪਰੰਪਰਾਵਾਂ ਚ ਆਇਆ। ਇਸ ਦੇਸ਼ 'ਚ ਜਿੰਨੇ ਵੀ ਮਤ ਪੰਥ ਸੰਪਰਦਾਇ ਨੇ ਉਹ ਸਾਰੇ ਬਾਈ ਐਂਡ ਲਾਰਜ ਉਸ ਜੀਵਨ ਪદ્ધਤੀ ਨੂੰ ਮੰਨਣ ਵਾਲੇ ਨੇ ਉਹ چاہے ਕੋਈ ਵੀ ਹੋਣਗੇ ਇਸ ਲਈ ਸਾਡੇ ਲਈ ਹਿੰਦੂਤਵ ਯਾਨੀ ਕੋਈ ਧਰਮ ਨਹੀਂ ਹੈ ਕੋਈ ਪੰਥ ਨਹੀਂ ਹੈ ਹਿੰਦੂਤਵ ਜੀਵਨ ਜਿੰਦਾ ਇੱਕ ਤਰੀਕਾ ਹੈ ਇੱਕ ਵਿਚਾਰ ਹੈ ਕੁਝ ਨਿਯਮ ਨੇ ਕੁਝ ਅਸੂਲ ਨੇ ਕੁਝ ਸੂਰਪਿਆ ਹੈ ਕਿ ਭਗਵਾ ਕਰਨ ਕਰਦੇ ਹੋ ਤੁਸੀਂ ਤੌਲੀਏ ਵੀ ਭਗਵੇਂ ਰੰਗ ਦੇ ਲਾਓ ਜਿਹੜੀ ਵਿਧਾਨ ਸਭਾ ਉਹਨੂੰ ਵੀ ਭਗਵਾਨ ਰੰਗ ਰੜਾ ਦੀ ਉਹ ਕਰਦੇ ਹੋ ਹਰੇਕ ਨੂੰ ਉਹਦੇ ਵਿੱਚ ਮਤਲਬ ਕੀ ਇਹਦੇ ਨਾਲ ਇਦਾਂ ਹਿੰਦੂਤਵ ਲਾਗੂ ਹੋ ਜਾਊਗਾ ਦੇਖੋ ਇਹ ਜਿਹੜਾ ਭਗਵਾ ਕਰਨ ਸ਼ਬਦ ਹੈ ਨਾ ਅਸੀਂ ਕਦੀ ਭਗਵਾ ਕਰਨ ਸ਼ਬਦ ਦਾ ਇਸਤੇਮਾਲ ਨਹੀਂ ਕਰ ਪਰ ਭਗਵਾ ਕੀਤਾ ਕਿਉਂ ਜਾ ਰਿਹਾ ਕੋਣ ਕੋਈ ਕਿਤੇ ਨਹੀਂ ਕੀਤਾ ਜਾ ਰਿਹਾ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਦਾ ਰੰਗ ਭਗਮਿਆ ਹੋ ਗਿਆ ਜੀ ਉੱਥੇ ਤਹੇ ਤੱਕ ਮੁੱਖ ਮੰਤਰੀ ਸਾਹਿਬ ਦੇ ਉਹਨਾਂ ਦੀ ਜਿਹੜੀ ਕੁਰਸੀ ਦਾ ਰੰਗ ਵੀ ਕਹਿੰਦੇ ਭਗਵਾ ਹੋ ਗਿਆ ਜੀ ਦੇਖੋ ਐਸਾ ਹੈ ਤੁਸੀਂ ਅਗਰ ਆਪਣੇ ਦੇਸ਼ ਦੇ ਧਾਰਮਿਕ ਸਥਾਨਾਂ ਜਾਓ ਭਗਵਾ ਰੰਗ ਕੋਈ ਸੰਗ ਬੀਜੇਪੀ ਯੋਗੀ ਜਿਹਾ ਥੋੜਾ ਹੀ ਹੈ ਭਗਵਾ ਰੰਗ ਸਾਡੇ ਦੇਸ਼ ਦੀ ਸਨਾਤਨ ਸੰਸਕ੍ਰਿਤੀ ਦਾ ਪ੍ਰਤੀਕ ਹੈ ਉਹ ਲਾਗੂ ਕਰਨਾ ਚਾਹੁੰਦੇ ਨਹੀਂ ਲਾਗੂ ਨਹੀਂ ਕਰਨ ਲਾਗੂ ਕਰਨ ਦੀ ਲੋੜ ਹੀ ਨਹੀਂ ਆਲਰੇਡੀ ਲਾਗੂ ਹੈ ਤੁਸੀਂ ਕਿਸੇ ਮੰਦਿਰ ਚਲੇ ਜਾਓ ਛੰਡੇ ਦਾ ਰੰਗ ਕੀ ਹੈ ਸਿਆਸਤ ਹੈ ਜੀ ਤੁਸੀਂ ਗੁਰਦੁਆਰਾ ਤੁਸੀਂ ਕਿਉਂ ਲਿਆਉਣਾ ਚਾਹੁੰਦੇ ਹੋ ਕੋਈ ਨਹੀਂ ਲੈਣਾ ਚਾਹੁੰਦਾ ਬਿਲਕੁਲ ਕੋਈ ਨਹੀਂ ਲੱਗੇ ਆਣਾ ਚਾਹੁੰਦਾ ਕਦੋਂ ਭਾਜਪੀ ਨੇ ਇਹ ਕਿਹਾ ਕਿ ਵੀ ਸਾਰਾ ਰੰਗ ਪਗਵਾ ਕਰ ਦਿਓ ਅਸੀਂ ਤਾਂ ਕਦੀ ਸ਼ਬਦ ਹੀ ਇਸਤੇਮਾਲ ਨਹੀਂ ਕੀਤਾ ਸ਼ਬਦ ਨਹੀਂ ਇਸਤੇਮਾਲ ਕੀਤਾ ਬਿਲਕੁਲ ਨਹੀਂ ਕਰਦਾ ਰਹੇ ਹੋ ਜੀ ਬਿਲਕੁਲ ਨਹੀਂ ਕਰ ਰਹੇ ਨਹੀਂ ਉਹ ਬਿਲਡਿੰਗਾਂ ਹੋ ਰਹੀਆਂ ਜੀ ਤੁਹਾਡੇ ਸਾਹਮਣੇ ਕਿਹੜੀ ਬਿਲਡਿੰਗ ਹੋ ਰਹੀ ਹੈ ਤੇ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਦੀ ਬਿਲਡਿੰਗ ਜੇ ਮੰਨ ਲਓ ਕਿਸੇ ਨੂੰ ਉਹਦੇ ਕਰ ਵੀ ਦਿੱਤਾ ਤੇ ਕੀ ਦਿੱਕਤ ਆ ਗਈ ਨਹੀਂ ਦਿੱਕਤ ਕੋਈ ਨਹੀਂ ਪਰ ਕਿਉਂ ਪਗਵਾ ਰੰਗ ਕੋਈ ਵੀ ਰੰਗ ਕਰ ਸਕਦੇ ਆ ਉਹਦੇ 'ਚ ਕੋਈ ਅਸੀ ਕਿ ਫਿਰ ਬਦਲਣ ਦੀ ਕੀ ਲੋੜ ਪੈਗੀ ਜੀ ਰੰਗ ਦੇ ਬਿਲਕੁਲ ਬਦਲਣਾ ਹੀ ਹੁੰਦਾ ਸਾਰੇ ਨਾਮ ਬਦਲੀ ਜਾ ਰਹੇ ਜ ਹਾਂ ਹੁਣ ਲੇਟਲੀ ਬਦਲਿਆ ਜੀ ਈਵਨ ਦਿਆਲ ਸਿੰਘ ਕਾਲਜ ਦਾ ਨਾਮ ਜਿਹੜਾ ਜੀ ਉਹ ਰੱਖਣਾ ਚਾਹੁੰਦੇ ਸੀ ਕਿਉਂ ਡਾਕਟਰ ਸਾਹਿਬ ਤੁਸੀਂ ਤਾਂ ਪੜੇ ਲਿਖੇ ਹੋ ਦੇਖੋ ਇੱਕ ਨਾਵਾਂ ਦੇ ਵਿੱਚ ਕੀ ਪਿਆ ਹੈ ਜੀ ਨਾਵਾਂ ਚ ਬਹੁਤ ਕੁਝ ਪਿਆ ਜੀ ਕੀ ਪਿਆ ਜੀ ਨਾਵਾਂ ਚ ਬਹੁਤ ਕੁਝ ਪਿਆ ਅਗਰ ਨਾਵਾਂ ਚ ਨਾ ਪਿਆ ਹੁੰਦਾ ਹਾਂ ਤੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਤੇ ਗੁਰੂ ਸਾਹਿਬ ਇਹ ਨਾ ਕਹਿੰਦੇ ਕਿ ਨਾਮ ਦੇ ਪਿੱਛੇ ਸਿੰਘ ਲਗਾਓ ਹਾਂ ਕਿਉਂ ਸ਼ਹਿਰਾਂ ਦੇ ਨਾਮ ਤੇ ਕਿੰਨੇ ਕੁ ਬਦਲਦੇ ਆ ਮੈਂ 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 ਕਹਿਣਾ ਮੈਂ ਉਹ ਮੈਂ ਉਹਨੂੰ ਜੋੜ ਨਹੀਂ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਕਿ ਨਾਵਾਂ ਦੀ ਬੜੀ ਇੰਪੋਰਟੈਂਸ ਹੁੰਦੀ ਹੈ ਅਸੀਂ ਜਦੋਂ ਆਪਣੇ ਘਰ ਚ ਕੋਈ ਬੱਚ ਸੀ ਉਹਦਾ ਨਾਮ ਬੜਾ ਸੋਚ ਕੇ ਵਿਚਾਰ ਕੇ ਆਪਣੇ ਵਿਚਾਰ ਦੇ ਅਨੁਸਾਰ ਆਪਣੇ ਮਤ ਪੰਥ ਦੇ ਅਨੁਸਾਰ ਰੱਖਦੇ ਆ ਕਿਸੇ ਗੁਰੂ ਕੋ ਜਾਨਦੇ ਆ ਸਾਡਾ ਨਾਮ ਰੱਖਦੇ ਆ ਮੈਂ ਜਦੋਂ ਹੁੰਦਾ ਸਾਡੇ ਇਥੇ ਤਾਂ ਪੰਡਿਤ ਕੋ ਜਾਨਦੇ ਆ ਸਿੱਖ ਪਰੰਪਰਾ ਚ ਲੋਗ ਗੁਰੂ ਗ੍ਰੰਥ ਸਾਹਿਬ ਤੋਂ ਵੀ ਵਾਕ ਲੈਂਦੇ ਆ ਨਾਮ ਲੈਂਦੇ ਆ ਹਰ ਹਰੇਕ ਮਤ ਪੰਥ ਦੀ ਆਪਣੀ ਆਪਣੀ ਕਿਉਂ ਆ ਕਿਉਂਕਿ ਨਾਮ ਦੀ ਬੜੀ ਇੰਪੋਰਟੈਂਸ ਹੈ ਇੱਕ ਗੱਲ ਤੁਹਾ ਜੀ ਦਾ ਨਾਮ ਕੀ ਰੱਖਿਆ ਹੁਣ ਦੂਜੀ ਬੰਨੀ ਆਪਾਂ ਗੱਲ ਆ ਜੀ ਨਾਮ ਬਦਲਣ ਦੀ ਗੱਲ ਹੈ ਦੇਖੋ ਕਿਸੇ ਵੀ ਸਮਾਜ ਦੀ ਕੁਝ ਬਿੰਦੂ ਮਾਨ ਬਿੰਦੂ ਹੁੰਦੇ ਆ। ਹਮ ਜਦੋਂ ਉਹਨਾਂ ਮਾਨ ਬਿੰਦੂਆਂ ਨੂੰ ਤੋੜਿਆ ਜਾਂਦਾ ਹੈ, ਜਦੋਂ ਉਹਨਾਂ ਮਾਨ ਬਿੰਦੂਆਂ ਨੂੰ ਢਾਇਆ ਜਾਂਦਾ ਹੈ। ਤੇ ਆਬਵੀਅਸਲੀ ਕਿਸੇ ਵੀ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਪੁਰਾਣੇ ਨਾਮ ਤੋਂ ਜਾਣੇ ਜਾਣ। ਹਮ ਮੈਂ ਇੱਕੋ ਗੱਲ ਉਦਾਹਰਣ ਲੈਣਾ ਪ੍ਰਯਾਗ ਰਾਜ ਦੀ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ। ਹਮ ਹਜ਼ਾਰਾਂ ਸਾਲਾਂ ਤੋਂ ਇਸ ਤੀਰਥ ਦਾ ਨਾਮ ਪ੍ਰਯਾਗ ਰਾਜ ਹੈ। ਹਮ ਵਿਦਾ ਵਿੱਚ ਪ੍ਰਯਾਗ ਦਾ ਜ਼ਿਕਰ ਹੈ, ਪੁਰਾਣਾ ਵਿੱਚ ਪ੍ਰਯਾਗ ਦਾ ਜ਼ਿਕਰ ਹੈ, ਰਾਮਾਇਣ ਵਿੱਚ ਪ੍ਰਯਾਗ ਦਾ ਜ਼ਿਕਰ ਹੈ। ਉਹ ਨਾਮ ਪ੍ਰਯਾਗ ਰਾਜ ਕਿਉਂ ਹੈ? ਹਮ ਪ੍ਰਯਾਗ ਸੰਸਕ੍ਰਿਤ ਦਾ ਸ਼ਬਦ ਹੈ। ਹਾਂ ਪ੍ਰਿਆਗ ਦਾ ਮਤਲਬ ਹੁੰਦਾ ਜਿੱਥੇ ਨਦੀਆਂ ਮਿਲਦੀਆਂ ਉਹਨੂੰ ਅਸੀਂ ਪ੍ਰਿਆਗ ਕਹਿੰਦੇ ਆ ਤੁਸੀਂ ਅਗਰ ਹਿੰਦੁਸਤਾਨ ਜਾਓ ਇਧਰੋਂ ਉੱਤਰਾਖੰਡ ਵੱਲ ਜਾਓ ਉਤਰਾੰਚਲ ਜਿਹੜੀ ਸਟੇਟ ਆ ਸਾਡੀ ਉੱਥੇ ਤੁਹਾਨੂੰ ਅਲੱਗ-ਅਲੱਗ ਪ੍ਰਿਆਗ ਮਿਲਦੇ ਆ ਦੇਵ ਪ੍ਰਿਆਗ ਆ ਰੁਦਰ ਪ੍ਰਿਆਗ ਆ ਜਿੱਥੇ ਹਲਕ ਨੰਦਾ ਤੇ ਉਹ ਮਿਲਦੀ ਬਾਗੀਰਤੀ ਉਹ ਦੇਵ ਪ੍ਰਿਆਗ ਆ ਜਿੱਥੋਂ ਗੰਗਾ ਨਿਕਲਦੀ ਆ ਸਾਰੇ ਪ੍ਰਿਆਗ ਪ੍ਰਿਆਗ ਸ਼ਬਦ ਹੀ ਇਸ ਕਰਕੇ ਉਹਨਾਂ ਸਾਰੇ ਸਥਾਨਾਂ ਨੂੰ ਪ੍ਰਿਆਗ ਕਿਹਾ ਜਾਂਦਾ ਹੈ ਹਿੰਦੁਸਤਾਨ ਜਿੱਥੇ ਨਦੀਆਂ ਮਿਲਦੀਆਂ ਉਹ ਸ਼ੁੱਧ ਹੋ ਗਿਆ ਜੀ ਨਾਮ ਨਹੀਂ 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 ਸ਼ੁੱਧ ਨਹੀਂ ਗੱਲ ਪੂਰੀ ਬੋਲ ਲੈਂਦਾ ਨਾ ਮੇਰੀ ਦਰਾ ਪ੍ਰਯਾਗ ਰਾਜ ਹੈ ਉੱਥੇ ਕਿਉਂਕਿ ਗੰਗਾ ਯਮੁਨਾ আর ਸਰਸਵਤੀ ਦੇਸ਼ ਦੀਆਂ ਤਿੰਨ ਵੱਡੀਆਂ ਨਦੀਆਂ ਜਿਨ੍ਹਾਂ ਨੇ ਇਸ ਦੇਸ਼ ਦੀ ਸੱਭਿਅਤਾ ਨੂੰ ਖੜਾ ਕੀਤਾ ਤੇ ਕੋਈ ਇਸ ਦੇਸ਼ ਦੀ ਸੱਭਿਅਤਾ ਕਿੱਥੋਂ ਖੜੀ ਹੋਈ ਆਪਣਾ ਜਿਹੜਾ ਇਹ ਪੂਰਾ ਖੇਤਰ ਹੈ ਜਿਸ ਨੂੰ ਪਹਿਲਾਂ ਕਦੇ ਸਫਤ ਸਿੰਧੂ ਕਹਿੰਦੇ ਸੀ ਫਿਰ ਇਹਨੂੰ ਪੰਚਨਦ ਕਹਿਣ ਲੱਗੇ ਹੁਣ ਅਸੀਂ ਪੰਜਾਬ ਕਹਿੰਦੇ ਆ ਪੂਰਾ ਜਿਹੜਾ ਇਸ ਸਰਸਵਤੀ ਸਿਵਲਾਈਜੇਸ਼ਨ ਹੈ ਬੀਸੀ ਸਰਸਵਤੀ ਸਭਿਤਾ ਵਿਕਸਿਤ ਹੋਈ ਗੰਗਾ ਦੇ ਕਿਨਾਰੇ ਪੂਰੀ ਹਿੰਦੁਸਤਾਨੀ ਸਭਿਤਾ ਵਿਕਸਿਤ ਹੋਈ ਸਭਿਤਾਵਾਂ ਇੰਨੀਆਂ ਜਿਆਦੀਆਂ ਨੇ ਤਾਂ ਹੀ ਕਰਕੇ ਮੁਰਗੀ ਦੀ ਪਛਾਣ ਹੈ ਨਾ ਜਿਆਦਾ ਨਹੀਂ ਹੈ ਜਿਆਦਾ ਨਹੀਂ ਹੈ ਮੁਰਗੀ ਦੀ ਪਛਾਣ ਤਾਂ ਹੀ ਹੈ ਨਾ ਹਾਂ ਮੈਂ ਇਹ ਕਹਿ ਰਿਹਾ ਫਿਰ ਫਿਰ ਉਹਨੂੰ ਉਹਨੂੰ ਢਾ ਕੇ ਇੱਕ ਕਿਉਂ ਕਰ ਦੇਣਾ ਚਾਹੁੰਦੇ ਹੋ ਗੱਲ ਤੇ ਪੂਰੀ ਹੋ ਲੰਦੇ ਹੋ ਇਸ ਕਰਕੇ ਦਾ ਨਾਮ ਸੀ ਪ੍ਰਿਆਗਰਾਜ ਕਿਉਂਕਿ ਇੱਥੇ ਤਿੰਨ ਵੱਡੀਆਂ ਨਦੀਆਂ ਗੰਗਾ ਯਮੁਨਾ ਔਰ ਸਰਸਵਤੀ ਮਿਲਦੀਆਂ ਸੀ ਇਸ ਕਰਕੇ ਕਿਹਾ ਕਿ ਪ੍ਰਿਆਗਾਂ ਦਾ ਵੀ ਰਾਜ ਹੈ ਪ੍ਰਿਆਗਾਂ ਦਾ ਵੀ ਰਾਜਾ ਹੈ ਔਰ ਹਜ਼ਾਰਾਂ ਸਾਲਾਂ ਤੋਂ ਇੱਕ ਨਾਮ ਪ੍ਰਿਆਗਰਾਜ ਸੀ ਹਿੰਦੂਆਂ ਦਾ ਸਭ ਤੋਂ ਵੱਡਾ ਤੀਰਥ ਸੀ ਇੱਥੇ ਕੁੰਭ ਦਾ ਮੇਲਾ ਲੱਗਦਾ ਸੀ ਇੱਕ ਵਿਦੇਸ਼ੀ ਹਮਲਾਵਰ ਆਇਆ ਉਨੇ ਸਾਡੇ ਤੇ ਰਾਜ ਕੀਤਾ ਉਹਨੇ ਆਪਣੀ ਜਿੱਤ ਦੇ ਪ੍ਰਤੀਕ ਚ ਉਹਨੇ ਪ੍ਰਯਾਗ ਰਾਜ ਦਾ ਨਾਮ ਬਦਲ ਕੇ ਅੱਲਾਬਾਦ ਕਰਤਾ ਹੁਣ ਉਸ ਸਥਾਨ ਤੇ ਅੱਲਾਦਾ ਤੇ ਕੋਈ ਜੁੜਦਾ ਨਹੀਂ ਹੈ ਨਾ ਕਿਉਂਕਿ ਉੱਥੇ ਉੱਥੇ ਤਾਂ ਪ੍ਰਯਾਗ ਰਾਜ ਸੀ ਤੁਸੀਂ ਨਾਮ ਬਦਲਤਾ ਅੱਲਾ ਅੱਲਾ ਫਿਰ ਕਿਸੇ ਮੁਸਲਿਮ ਕੰਟਰੀ ਚ ਹੋ ਸਕਦਾ ਨਹੀਂ ਜਾਂ ਜਿੱਥੇ ਮੁਸਲਿਮ ਮੌਜੂਦ ਹੋਵੇ ਉੱਥੇ ਹੋ ਸਕਦਾ ਮੈਂ ਨਹੀਂ ਕਹਿ ਰਿਹਾ ਵੀ ਕਿਸੇ ਨਾਮ ਦਾ ਕੋਈ ਸਥਾਨ ਤਾਂ ਹੁੰਦਾ ਨਾ ਕੋਈ ਵਿਅਕਤੀ ਕਿਤੇ ਗਿਆ ਹੂੰ ਉਹਦੀ ਯਾਦ ਚ ਆਪਾਂ ਉੱਥੇ ਮੰਦਿਰ ਬਣਾਤਾ ਉਹਦੀ ਯਾਦ ਚ ਆਪਾਂ ਉੱਥੇ ਚਰਚ ਬਣਾਤੀ ਉਹਦੀ ਯਾਦ ਚ ਆਪਾਂ ਉੱਥੇ ਗੁਰਦੁਆਰਾ ਸਾਹਿਬ ਬਣਾਤਾ ਲੇਕਿਨ ਤੀਜਾ ਬੰਦਾ ਕੋਈ ਜਿਹਦਾ ਉੱਥੇ ਕੋਈ ਕਨੈਕਟ ਨਹੀਂ ਸੀ ਫਿਰ ਉਹ ਗੱਲ ਅੱਲਾਬਾਦ ਸਾਹਿਬ ਲਾਗੂ ਤਾਂ ਉਹੀ ਏਜੰਡਾ ਕਰਨਾ ਚਾਹੁੰਦੇ ਹੋ ਮੈਂ ਏਜੰਡਾ ਨਹੀਂ ਕਰ ਰਿਹਾ ਬਈ ਤੁਸੀਂ ਇੱਕ ਨਾਮ ਬਦਲਤਾ ਤੁਸੀਂ ਤੁਹਾਨੂੰ ਅੱਲਾ ਨਹੀਂ ਚਾਹੀਦਾ ਨਹੀਂ ਅੱਲਾ ਕਿਉਂ ਨਹੀਂ ਚਾਹੀਦਾ ਬਿਲਕੁਲ ਚਾਹੀਦਾ ਕਿਉਂ ਨਹੀਂ ਚਾਹੀਦਾ ਫਿਰ ਉਹਨੂੰ ਕਿਉਂ ਬਦਲਤਾ ਜੀ ਅੱਲਾਬਾਦ ਵੀ ਪ੍ਰਿਆਗਰਾ ਸੀ ਨਾ ਨਾਮ origignal ਪ੍ਰਿਆਗਰਾ ਸੀ ਤੁਸੀਂ ਜੇ ਅੱਲਾਬਾਦ ਵੀ ਰਹਿ ਜਾਂਦਾ ਤੇ ਫਿਰ ਫਰਕ ਕੀ ਸੀਗਾ ਜੀ ਉਹ ਪ੍ਰਿਆगराज ਕਿਉਂ ਸੀ ਕਿਉਂਕਿ ਨਦੀਆਂ ਦਾ ਸੰਗਮ ਹੈ ਨਦੀਆਂ ਦੇ ਸੰਗਮ ਨੂੰ ਪ੍ਰਿਆਗ ਕਹਿੰਦੇ ਆ ਨਦੀਆਂ ਦੇ ਸੰਗਮ ਨੂੰ ਅੱਲਾਬਾਦ ਨਹੀਂ ਕਹਿੰਦੇ ਨਦੀਆਂ ਦੇ ਸੰਗਮ ਨੂੰ ਪ੍ਰਿਆਗ ਕਹਿੰਦੇ ਆ ਇਸ ਕਰਕੇ ਉਹ ਪ੍ਰਿਆਗਰਾਜ ਹੈ ਔਰ ਜੜਾ ਸਥਾਨ ਦੇਖੋ ਪੁਰਾਣਾ ਮੰਨੋ ਹਰੇਕ ਧਰਮ ਸਥਾਨ ਦੇ ਕੁਝ ਇੰਪੋਰਟੈਂਟ ਸਥਾਨ ਹੁੰਦੇ ਆ ਉਹਨਾਂ ਸਥਾਨਾਂ ਦਾ ਨੂੰ ਰਹਿਣਾ ਚਾਹੀਦਾ ਮੱਕਾ ਮਦੀਨਾ ਉੱਤੇ ਬਿਲਕੁਲ ਉਹੀ ਹੋਣਾ ਚਾਹੀਦਾ ਤੁਸੀਂ ਦੇਖੋ ਜੀ ਮੱਕਾ ਮਦੀਨਾ ਦਾ ਨਾਮ ਬਦਲ ਕੇ ਰੱਖ ਦਈਏ ਉਮੀਦ ਕਰੀਏ ਕਿ ਅੰਮ੍ਰਿਤਸਰ ਦਾ ਨਾਮ ਬਦਲੂਗਾ ਜਾਂ ਤੁਸੀਂ ਕਹੋ ਕਿ ਵੈਟਿਕਨ ਦਾ ਨਾਮ ਬਦਲ ਦਈਏ ਭਈ ਅਗਰ ਵੈਟਿਕਨ ਵੈਟਿਕਨ رہ ਸਕਦਾ ਹੈ ਅਗਰ ਮੱਕਾ ਮਦੀਨਾ ਮੱਕਾ ਮਦੀਨਾ رہ ਸਕਦਾ ਹੈ ਅਗਰ ਬਾਕੀ ਧਰਮ ਸਥਾਨਾਂ ਦੇ ਸਥਾਨ ਉਹਨਾਂ ਦੇ ਨਾਮ ਦੇ ਹਿਸਾਬ ਨਾਲ رہ ਸਕਦੇ ਨੇ ਤੇ ਆਜ਼ਾਦ ਹਿੰਦੁਸਤਾਨ ਚ ਇਸ ਦੇਸ਼ ਦੀ ਜਿਹੜੀ ਪਰੰਪਰਾ ਹੈ ਹਜ਼ਾਰਾਂ ਸਾਲਾਂ ਤੋਂ ਜਿੱਥੇ ਕੁੰਭ ਲੱਗਦਾ ਹੈ ਪ੍ਰਿਆਗ ਹੈ ਉਹ ਪ੍ਰਿਆਗ ਰਾਜ ਕਿਉਂ ਨਹੀਂ ਹੋ ਸਕਦਾ ਦਿਆਲ ਸਿੰਘ ਕਾਲਜ ਦੇ ਨਾਲ ਕੀ ਸਮੱਸਿਆ ਆ ਗਈ ਸੀ ਮੁੰਡੇ ਮਾਤਰਮ ਨਾਮ ਲੰਝ ਕੀ ਪ੍ਰੋਬਲਮ ਹੈ ਨਹੀਂ ਦਿਆਲ ਜੀ ਨੇ ਜੀ ਨੇ ਉਹ ਬਣਾਇਆ ਬਦਲ ਨਹੀਂ ਰਹੇ ਬਦਲਣ ਦੀ ਕੋਸ਼ਿਸ਼ ਤਾਂ ਪੂਰੀ ਹੋਈ ਜੀ ਪਹਿਲੀ ਗੱਲ ਪਾਰਟੀ ਨੇ ਨਹੀਂ ਕੀਤੀ ਉਹਦੇ ਵਿੱਚ ਬਿਲਕੁਲ ਭਾਜਪਾ ਦਾ ਕੋਈ ਰੋਲ ਨਹੀਂ ਉਹਦੇ ਵਿੱਚ ਉਹ ਉਥੋਂ ਦੀ ਲੋਕਲ ਮੈਨੇਜਮੈਂ ਔਰ ਉਹਦੇ ਚ ਵੀ ਮੇਰਾ ਕੋ ਪਰਸਨਲ ਕੁਝ ਨਹੀਂ ਅਮਿਤਾਬ ਸੇਨਾ ਕਿਨੇ ਲਾਇਆ ਜੀ ਤੁਸੀਂ ਹੀ ਲਾਇਆ ਹੋਇਆ ਅਸਾਨ ਨਹੀਂ ਹੁੰਦਾ ਪੰਨੂ ਜੀ ਲੇਕਿਨ ਉੱਚਵੀਂ ਤਾਂ ਨਹੀਂ ਗੱਲ ਕਰਾਂ ਬੰਦੇ ਮਾਤਰਮ ਨਾਮ ਨਾਲ ਜੁੜਨਾ ਇਹ ਗੌਰਵ ਦਾ ਪ੍ਰਤੀਕ ਹੈ ਕਿ ਘਟਨਾ ਪ੍ਰਤੀਕ ਹੈ ਜਿਸ ਬੰਦੇ ਨਾਲ ਸਿਰਫ ਬੰਦੇ ਮਾਤਰਮ ਨਾਲ ਜੁੜਨਾ ਹੀ ਗੌਰਵ ਦਾ ਪ੍ਰਤੀਕ ਹੈ ਨਹੀਂ ਪਰ ਉਹਦੇ ਚ ਹਰਜੀ ਵੀ ਕੀ ਹੈ ਨਹੀਂ ਅਗਰ ਅਗਰ ਮੰਨ ਲਓ ਕਿਸੇ ਸਥਾਨ ਦੇ ਨਾਮ ਦੇ ਨਾਲ ਬੰਦੇ ਮਾਤਰਾਮ ਲੱਗ ਜਾਏ ਅਗਰ ਕਿਸੇ ਸਥਾਨ ਦੇ ਨਾਮ ਦੇ ਨਾਲ ਭਾਰਤ ਲੱਗ ਜਾਏ ਤੇ ਉਹਦਾ ਨਾਮ ਦੀ ਸ਼ੌਕਤ ਵੱਧਦੀ ਹੈ ਕਿ ਘਟਦੀ ਹੈ ਨਹੀਂ ਕੁਝ ਲੋਕਾਂ ਨੂੰ ਪਸੰਦ ਨਹੀਂ ਆ ਤੁਸੀਂ ਨਹੀਂ ਬਦਲੋ ਕੋਈ ਦਿੱਕਤ ਨਹੀਂ ਆਉਦੀ ਲੇਕਿਨ ਮੇਰਾ ਪਰਸਨਲ ਓਪੀਨੀਅਨ ਉਹ ਪਾਰਟੀ ਦਾ ਓਪੀਨੀਅਨ ਨਹੀਂ ਹੈ ਨਾ ਹੀ ਪਾਰਟੀ ਨੇ ਨਾਮ ਬਦਲਿਆ ਨਾ ਹੀ ਪਾਰਟੀ ਨੇ ਉਹਦੀ ਸਿਫਾਰਿਸ਼ ਕੀਤੀ ਨਾ ਹੀ ਪਾਰਟੀ ਦਾ ਕੋਈ ਓਪੀਨੀਅਨ ਹੈ ਮੇਰੀ ਪਰਸਨਲ ਓਪੀਨੀਅਨ ਇਹ ਹੈ ਕਿ ਅਗਰ ਬੰਦੇ ਮਾਤਰਮ ਨਾਮ ਨਾਲ ਮੇਰੇ ਨਾਮ ਦੇ ਨਾਲ ਵੀ ਲੱਗਦਾ ਹੈ ਕੱਲ ਨੂੰ ਤੇ ਮੇਰੇ ਲਈ ਗੌਰਵ ਦਾ ਵਿਸ਼ੇ ਹੈ ਕਿਉਂ ਕਿ ਬੰਦੇ ਮਾਤਰਮ ਦਾ ਨਾਰਾ ਲਾ ਕੇ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਗਈ ਭਗਤ ਸਿੰਘ ਫਾਂਸੀ ਤੇ ਚੜਿਆ ਬੰਦੇ ਮਾਤਰਮ ਦਾ ਨਾਰਾ ਲਾ ਕੇ ચંદ્રਸ਼ੇਖਰ ਆਜ਼ਾਦ ਨੇ ਗੋਲੀ ਮਾਰ ਕੇ ਸ਼ਹਾਦਤ ਦਿੱਤੀ ਬੰਦੇ ਮਾਤਰਮ ਦਾ ਨਾਰਾ ਲਾ ਕੇ ਹਜ਼ਾਰਾਂ ਨੌਜਵਾਨ ਫਾਂਸੀਆਂ ਦੇ ਫੰਦੇ ਤੇ ਚੜੇ ਕਾਲੇ ਪਾਣੀ ਦੀਆਂ ਸਜ਼ਾਵਾਂ ਭੁਗਤੀਆਂ ਬੰਦੇ ਮਾਤਰਮ ਦਾ ਨਾਮ ਲੈ ਕੇ ਤਾਂ ਅਗਰ ਬੰਦੇ ਮਾਤਰਮ ਲਿਖਿਆ ਵੀ ਜਾਂਦਾ ਕਿ ਮੈਂ ਮਾਤਾ ਦੀ ਬੰਦਨਾ ਕਰਦਾ ਕਿ ਮੁਲਕ ਦਾ ਨਾਮ ਕੱਲ ਨੂੰ ਬੰਦੇ ਮਾਤਰਮ ਭਾਰਤ ਹੋ ਜਾਊਗਾ ਕੋਈ ਅਰਜ਼ ਨਹੀਂ ਹੈ ਕੀ ਅਰ देखो नाम आदमी दी पहचान है सिर्फ आदमी दी पहचान नहीं है नाम देश दी संस्कृति दी सभ्यता दी भी पहचान है अगर ਤੁਸੀਂ ਨਾਮ ਬਦਲ ਦਿਓਗੇ ਉਹਦੀ ਪਛਾਣ ਖਤਮ ਹੋ ਜਾਏਗੀ ਤੁਹਾਡੀ ਪਛਾਣ ਬਲਤੇਜ ਪੰਨੂ ਹੈ ਕੱਲ ਨੂੰ ਕੋਈ ਤੁਹਾਡਾ ਨਾਮ ਬਦਲ ਦੇ ਬਲਤੇਜ ਪੰਨੂ ਦੀ ਜਗ੍ਹਾ ਬੁਝੇ ਲਾ ਕਰ ਦੇ ਸਰ ਇਹ ਮੇਰਾ ਇੰਡੀਵਿਜੁਅਲ ਹੈ ਮੇਰੇ ਮਾਪਿਆਂ ਦਾ ਕਿਸਮਤ ਹੈ ਓਏ ਓਏ ਇਹ ਮੁਲਕ ਦੀ ਪ੍ਰਾਪਰਟੀ ਤੁਹਾਡੀ ਹੈ ਜੀ ਬਈ ਮੁਲਕ ਵੀ ਤਾਂ ਕਿਸ ਤਰ੍ਹਾਂ ਮੰਨਦਾ ਮੁਲਕ ਵੀ ਹਜ਼ਾਰਾਂ ਸਾਲਾਂ ਦੇ ਜਿਹੜੀ ਪਰੰਪਰਾਵਾਂ ਨਾਲ ਮੁਲਕ ਖੜੇ ਹੁੰਦੇ ਹਨ ਨਾ ਜੀ ਅਗਰ ਪ੍ਰਯਾਗ ਰਾਜ ਦਾ ਨਾਮ ਹਜ਼ਾਰਾਂ ਸਾਲਾਂ ਤੋਂ ਪ੍ਰਯਾਗ ਰਾਜ ਚੱਲਿਆ ਆ ਰਿਹਾ ਹੈ ਉਮੀਦ ਕਰੀਏ ਕਿ ਪ੍ਰਯਾਗ ਰਾਜ ਦੇ ਵਿੱਚ ਹੁਣ ਕੋਈ ਅਨਪੜ ਨਹੀਂ ਰਹੂਗਾ ਕਿ ਕੋਈ ਗਰੀਬ ਨਹੀਂ ਰਹੂਗਾ ਅੱਲਾਹਾਬਾਦ ਤੇ ਕੋਈ ਅੱਲਾਹਾਬਾਦ ਚ ਕੋਈ ਅਨਪੜ ਨਹੀਂ ਸੀ ਤੇ ਫਿਰ ਇਲਾਹਾਬਾਦ ਚ ਕੋਈ ਗਰੀਬ ਨਹੀਂ ਸੀ ਬੈਟਰ ਸੀ ਕਿ ਐਜੂਕੇਸ਼ਨ ਦੇ ਉੱਤੇ ਕੰਮ ਹੁੰਦਾ ਬੈਟਰ ਸੀਗਾ ਉੱਥੇ ਮੈਡੀਕਲ ਦੋਨਾਂ ਗੱਲਾਂ ਨੂੰ ਮਿਕਸ ਨਾ ਕਰੋ ਦੋਨਾਂ ਗੱਲਾਂ ਨੂੰ ਮਿਕਸ ਨਾ ਕਰੋ ਬਿਲਕੁਲ ਮਿਕਸ ਕਿਉਂ ਨਹੀਂ ਦੇਖੋ ਮਤਲਬ ਕਿ ਜਦੋਂ ਪਾਸੇ ਵੱਲ ਨੂੰ ਅਗਰ ਅਸੀਂ ਆਜ਼ਾਦੀ ਲੈਣ ਲਈ ਕਈ ਇਦਾ ਮਤਲਬ ਇਹ ਹੋ ਗਿਆ ਕਿ ਹਿੰਦੁਸਤਾਨ ਆਜ਼ਾਦ ਹੋ ਗਿਆ ਤਾਂ ਉਸ ਤੋਂ ਤੇ ਨੀ ਗਰੀਬੀ ਖਤਮ ਹੋ ਗਈ ਉਸ ਤੋਂ ਤੇ ਨਹੀਂ ਰੋਟਾ ਖਾਣ ਦੇਣ ਦੇ ਵਿੱਚ ਜਿਹੜਾ ਅਮਰਸਰ ਆ ਉਹ ਦੀਨਦਿਆਲ ਉਪਾਧੀ ਅਮਰਸਰ ਅਮਰਸਰ ਦਾ ਨਾਮ ਅਮਰਸਰ ਸਾਹਿਬ ਆ ਬਿਲਕੁਲ ਅਸੀਂ ਮੰਨਣਾ ਕਿ ਨੀ ਸ਼੍ਰੀ ਅਮਰਸਰ ਕਿਉਂ ਅਮਰਸਰ ਸਾਹਿਬ ਹੈ ਕਿਉਂਕਿ ਉੱਥੇ ਅਮਰਿਤਸਰ ਸਰੋਵਰ ਹੈ ਹਾਂ ਉਹਦੀ ਰੈਲੀਵੈਂਸ ਹੈ ਹੋ ਸਕਦਾ ਉਹਦਾ ਕਾਰਨ ਨਾਮ ਬੰਦੇ ਮਾਤਨ ਕਰਨ ਤੋਂ ਕਿਉਂ 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 ਤੁਰਪੈ ਜਿਵੇਂ ਇੱਥੇ ਹੋ ਗਿਆ ਜੀ ਕਿੱਦੇ ਹੋ ਗਿਆ ਅੱਲਾ ਦੇ ਵਿੱਚ ਉਹਦਾ ਨਾਮ ਪ੍ਰਿਆਗਰਾਜ ਸੀ ਇਸ ਕਰਕੇ ਹੋ ਗਿਆ ਅੱਲਾ ਤੋਂ ਨਫ਼ਰਤ ਹੋ ਗਈ ਭਾਈ ਨਹੀਂ ਨਫ਼ਰਤ ਹੈ ਅਸੀਂ ਕਿੰਨੇ ਨਵੇਂ ਨ ਨੂੰ ਕਿਉਂ ਪ੍ਰਿਆਗਰਾਜ ਕਨਵਰਟ ਕਰਨਾ ਚਾਹੀਦਾ ਅੱਲਾਬਾਦ ਕੋਈ ਹੋਰ ਬਸਾਇਆ ਨਹੀਂ ਕਿਉਂ ਕਨਵਰਟ ਕਰਨਾ ਚਾਹੁੰਦੇ ਹੋ ਪ੍ਰਿਆਗਰਾਜ ਨੂੰ ਅੱਲਾਬਾਦ ਅੱਲਾਬਾਦ ਕਿਉਂ ਨਹੀਂ ਰਹਿਣ ਦੇਣਾ ਦਿੱਤੇ ਥੈਟ ਵਾਸ ਨੋਟ ਸਿੰਬਲ ਆਫ ਰਿਲੀਜਨ ਸਰ ਥੈਟ ਵਾਸ ਸਿੰਬਲ ਆਫ ਸਲੇਵਰੀ ਹੋ ਗਿਆ ਸਿੰਬਲ ਬਣ ਗਿਆ ਜਿੱਤਨ ਜਿੱਤਨ ਵਾਲੇ ਹਾਕਮਾਂ ਨੇ ਸਾਨੂੰ ਹਰਾ ਕੇ ਸਾਡੂੰ ਹਰਾ ਕੇ ਸਾਡੇ ਧਾਰਮਿਕ ਸੰਸਥਾਨਾਂ ਦੇ ਨਾਮ ਬਦਲ ਕੇ ਕੀਤੇ ਤਾਂ ਮੈਂ ਇੱਕ ਉਦਾਹਰਣ ਦਿੰਦਾ ਬਾਰ-ਬਾਰ ਗੱਲਾਂ ਦੀ ਹੈ ਕਿ ਭਈ ਰਾਮ ਮੰਦਿਰ ਬਾਬਰੀ ਦੀ ਗੱਲ ਕਰਨਾ ਪਰ ਬ੍ਰੇਕ ਲੈਣੀ ਇੱਕ ਵਾਰ ਰਾਮ ਮੰਦਿਰ ਬਾਬਰੀ ਦੇਖੋ ਕੁਸੀਂ ਜਦੋਂ ਕਿਸੇ ਨੂੰ ਹਰਾਉਂਦੇ ਹੋ ਨਾ ਤੇ ਆਪਣੇ ਜਿੱਤ ਦਾ ਕੋਈ ਨਾ ਕੋਈ ਸਿੰਬਲ ਉੱਥੇ ਲਾਉਂਦੇ ਹੋ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਜੀ ਹਜ਼ਾਰਾਂ ਨਾਮ ਇਸ ਦੇਸ਼ 'ਚ ਬਦਲੇ ਗਏ ਆ ਕਲਕੱਤਾ ਦਾ ਨਾਮ ਕੋਲਕਾਤਾ ਹੋਇਆ ਹੈ ਮਦਰਾਸ ਦਾ ਨਾਮ ਚ ਨਹੀਂ ਹੋਇਆ ਬੈਂਗਲੌਰ ਦਾ ਨਾਮ ਬੈਂਗਲੁਰੂ ਹੋਇਆ ਗੁਰੂਗਾਂਵ ਦਾ ਨਾਮ ਗੁਰੂਗ੍ਰਾਮ ਹੋਇਆ ਈਵਨ ਉੱਤਰ ਪ੍ਰਦੇਸ਼ 'ਚ ਮਾਇਆਵਤੀ ਜੀ ਨੇ ਕਿੰਨੇ ਸ਼ਹਿਰਾਂ ਦੇ ਨਾਮ ਬਦਲੇ ਆ ਕਿੰਨੇ ਸ਼ਹਿਰਾਂ ਦੇ ਨਾਮ ਰੱਖੇ ਗਏ ਆ ਜੁਤੀਬਾਬਾਏ ਫੁਲਾ ਨਗਰ ਹੋਇਆ ਕਿੰਨੇ ਨਾਮ ਬਦਲੇ ਫਿਰ ਉਹਨਾਂ ਦੀ ਤਕਦੀਰ ਬਦਲ ਗਈ ਨਹੀਂ ਤਕਦੀਰ ਗੱਲ ਤਕਦੀਰ ਬਦਲਦੀ ਨਹੀਂ ਹੁੰਦੀ ਜੀ ਗੱਲ ਇਹ ਹੁੰਦੀ ਹੈ ਵਿਕਟੋਰੀਆ ਟਰਮੀਨਲ ਹੈ ਮਾ ਜਿਹੜਾ ਮੁੰਬਈ ਦੇ ਅੰਦਰ ਬਹੁਤ ਵੱਡਾ ਸਟੇਸ਼ਨ ਸੀ ਵਿਕਟੋਰੀਆ ਅਸੀਂ ਨਾਮ ਬਦਲ ਕੇ ਚਤਰਪਤੀ சிவாਜੀ ਟਰਮੀਨਲ ਰੱਖਿਆ ਆਜ਼ਾਦ ਹਿੰਦੁਸਤਾਨ 'ਚ ਵਿਕਟੋਰੀਆ ਟਰਮੀਨਲ ਕਿਉਂ ਰਹੇ ਬਹੁਤ ਸਾਰੇ ਅੰਮ੍ਰਿਤਸਰ ਚ ਮੂਰਤੀ ਲੱਗੀ ਸੀ ਵਿਕਟੋਰੀਆ ਦੀ ਅਸੀਂ ਹਟਾ ਕੇ ਉਹ ਮਤਲਾਂ ਢਿੰਗਾ ਦੀ ਮੂਰਤੀ ਲਾਈ ਆਪਾਂ ਇਹ ਇੱਕ ਸਿੰਬਲ ਪ੍ਰਾਈਡ ਵੀ ਹੈ ਇਟਸ ਨਾਟ ਅਬਾਊਟ ਕਿ ਭਈ ਹਾਲਾਤ ਬਦਲ ਜਾਣਗੇ ਹਾਲਾਤ 1947 14 ਅਗਸਤ ਨੂੰ ਵੀ ਹੋਈ ਸੀ 15 ਅਗਸਤ ਨੂੰ 1947 ਹਾਲਾਤ ਤਾਂ ਅੱਜ ਵੀ ਹੋਈ ਹੈ ਡਾਕਟਰ ਸਾਹਿਬ ਅਸੀਂ ਆਪਾਂ ਬ੍ਰੇਕ ਲੈ ਲਈਏ 1 ਛੋਟੀ ਜਿਹੀ ਅੱਜ ਬ੍ਰੇਕ ਲੈ ਲਈਏ ਦੁਨੀਆ ਦੀ ਉੱਪਰ ਦੀ ਤਾਕਤ ਹਾਂ ਤਾਂ ਹੀ ਉਹ ਰਾਤ ਨੂੰ ਫੈਸਲੇ ਹੁੰਦੇ ਆ ਜੀ 2:30 ਵਜੇ ਆਫਿਸ ਬੰਦ ਕਰਕੇ ਸੀ ਜੀ ਪੂਰੀ ਦੁਨੀਆ ਚ ਹੁੰਦੇ ਆ ਆਪਾਂ ਗੱਲ ਕਰਦੇ ਆ ਇਹਦੇ ਉੱਤੇ ਕਰ ਇਹਦੇ ਉੱਤੇ ਕਰਦੇ ਆ ਜੀ ਬਾਜ ਬਾਜ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਪਰਤ ਰਹੇ ਹਾਂ ਸਵਾਗਤ ਹੈ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਫਾਇਰ ਲਾਈਨ ਦੇ ਵਿੱਚ ਔਰ ਸਾਡੇ ਨਾਲ ਡਾਕਟਰ ਸੁਪਾਸ ਸ਼ਰਮਾ ਜੀ ਮੌਜੂਦ ਨੇ ਸੈਕਟਰੀ ਨੇ ਉਹ ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਔਰ ਅਸੀਂ ਪੰਜਾਬ ਦੇ ਉੱਤੇ ਵੀ ਆਵਾਂਗੇ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਸਾਂਝ ਅਕਾਲੀ ਦਲ ਦੇ ਨਾਲ ਜਿਹੜੀ ਜੀ ਨੂੰ ਕਹਿੰਦੇ ਨੌ ਮਾਸਤਾ ਰਿਸ਼ਤਾ ਉਹਦੇ ਉੱਤੇ ਬਾਅਦ ਦੇ ਵਿੱਚ ਗੱਲਬਾਤ ਜਿਹੜੀ ਕਰਦੇ ਆ ਇਸ ਵੇਲੇ ਬਹੁਤ ਇੱਕ ਹੌਟ ਜਿਹੜਾ ਟੌਪਿਕ ਹੈ ਜਿਹੜੀ ਗੱਲ ਪੂਰੀ ਦੁਨੀਆ ਦੇ ਵਿੱਚ ਤੁਸੀਂ ਕਹੋ ਜਿੱਥੇ-ਜਿੱਥੇ ਸਾਡਾ ਭਾਰਤੀ ਭਾਈਚਾਰਾ ਬੈਠਾ ਹੈ ਉਹਦੇ ਵਿੱਚ ਉਹ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਹੋਇਆ ਡਾਕਟਰ ਸਾਹਿਬ ਹੁੰਦਾ ਇਹ ਹੈ ਕਿ ਸੁਪਰੀਮ ਕੋਰਟ ਦੇ ਜੱਜ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰਨ ਦੇ ਇਤਿਹਾਸ 'ਚ ਪਹਿਲੀ ਵਾਰੀ ਜਿਹੜਾ ਜੀ ਉਹ ਹੁੰਦਾ ਜਿਹੜੇ ਕੁਝ ਬੁੱਧੀਜੀਵੀ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ ਕੱਲ ਇੱਕ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਉਹਦੀ ਗ੍ਰਿਫਤਾਰੀ ਹੋ ਗਈ ਸੀਬੀਆਈ ਜਿਹੜੀ ਕਿ ਕਿਉਂਕਿ ਹਰ ਬੰਦਾ ਇੱਕ ਗੱਲ ਕਹਿੰਦਾ ਜੀ ਕਿ ਕੋਈ ਗੱਲ ਹੋਈ ਛੋਟੀ ਤੋਂ ਛੋਟੀ ਕਹਿੰਦਾ ਸੀਬੀਆਈ ਤੋਂ ਜਾਂਚ ਕਰਾ ਲਓ ਇਹ ਤੇ ਈਵਨ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਪੰਜਾਬ ਹਰਿਆਣਾ ਹਾਈ ਕੋਰਟ ਚ ਲਿਖ ਕੇ ਦੇ ਗਏ ਕਿ ਮੈਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਸੀਬੀਆਈ ਤੋਂ ਜਾਂਚ ਕਰਾ ਲਓ ਬਰਗਾੜੀ ਕਾਂਡ ਚ ਫਸੇ ਪੁਲਿਸ ਆਫੀਸਰ ਕਹਿੰਦੇ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਸੀਬੀਆਈ ਮਤਲਬ ਕਿ ਇੰਨਾ ਭਰੋਸਾ ਉਹ ਭਰੋਸਾ ਲੋਕਾਂ ਦਾ ਕਿਉਂ ਟੁੱਟ ਗਿਆ ਜੀ ਇਹ ਕਿਉਂ ਅੱਧੀ ਰਾਤ ਨੂੰ ਜਿਹੜੀਆਂ ਦੀ ਉਹ ਫਾਈਲਾਂ ਕਬਜ਼ੇ ਚ ਲੈਣੀਆਂ ਪਈਆਂ ਉਹਨੂੰ ਜ਼ਬਰੀ ਛੁੱਟੀ ਦੇ ਉੱਤੇ ਭੇਜਣਾ ਪਿਆ ਇਹ ਤਾਂ ਪਹਿਲਾਂ ਨਹੀਂ ਹੋਇਆ ਕਦੀ ਮੈਂ ਕੋ ਤੁਹਾਡੀ ਗੱਲ ਠੀਕ ਹੈ ਇਟਸ ਵੈਰੀ ਅਨਫੋਰਚੂਨੇਟ ਲੇਕਿਨ ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਵਾਂਗਾ ਇਹ ਹੋਇਆ ਕਿਉਂ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸੀਬੀਆਈ ਦੀ ਬਹੁਤ ਪ੍ਰੋਸੇਜੋਗਤਾ ਹੈ ਬਹੁਤ ਦੀ ਜਿਹੜੀ ਹੈ ਇੰਟੀਗ੍ਰਿਟੀ ਜਿਹੜੀ ਹੈ ਉਹ ਅਨਕਵੈਸਨੇਬਲ ਰਹੀ ਹੈ ਸੀਬੀਆਈ ਦੀ ਔਰ ਸੀਬੀਆਈ ਤੇ ਲੋਕਾਂ ਨੂੰ ਬਹੁਤ ਭਰੋਸਾ ਹੈ ਤੁਸੀਂ ਆਪ ਵੀ ਜ਼ਿਕਰ ਕੀਤਾ ਜੀ ਹੁਣ ਜਦੋਂ ਦੋ ਆਫੀਸਰ ਸੀਬੀਆਈ ਦੇ ਜਿਹੜੇ ਦੋਨੋਂ ਟਾਪ ਦੇ ਆਫੀਸਰ ਇੱਕ ਡਾਇਰੈਕਟਰ ਸੀਬੀਆਈ ਇੱਕ ਸਪੈਸ਼ਲ ਡਾਇਰੈਕਟਰ ਸੀਬੀਆਈ ਅਨਫੋਰਚੂਨੇਟਲੀ ਦੋਨਾਂ ਨੇ ਇੱਕ ਦੂਜੇ ਦੇ ਉੱਤੇ ਬੜੇ ਗੰਭੀਰ ਰੋਪ ਲਗਾਏ ਹਮ ਕ腐ਸ਼ਨ ਦੇ ਹੁਣ ਡਾਇਰੈਕਟਰ ਸਪੈਸ਼ਲ ਡਾਇਰੈਕਟਰ ਤੇ ਰੋਪ ਲਗਾ ਰਿਹਾ ਸਪੈਸ਼ਲ ਡਾਇਰੈਕਟਰ ਡਾਇਰੈਕਟਰ ਸੀਬੀਆਈ ਤੇ ਰੋਪ ਲਗਾ ਰਿਹਾ ਉਹਦੇ ਚੋਂ ਸਪੈਸ਼ਲ ਡਾਇਰੈਕਟਰ ਦੇ ਉੱਪਰ ਕਾਰਵਾਈ ਵੀ ਸ਼ੁਰੂ ਹੋ ਗਈ ਹੁਣ ਕਿਉਂਕਿ ਸੀਬੀਆਈ ਦਾ ਜੋ ਐਕਟ ਹੈ ਉਹ ਸੀਬੀਆਈ ਦੇ ਐਕਟ ਤੇ ਹੈ ਕਿ ਸਰਕਾਰ ਸੀਬੀਆਈ ਦੀ ਜਾਂਚ ਨਹੀਂ ਕਰ ਸਕਦੀ ਹੁਣ ਜਦੋਂ ਰੋਪ ਲੱਗਿਆ ਜਾਂਚ ਤੇ ਕਰਨੀ ਪੈਣੀ ਹੈ ਜਾਂਚ ਕਰੇ ਬਿਨਾਂ ਤੇ ਗੁਜ਼ਾਰਾ ਹੋਣਾ ਨਹੀਂ ਉਹਦੀ ਅਗਰ ਵਿਸ਼ਵਸਥਾਤਾ ਤੁਸੀਂ ਬਹਾਲ ਰੱਖਣੀ ਹੈ ਤੇ ਤੋ सीबीआई ਐਕਟ ਦੇ ਤਹਿਤ ਸਰਕਾਰ ਕੋਲ ਜਾਂਚ ਦਾ ਅਧਿਕਾਰ ਨਹੀਂ ਹੈ सीबीआई ਦੇ ਅੰਦਰ ਕੋਈ ਵੀ ਅਗਰ ਇਸ ਪ੍ਰਕਾਰ ਦੇ ਕ腐ਸ਼ਨ ਦੇ ਇਸ਼ੂ ਆਉਂਦੇ ਆ ਤੇ ਉਹਦੀ ਜਾਂਚ ਦੀ ਮੋਨੀਟਰਿੰਗ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਚੀਫ ਵਿਜੀਲੈਂਸ ਕਮਿਸ਼ਨਰ ਕੋਲ ਹੈ ਹਮ ਹਿੰਦੁਸਤਾਨ ਦੇ ਕਾਨੂੰਨ ਦੇ ਮੁਤਾਬਕ ਸੈਕਸ਼ਨ 8 ਜਿਹੜਾ ਸੀਵੀਸੀ ਐਕਟ ਹੈ ਉਹਦੇ ਮੁਤਾਬਕ ਸੋ ਆਬਵੀਅਸਲੀ ਇਹ ਕੇਸ ਵੀ ਸੀਬੀਸੀ ਕੋ ਗਏ ਹਮ ਸਪੈਸ਼ਲ ਡਾਇਰੈਕਟਰ ਦਾ ਵੀ ਉਹ ਡਾਇਰੈਕਟਰ ਦੇ ਸੀਵੀਸੀ ਨੇ ਸ਼ਾਮ ਨੂੰ ਇਹ ਗੱਲ ਦਾ ਫੈਸਲਾ ਦਿੱਤਾ ਕਿ ਕਿਉਂਕਿ ਇਹਦੀ ਜਾਂਚ ਹੁਣ ਬੜੀ ਜ਼ਰੂਰੀ ਹੋ ਗਈ ਹੈ ਬੜੇ ਸੀਰੀਅਸ ਕੇਸ ਨੇ ਔਰ ਸੀਬੀਸੀ ਜਿਹੜੀ ਹੈ ਉਹ ਤਾਂ ਮੋਨੀਟਰਿੰਗ ਕਰਨ ਦਾ ਕੰਮ ਕਰਦੀ ਹੈ ਜਾਂਚ ਤੇ ਕਿਸੇ ਏਜੰਸੀ ਨਹੀਂ ਕਰਨੀ ਹੈ ਸੋ ਅਗਰ ਸੀਬੀਆਈ ਨਹੀਂ ਇਸ ਕੇਸ ਦੀ ਜਾਂਚ ਕਰਨੀ ਹੈ ਸੀਵੀਐਸਸੀ ਸੀਵੀਸੀ ਦੀ ਮੋਨੀਟਰਿੰਗ ਦੇ ਅੰਦਰ ਤੇ ਜਦ ਤੱਕ ਇਹ ਦੋਨੋਂ ਅਫਸਰ ਪੋਜੀਸ਼ਨ ਤੇ ਹੈ ਜਾਂਚ ਤੇ ਨਹੀਂ ਹੋ ਸਕਦੀ ਹੈ ਕਿਉਂਕਿ ਤੁਸੀਂ ਜੇਕਰ ਡਾਇਰੈਕਟਰ ਸੀਬੀਆਈ ਦੇ ਖਿਲਾਫ ਜਾਂਚ ਕਰਨੀ ਹੈ ਅਗਰ ਸਪੈਸ਼ਲ ਡਾਇਰੈਕਟਰ ਦੇ ਖਿਲਾਫ ਜਾਂਚ ਕਰਨੀ ਹੈ ਜਦੋਂ ਤੱਕ ਉਹ ਦੋਨੋਂ ਆਪਣੇ ਪਦ ਤੇ ਨਹੀਂ ਤੇ ਕੋਈ ਵੀ ਜਾਂਚ ਫੇਅਰ ਹੋ ਨਹੀਂ ਸਕਦੀ ਇਸ ਲਈ ਅਗਰ ਫੇਅਰ ਜਾਂਚ ਕਰਨੀ ਹੈ ਤੇ ਉਹਦੇ ਲਈ ਇਹਨਾਂ ਦੋਨਾਂ ਨੂੰ ਛੁੱਟੀ ਤੇ ਭੇਜ ਕੇ ਕਿਸੇ ਹੋਰ ਅਫਸਰ ਨੂੰ ਚਾਰਜ ਦਿੱਤਾ ਜਾਵੇ ਔਰ ਸੀਬੀਸੀ ਦੀ ਮੋਨੀਟਰਿੰਗ ਜਾਂਚ ਹੋਵੇ ਇਹ ਰਿਕਮੈਂਡੇਸ਼ਨ ਸੀਬੀਸੀ ਨੇ ਸਰਕਾਰ ਨੂੰ ਦਿੱਤੀ ਹੁਣ ਸਰਕਾਰ ਕੋ ਜਦੋਂ ਇਹ ਰਿਕਮੈਂਡੇਸ਼ਨ ਆ ਗਈ ਤੇ ਓਬਵੀਅਸਲੀ ਸਰਕਾਰ ਦਾ ਇਹ ਧਾਇਤਵ ਬੰਦ ਹੈ ਕਿ ਇੰਨੀ ਵੱਡੀ ਸੰਸਥਾਨ ਦਾ ਜਦੋਂ ਵਿਸ਼ੇ ਹੈ ਤੇ ਉਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਤੇ ਇਸ ਗੱਲ ਦੀ ਪ੍ਰੈਸ ਕਰਨੀ ਚਾਹੀਦੀ ਹੈ ਕਿ ਸਰਕਾਰ ਨੇ ਇੱਕ ਦਿਨ ਦੀ ਵੀ ਵੇਟ ਨਹੀਂ ਕੀਤੀ ਸੀਬੀਸੀ ਦੀਆਂ ਰਿਕਮੈਂਡੇਸ਼ਨ ਔਨ ਦੇ ਚੰਦ ਘੰਟਿਆਂ ਚ ਸਾਰੀ ਫਾਰਮੈਲਿਟੀਜ਼ ਪੂਰੀਆਂ ਕੀਤੀਆਂ ਗਈਆਂ ਔਰ ਰਾਤ ਨੂੰ ਵੀ ਸਰਕਾਰ ਕੰਮ ਕਰ ਰਹੀ ਹੈ ਸਰਕਾਰ ਐਸੀ ਨਹੀਂ ਹੈ ਕਿ ਕਰੋੜਾਂ ਦੇ ਅਰਬਾਂ ਦੇ ਘੁਟਾਲੇ ਹੁੰਦੇ ਰਹੇ ਔਰ ਸਾਲਾਂ ਸਾਲ ਕੋਈ ਕਾਰਵਾਈ ਨਹੀਂ ਹੋਈ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ ਕਾਰਵਾਈ ਕਰਨ ਲਈ ਸੁਪਰੀਮ ਕੋਰਟ ਨੂੰ ਤਾਂ ਹੁਣ ਵੀ ਦਖਲ ਦੇਣਾ ਨਹੀਂ ਮੈਂ ਕਹ ਰਿਹਾ ਉਹ ਉੱਥੇ ਵੀ ਆਉਂਗਾ ਮੈਂ ਉੱਥੇ ਵੀ ਆਉਂਗਾ ਮੈਂ ਸਰਕਾਰ ਨੇ ਫੈਸਲਾ ਲਿਆ ਰਾਤ ਨੂੰ ਹੀ ਐਕਸ਼ਨ ਕਰਕੇ ਦੋਨਾਂ ਆਫੀਸਰਸ ਨੂੰ ਛੁੱਟੀ ਤੇ ਭੇਜਿਆ ਗਿਆ ਹਟਾਏ ਨਹੀਂ ਹੈ ਕਿਉਂਕਿ ਸੀਬੀਸੀ ਨੇ ਕਹੇ ਛੁੱਟੀ ਭੇਜੋ ਛੁੱਟੀ ਭੇਜਿਆ ਤੀਜੀ ਹਟਾਏ ਜਾ ਨਹੀਂ ਸਕਦੇ ਨਹੀਂ ਮੈਂ ਹੀ ਕਹ ਰਿਹਾ ਨਾ ਤੀਜੀ ਅਫਸਰ ਨੂੰ ਚਾਰਜ ਦਿੱਤਾ ਤਾਂ ਕਿ ਜਾਂਚ ਹੋ ਸਕੇ ਉਹ ਜਾਂਚ ਜੜੀ ਹੈ ਉਹ ਸੀਬੀਸੀ ਦੇ ਅੰਤਰਗਤ ਹੋ ਰਹੀ ਹੈ ਸਰਕਾਰ ਦੇ ਅੰਤਰਗਤ ਨਹੀਂ ਹੈ ਸਰਕਾਰ ਨੂੰ ਗੱਲ ਆ ਗਈ ਸੁਪਰੀਮ ਕੋਰਟ ਦੀ ਡਾਇਰੈਕਟਰ ਸੁਪਰੀਮ ਕੋਰਟ ਚਲੇ ਗਏ ਡਾਕਟਰ ਸੀਬੀਆਈ ਕਿ ਜਿਹੜਾ ਮੈਨੂੰ ਛੁੱਟੀ ਦੇ ਭੇਜਿਆ ਗਿਆ ਇਹ ਗਲਤ ਹੈ ਇੰਨੇ ਭੇਜਿਆ ਜਾਣਾ ਚਾਹੀਦਾ ਸੀ ਹੁਣ ਸੁਪਰੀਮ ਕੋਰਟ ਨੇ ਉਹਦੇਸ ਕੀ ਕਿਹਾ ਸੁਪਰੀਮ ਕੋਰਟ ਨੇ ਉਹਦੀ ਗੱਲ ਨਹੀਂ ਮੰਨੀ ਹੈ ਅਗਰ ਸੁਪਰੀਮ ਕੋਰਟ ਨੇ ਉਹਦੀ ਗੱਲ ਮੰਨਦਾ ਤਾਂ ਸੁਪਰੀਮ ਕੋਰਟ ਕਹਿੰਦਾ ਠੀਕ ਹੈ ਜਿਹਨੂੰ ਬਹਾਲ ਕਰੋ ਵਾਪਸ ਇਹਦੇ ਪਾਸਤੇ ਸੁਪਰੀਮ ਕੋਰਟ ਨੇ ਕਿਹਾ ਬਿਲਕੁਲ ਠੀਕ ਹੈ ਤੁਹਾਨੂੰ ਤੁਹਾਡੇ ਖਿਲਾਫ ਚਾਰ ਸੀ ਸੀਵੀਸੀ ਜਾਂਚ ਕਰ ਰਹੀ ਹੈ ਸੁਪਰੀਮ ਕੋਰਟ ਨੇ ਤਿੰਨ ਗੱਲਾਂ ਕਹੀਆਂ ਇੱਕ ਗੱਲ ਉਹਨੇ ਕਹੀ ਕਿ ਜਾਂਚ ਨੂੰ ਟਾਈਮ ਲਿਮਿਟਸ ਪੂਰਾ ਕਰੋ ਇਹਨੂੰ ਲੰਬਾ ਨਾ ਖਿੱਚੋ ਠੀਕ ਵੀ ਹੈ ਕਿਉਂਕਿ ਸੀਬੀਆਈ ਵਰਗੀ ਸੰਸਥਾ 'ਚ ਤੁਸੀਂ ਅਗਰ ਲੰਬਾ ਖਿੱਚੋਗੇ ਔਰ ਇੱਕ ਕਾਰਜਕਾਰੀ ਨਿਰਦੇਸ਼ਕ ਲੱਗਾ ਰਹੇਗਾ ਤਾਂ ਅੱਛੀ ਗੱਲ ਨਹੀਂ ਹੈ ਸੁਪਰੀਮ ਕੋਰਟ ਨੇ ਠੀਕ ਕਿਹਾ ਕਿ 15 ਦਿਨ ਜਾਂਚ ਪੂਰੀ ਕਰੋ ਦੂਜੀ ਗੱਲ ਸੁਪਰੀਮ ਕੋਰਟ ਨੇ ਕੀ ਕਹੀ ਸੀਬੀਸੀ ਨੂੰ ਕਿ ਤੁਸੀਂ ਜੋ ਵੀ ਜਾਂਚ ਮੋਨੀਟਰ ਕਰੋਗੇ ਸੁਪਰੀਮ ਕੋਰਟ ਦਾ ਇੱਕ ਰਿਟਾਇਰਡ ਚੀਫ ਜਸਟਿਸ ਵੀ ਉਹਦੀ ਮੋਨੀਟਰਿੰਗ ਕਰੇਗਾ ਜਸਟਿਸ ਔਰ ਚੀਫ ਜਸਟਿਸ ਨੇ फिजिकल ਉਹਨਾਂ ਨੇ ਕਹੀ ਕਿ ਜੋ ਕਾਰਜਕਾਰੀ ਨਿਰਦੇਸ਼ਕ ਹੈ ਉਹ ਕੋਈ ਫੈਸਲਾ ਨਹੀਂ ਲੈ ਸਕਦਾ ਨਹੀਂ ਫੈਸਲਾ ਨਹੀਂ ਲੈ ਸਕਦਾ ਕੋਈ ਨੀਤੀਗਤ ਫੈਸਲਾ ਨਹੀਂ ਲੈ ਸਕਦਾ ਇਹ ਪਰੰਪਰਾ ਹੈ ਦੇਖੋ ਕੋਈ ਸਰਕਾਰ ਚ ਵੀ ਕਾਰਜਵਾਹੀ ਪ੍ਰਧਾਨ ਮੰਤਰੀ ਹੁੰਦਾ ਹੈ ਜਾਂ ਕਾਰਜਵਾਹੀ ਮੁੱਖ ਮੰਤਰੀ ਬੰਦਾ ਹੈ ਤੋ ਨੀਤੀਗਤ ਫੈਸਲਾ ਨਹੀਂ ਲੈਂਦਾ ਉਹ ਰੁਟੀਨ ਦੇ ਕੰਮ ਹੀ ਕਰਦਾ ਹੈ ਇਹ ਅੰਡਰਸਟੂਡ ਗੱਲ ਹੁੰਦੀ ਹੈ ਸੁਪਰੀਮ ਕੋਰਟ ਨੇ ਉਸੇ ਨੂੰ ਰੀਟ੍ਰੀਟ ਕੀਤਾ ਸੋ ਹੁਣ ਸਰਕਾਰ ਜੋ ਕਰ ਸਕਦੀ ਸੀ ਸੀਬੀਆਈ ਦੀ ਵਿਸ਼ਵਾਸਣਤਾ ਬਹਾਲ ਕਰਨ ਲਈ ਸਰਕਾਰ ਨੇ ਬਿਲਕੁਲ ਇਮੀਡੀਏਟ ਐਕਸ਼ਨ ਕੀਤਾ ਵਿਦਿਨ ਆਵਰਸ ਐਕਸ਼ਨ ਕੀਤਾ ਜਾਂਚ ਕਰਨਾ ਸਰਕਾਰ ਦਾ ਕੰਮ ਨਹੀਂ ਹੈ ਜਾਂਚ ਸੀਬੀਸੀ ਦੀ ਨਿਯੰਤਰਣ ਚ ਹੋ ਰਹੀ ਹੈ ਸਪਰੀਮ ਕੋਰਟ ਦੇ ਹੁਣ ਤਾਂ ਅੱਛਾ ਹੋ ਗਿਆ ਸਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਦੀ ਨਿਗਰਾਨੀ ਚ ਹੋ ਰਹੀ ਹੈ 15 ਦਿਨਾਂ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਦੋਨਾਂ ਅਫਸਰਾਂ ਜੋ ਜੋ ਵੀ ਦੋਸ਼ੀ ਹੋਏਗਾ ਦੋਨੋਂ ਦੋਸ਼ੀ ਹੋਣਗੇ ਦੋਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜੋ ਵੀ ਦੋਸ਼ੀ ਹੋਏਗਾ ਉਹਦੇ ਖਿਲਾਫ ਸਰਕਾਰ ਬੰਦੀ ਕਾਰਵਾਈ ਕਰੇਗੀ। ਚਲੋ ਚੰਗੀ ਗੱਲ। ਕੱਲੇ ਤੇ ਪ੍ਰਸ਼ਾਨ ਘੋਰੀ ਆਏ ਚੰਡੀਗੜ੍ਹ ਦੇ ਵਿੱਚ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਜਿਹੜੀਆਂ ਰਾਫੇਲ ਡੀਲ ਦੇ ਨਾਲ ਸੰਬੰਧਿਤ ਫਾਈਲਾਂ ਸੀ ਉਹ ਆਲੋਕ ਵਰਮਾ ਜੀ ਦੇ ਕੋਲੇ ਉਹ ਚਲੇ ਗਈਆਂ ਸੀ। ਉਹ ਉਹਦੀ ਜਾਂਚ ਉਹਨਾਂ ਨੇ ਰੰਭ ਦੇਣੀ ਸੀ ਤਾਂ ਅੱਧੀ ਰਾਤ ਨੂੰ ਜਾ ਕੇ ਜਿਹੜਾ ਜੀ ਸਾਰੇ ਜੰਦਰੇ ਚੇਂਜ ਕਰ ਲਏਗੇ। ਦੇਖੋ ਉਹ ਕੇਸ ਕਿਹਾ ਸੀਬੀਏ ਨੂੰ ਰੈਫਰ ਹੋਇਆ ਸੀ ਰਾਫੇਲ ਦਾ ਨਹੀਂ ਹੋਇਆ ਸੀ। ਰਾਫੇਲ ਦੇ ਕੇਸ ਕਿਸੇ ਤਰ੍ਹਾਂ ਦੀ ਕੋਈ ਜਾਂਚ ਉਹਨਾਂ ਕੋਲੇ ਕੰਪਲੀਟ ਤਾਂ ਗਈ ਸੀ ਨਹੀਂ ਗਈ ਸੀ ਕੋਈ ਕੰਪਲੇਂਟ ਗਈ ਸੀ ਪ੍ਰਸ਼ਾਂਤ 부ਸ਼ਨ ਹੋਰਾਂ ਨੇ ਕੰਪਲੇਂਟ ਪ੍ਰਸ਼ਾਂਤ 부ਸ਼ਨ ਰਾਹੀਂ ਕੰਪਲੇਂਟ ਕੀਤੀ ਹੋਗੀ ਲੇਕਿਨ ਉਹ ਜਿਹੜਾ ਸੀਬੀਏ ਦਾ ਡਾਇਰੈਕਟਰ ਹੈ ਕੀ ਉਹ ਪ੍ਰਸ਼ਾਂਤ 부ਸ਼ਨ ਨੂੰ ਰਿਪੋਰਟ ਕਰ ਰਿਹਾ ਕਿ ਮੈਂ ਉਹਦੀ ਜਾਂਚ ਕਰਨ ਵਾਲਾ ਹਾਂ ਕੋਈ ਵੀ ਮੈਂ ਉਹਦਾ ਰਿਪੋਰਟ ਨਹੀਂ ਕਰ ਸਕਦਾ ਨਹੀਂ ਨਹੀਂ ਕੰਪਲੇਂਟ ਕੀਤੀ ਹੋਗੀ ਉਹਨਾਂ ਨੇ ਲੇਕਿਨ ਉਹ ਰਾਫੇਲ ਦੀ ਜਾਂਚ ਕਰਨ ਵਾਲੇ ਸੀ ਉਹ ਫਾਈਲਾਂ ਇਕੱਠੀਆਂ ਕਰ ਰਹੇ ਸੀ ਸੀਬੀਏ ਦਾ ਡਾਇਰੈਕਟਰ ਉਹਨਾਂ ਨੂੰ ਰਿਪੋਰਟ ਕਰ ਰਿਹਾ ਸੀ ਆਕੇ ਕਿ ਮੈਂ ਫਾਈਲਾਂ ਇਕੱਠੀਆਂ ਕਰ ਰਿਹਾ ਮੈਂ ਜਾਂਚ ਕਰ ਰਿਹਾ ਡਾਕਟਰ ਸਾਹਿਬ ਇਹ ਨਹੀਂ ਤੁਸੀਂ ਕਿਹਾ ਮੈਂ ਤੁਹਾਨੂੰ ਕਿਹਾ ਕਿ ਉਹ ਕਹਿੰਦੇ ਸੀਬੀਆਈ ਦੀ ਜਾਂਚ ਕਰਾ ਲਓ ਅਸੀਂ ਉਸ ਤੇ ਭਰੋਸੇ ਨੂੰ ਬਰਕਰਾਰ ਰੱਖਣ ਲਈ ਸਾਰਾ ਐਕਸ਼ਨ ਹੋਇਆ ਬਰਕਰਾਰ ਨਹੀਂ ਰੱਖਿਆ ਗਿਆ ਸੀ ਸੀਬੀਸੀ ਨੇ ਰეკਮੈਂਡ ਕੀਤੀ ਹੈ ਸਰਕਾਰ ਨੇ ਤਾਂ ਰਿਕਮੈਂਡੇਸ਼ਨ ਨਹੀਂ ਕੀਤੀ ਤੁਸੀਂ ਛੁੱਟੀ ਭੇਜੇਗੇ ਨਾ ਸੀਬੀਸੀ ਟੈਕਨੀਕਲੀ ਇਹ ਬਣਾ ਲਿਆ ਗਿਆ ਤੁਸੀਂ ਹਟਾ ਸਕਦੇ ਨਹੀਂ ਨਹੀਂ ਸਰਕਾਰ ਨੇ ਨਹੀਂ ਛੁੱਟੀ ਭੇਜੇ ਜੀ ਚੀਫ ਵਿਜੀਲੈਂਸ ਕਮਿਸ਼ਨਰ ਨੇ ਸਰਕਾਰ ਨੂੰ ਕਿਹਾ ਕਿ ਮੇਰੇ ਕੋਲ ਦੋਨਾਂ ਅਫਸਰਾਂ ਦੇ ਖਿਲਾਫ ਕ腐ਸ਼ਨ ਦੇ ਸ਼ਿਕਾਇਤਾਂ ਆਈਆਂ ਹੈ ਅਸੀਂ ਜਾਂਚ ਕਰਨੀ ਹੈ ਜਦ ਤੱਕ ਤੁਸੀਂ ਇਹਨਾਂ ਨੂੰ ਛੁੱਟੀ ਤੇ ਨਹੀਂ ਭੇਜੋਗੇ ਅਸੀਂ ਜਾਂਚ ਨਹੀਂ ਕਰ ਸਕਦੇ ਸੀਬੀਸੀ ਜੋ ਦੇਸ਼ ਦੀ ਕਨਸਟੀਟਿਊਸ਼ਨਲ ਬਾਡੀ ਹੈ ਜਿਹਨੂੰ ਸਰਕਾਰ ਨਹੀਂ ਬਣਾਉਂਦੀ ਜਿਹਦਾ ਸਰਕਾਰ ਦਾ ਜਿਹਦੇ ਵਿੱਚ ਕੋਈ ਦਖਲ ਨਹੀਂ ਹੈ ਜਿਵੇਂ ਸੁਪਰੀਮ ਕੋਰਟ ਕੋਈ ਦਖਲ ਨਹੀਂ ਹੈ ਉਹਨੇ ਰეკਮੈਂਡ ਕੀਤਾ ਛੁੱਟੀ ਤੇ ਭੇਜੋ ਸਰਕਾਰ ਦਾ ਡਿਸੀਜਨ ਨਹੀਂ ਸੀ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਸਿਰਫ ਸੈਕਸ਼ਨ 4 2 ਦੇ ਅੰਤਰਗਤ ਸਰਕਾਰ ਕੋਲ ਜੋ ਅਧਿਕਾਰ ਹੈ ਸੀਬੀਸੀ ਦੇ ਰეკਮੈਂਡੇਸ਼ਨਸ ਨੂੰ ਲਾਗੂ ਕੀਤਾ ਲੇਕਿਨ ਅਸੀਂ ਜਲਦੀ ਲਾਗੂ ਕੀਤਾ ਕਿਉਂ ਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਸੀਬੀਆਈ ਦੀ ਵਿਸ਼ਵਸਨਤਾ ਤੇ ਹੋਰ ਕੁਐਸਚਨ ਇਹ ਇਹ ਕਿਹਾ ਜਾ ਰਿਹਾ ਹੈ ਕਿ ਇਹ ਗੁਜਰਾਤ ਮਾਡਲ ਹੈ ਹ ਉਹ ਤੋਂ ਲੈंदे ਅਫਸਰ ਆਪੋਜੀਸ਼ਨ ਕੋਲੇ ਕੋਈ ਮੁੱਦਾ ਨਹੀਂ ਹੈ ਇਸ ਵੇਲੇ ਦੇਸ਼ 'ਚ ਉਹ ਬੁਰੀ ਤਰ੍ਹਾਂ ਨਾਲ ਜਨਤਾ ਦੀਆਂ ਨਜ਼ਰਾਂ 'ਚ ਫੇਲ ਨੇ ਜਿਸ ਪ੍ਰਕਾਰ ਨਾਲ ਸਰਕਾਰ ਕੰਮ ਕਰ ਰਹੀ ਹੈ ਜਿਸ ਪ੍ਰਕਾਰ ਨਾਲ ਸਰਕਾਰ ਲੋਕ ਹਿੱਤਾਂ ਲਈ ਕੰਮ ਕਰ ਰਹੀ ਹੈ ਜਿਸ ਪ੍ਰਕਾਰ ਨਾਲ ਦੇਸ਼ ਦਾ ਚਿਹਰਾ ਮੂਰਾ ਬਦਲ ਰਿਹਾ ਹੈ ਉਹਨਾਂ ਕੋਲੇ ਕੋਈ ਉਹ ਸਿਰਫ ਅਫਵਾਹਾਂ ਫੈਲਾ ਕੇ ਉਹ ਸਿਰਫ ਮਨਮੋਹਨ ਸਿੰਘ ਹੋਰਾਂ ਵਰਗੇ ਬੰਦੇ ਨੂੰ ਭਾਰਤੀ ਜਨਤਾ ਪਾਰਟੀ ਮੋਨ ਮੋਹਨ ਸਿੰਘ ਕਹਿੰਦੀ ਰਹੀ ਪਰ ਜਿਹੋ ਜਿਹਾਂ ਮੋਨ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਧਾਰਿਆ ਹੋਇਆ ਉਹ ਤਾਂ ਕਿਸੇ ਈਸ਼ੂ ਤੇ ਬੋਲਣ ਲਈ ਤਿਆਰ ਨਹੀਂ ਪ੍ਰਧਾਨ ਮੰਤਰੀ ਸਭ ਈਸ਼ੂਸ ਤੇ ਬੋਲਦੇ ਨੇ ਕਿੱਥੇ ਬੋਲਦੇ ਨੇ ਕਿੰਨੀਆਂ ਪ੍ਰੈਸ ਕਾਨਫਰੰਸ ਕੀਤੀਆਂ ਹੁਣ ਪ੍ਰਧਾਨ ਮੰਤਰੀ ਜੀ ਨੂੰ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਕੀ ਹੈ ਕਿਉਂ ਨਹੀਂ ਜੀ ਪ੍ਰਧਾਨ ਮੰਤਰੀ ਜੀ ਹਰ ਮਹੀਨੇ ਜਨਤਾ ਦੇ ਸਾਹਮਣੇ ਅਡਰੈਸ ਪ੍ਰਥਾ ਦੀ ਗੱਲ ਕਰਦੇ ਹੋ ਤੁਸੀਂ ਪ੍ਰਥਾ ਦੀ ਗੱਲ ਕਰਦੇ ਹੋ ਹਰ ਦੂਸਰੇ ਦਿਨ ਅੱਛਾ ਪ੍ਰਥਾ ਹੁੰਦੀ ਹੈ ਨਾ ਇੱਕ ਚੱਲਦੀ ਸੀ ਨਾ ਪ੍ਰਥਾ ਪ੍ਰਧਾਨ ਮੰਤਰੀ ਬਾਹਰ ਜਾ ਰਹੇ ਨੇ ਬਹੁਤ ਘੱਟ ਪ੍ਰੈਸ ਕਾਨਫਰੰਸ ਕਰ ਇਹ ਤਾਂ ਸਿੱਧੇ ਜਵਾਬ ਦਿੱਤੇ ਦਾ ਮਨ ਕੀ ਬਾਤ ਹੈ ਉਹ ਰਿਕਾਰਡ ਕਰਕੇ ਸੁਣਾ ਦਿੰਦੇ ਆ ਲੋਕਾਂ ਨੂੰ ਪ੍ਰਾਈਮ ਮਿਨਿਸਟਰ ਸਭ ਜਗ੍ਹਾ ਜਾਂਦੇ ਨੇ ਹਰ ਰੋਜ਼ ਕਿਸੇ ਨਾ ਕਿਸੇ ਪਬਲਿਕ ਪ੍ਰੋਗਰਾਮ ਜਾਂਦੇ ਨੇ ਉੱਥੇ ਬੋਲਦੇ ਨੇ ਆਪਣੀ ਗੱਲ ਕਰ ਰਹੇ ਨੇ ਹਰ ਇੱਕ ਦੀ ਆਪਣੀ ਗੱਲ ਤੁਸੀਂ ਹੁਣ ਸਵਾਲਾਂ ਦੇ ਜਵਾਬ ਦੇ ਰਹੇ ਹੋ ਨਾ ਹਰੇਕ ਵਿਅਕਤੀ ਦਾ ਆਪਣਾ ਇੱਕ ਕੰਮ ਕਰਨ ਦਾ ਸਟਾਈਲ ਹੈ ਔਰ ਹੁੰਨੇ ਹੈ ਤਾਂ ਇਹ ਗੁਜਰਾਤ ਮਾਡਲ ਹੈ ਨਾ ਨਹੀਂ ਵਾਸ ਚੀਫ ਮਿਨਿਸਟਰ ਉਦੋਂ ਵੀ ਬਹੁਤ ਕੱਟ ਪ੍ਰੈਸ ਕਾਨਫਰੰਸ ਕਰਦੇ ਇੱਕ ਗੁਜਰਾਤ ਮਾਡਲ ਹੈ ਨਾ ਇਸਨਟ ਗੁਜਰਾਤ ਮਾਡਲ ਇਹ ਹਰੇਕ ਵਿਅਕਤੀ ਦਾ ਆਪਣਾ ਇੱਕ ਮਾਡਲ ਹੈ ਆਪਣਾ ਇੱਕ ਸਟਾਈਲ ਹੈ ਕੰਮ ਕਰਨ ਦਾ ਹਰੇਕ ਵਿਅਕ ਤਿੰਨ ਤਿੰਨ ਜਹਾਜ਼ ਭਰ ਕੇ ਲੈ ਕੇ ਜਾਂਦੇ ਸੀ ਅਫਸਰਾਂ ਦੇ ਉਰ ਪਤਰਕਾਰਾਂ ਦੇ ਪ੍ਰਧਾਨ ਮੰਤਰੀ ਨਹੀਂ ਲੈ ਕੇ ਜਾਂਦੇ ਇਹ ਤਾਂ ਬਹੁਤ ਘੱਟ ਕਰਤੇ ਚ ਲੈ ਕੇ ਜਾਂਦੇ ਨੇ ਤੁਸੀਂ ਪ੍ਰਧਾਨ ਮੰਤਰੀ ਦੇ ਵਿਦੇਸ਼ ਯਾਤਰਾਵਾਂ ਦੇਖੋ ਉਹਦਾ ਖਰਚਾ ਪਹਿਲੇ ਦੇ ਯਾਤਰਾਵਾਂ ਦੇ ਨਾਲੋਂ ਬਹੁਤ ਜ਼ਿਆਦਾ ਘੱਟ ਹੈ ਕਿਉਂਕਿ ਬਹੁਤ ਘੱਟ ਹੈ ਤੁਸੀਂ ਡਾਕਟਰ ਸਾਹਿਬ ਹੈਰਾਨਗੀ ਵਾਲੀ ਗੱਲ ਹੈ ਇਹ ਕਹਿ ਰਹੇ ਹੋ ਬਹੁਤ ਘੱਟ ਯੈਸ ਯੈਸ ਇਟ ਇਜ਼ ਅ ਫੈਕਟ ਤੁਸੀਂ ਤੁਸੀਂ ਤੇ ਚੈਨਲ ਚਲਾਉਂਦੇ ਹੋ ਤੁਸੀਂ ਸਰਕਾਰ ਕੋਲੋਂ ਆਂਕੜਾ ਮੰਗ ਲਓ ਮੈਂ ਆਂਕੜੇ ਹੈਗੇ ਆ ਪਰ ਵਿਜ਼ਿਟ ਅਗਰ ਦੇਖੋਗੇ ਤੇ ਅੱਦੇ ਤੋਂ ਵੀ ਘੱਟ ਖਰਚੇ ਪਰ ਵਿਜ਼ਿਟ ਪਰ ਵਿਜ਼ਿਟ ਕਿੰਨੀਆਂ ਹੋਗੀਆਂ ਪਰ ਵਿਜ਼ਿਟ ਅੱਛੀਆਂ ਵਿਜ਼ਿਟ ਸੱਤਵਾਂ ਦਿਨ ਅਪੁਆਇੰਟ ਆਈ ਆ ਸਰਪਤਾ ਰਾਫੇਲ ਢੀਲ ਜਿਹੜੀ ਆ ਡਾਕਟਰ ਸਾਹਿਬ ਉਥੇ ਇਨਾ ਇਨਾ ਰੋਲਾ ਕਿਉਂ ਪਿਆ ਰਾ ਫੀਲ ਢੀਲ ਦਾ ਕਿਉਂਕਿ ਇੱਕ ਇੱਕ ਪ੍ਰਕਿਰਿਆ ਜਿਹੜੀ ਪ੍ਰਥਾ ਦੀ ਤੁਸੀਂ ਗੱਲ ਕਰਦੇ ਕੁਝ ਚੀਜ਼ਾਂ ਜਿਹੜੀਆਂ ਉਹ ਬਦਲੀਆਂ ਨਹੀਂ ਜਾ ਸਕਦੀਆਂ ਕਿ ਕਿਵੇਂ ਢੀਲ ਸਾਈਨ ਹੁੰਦੀ ਆ ਠੀਕ ਆ ਜੀ ਇੱਥੇ ਉਹ ਨਹੀਂ ਜਿਹੜੀ ਦੀ ਕਾਇਮ ਰੱਖੀ ਗਈ ਬਿਲਕੁਲ ਕਾਇਮ ਰੱਖੀ ਗਈ ਮਤਲਬ ਉਸ ਕੱਲ ਧਿਆਨ ਲਗਾਓ ਪਹਿਲਾਂ ਹਿੰਦੁਸਤਾਨ ਦੇ ਅੰਦਰ ਕੀ ਹੁੰਦਾ ਸੀ ਜਦੋਂ ਕੋਈ ਅਸੀਂ ਢੀਲ ਹੁੰਦੀ ਸੀ ਹਮੇਸ਼ਾ ਇੱਕ ਅਫੀਸ਼ੀਅਲ ਵਿਚੋਲਿਆ ਪਾਇਆ ਜਾਂਦਾ ਸੀ ਕਿਸੇ ਨਾ ਕਿਸੇ ਨੂੰ ਲਾਈਜ਼ਨਰ ਪਾ ਜਾਂਦਾ ਸੀ ਡੀਲ ਪਹਿਲੀ ਵਾਰੀ ਗਵਰਨਮੈਂਟ ਟੂ ਗਵਰਨਮੈਂਟ ਡੀਲ ਹੋਈ ਹੈ ਉਹਨੋਂ ਵੱਡਾ ਪਰਿਵਾਰ ਦੇ ਤਾਂ ਹੀ ਸ਼ਾਮਲ ਹੋ ਗਿਆ ਨਾ ਉਹ ਵਿਚੋਲਾ ਬਣ ਗਿਆ ਗਵਰਨਮੈਂਟ ਟੂ ਬਿਲਕੁਲ ਨਹੀਂ ਹੋਇਆ ਗਵਰਨਮੈਂਟ ਟੂ ਗਵਰਨਮੈਂਟ ਡੀਲ ਹੋਈ ਹੈ ਔਰ ਤੁਹਾਡੀ ਜਿਹੜੀ ਪ੍ਰਕਿਰਿਆ ਦੀ ਗੱਲ ਹੈ ਸਰਕਾਰ ਨੇ ਸੀਲ ਬੰਦ ਲਿਫਾਫੇ ਸੁਪਰੀਮ ਕੋਰਟ ਨੂੰ ਪ੍ਰਕਿਰਿਆ ਸੌਂਪੀ ਹੈ ਆਪਣੇ ਇੱਕੋ ਕੰਪਨੀ ਦੇ ਦਿੱਤੀ ਇਹਦੇ ਰਾਹੀਂ ਡੀਲ ਹੋ ਗਈ ਬਿਲਕੁਲ ਗਲਤ ਹੈ ਕੱਲ ਜਿਹੜਾ ਮਾਲਕ ਉਹਦਾ ਆਇਆ ਪਰਸੋਂ ਤੁਸੀਂ ਅਖਬਾਰਾਂ 'ਚ ਦੇਖਿਆ ਹੋਏਗਾ ਉਹ ਲਈ ਫਰਾਂਸ ਦੀ ਕੰਪਨੀ ਹੈ ਉਹਨੇ ਕਿਹਾ ਉੱਥੋਂ ਦੇ ਸਾਬਕਾ ਰਾਸ਼ਟਰਪਤੀ ਜਿਹੜੇ ਕੰਪਨੀ ਤਾਂ ਵੀਡੀਓ ਦੇ ਵਿੱਚ ਆਜੀ ਜਿਹੜੀ ਕੰਪਨੀ ਨਾਲ ਤੁਸੀਂ ਡੀਲ ਕਰਨ ਦੀ ਗੱਲ ਕਰ ਰਹੇ ਹੋ ਉਸ ਕੰਪਨੀ ਦੇ ਸੀਓ ਨੇ ਬੜਾ ਸਪਸ਼ਟ ਕੀਤਾ ਹੈ ਕਿ ਇੰਨੀ ਕੰਪਨੀਆਂ ਦੀ ਲਿਸਟ ਸੀ ਹਰ ਕੰਪਨੀ ਨੂੰ ਅਸੀਂ ਇਨ ਐਕਸਚੇਂਜ ਇੰਨੇ ਦਾ ਬਿਜ਼ਨਸ ਦਿੱਤਾ ਸੀ ਉਹ ਵੀ ਸਰਕਾਰ ਦੀ ਨੀਤੀ ਸਾਡੇ ਤੋਂੋਂ ਤੋਂ ਪਹਿਲਾਂ ਦੀ ਬਣੀ ਆ ਕਿ ਇਸ ਪ੍ਰਾਈਸ ਉਹਦੀ ਕਿਵੇਂ ਹੋ ਗਈ ਇੱਕ ਜਹਾਜ਼ ਦੀ ਬਈ ਪ੍ਰਾਈਸ ਦਾ ਲੈ ਪਤਾ ਨਹੀਂ ਤੁਹਾਨੂੰ ਪਤਾ ਹੈ ਨਾ ਮੈਨੂੰ ਪਤਾ ਸਾਰੇ ਤਾਂ ਚੱਲ ਰਿਹਾ ਜੀ ਉਹਦਾ ਜਵਾਬ ਨਹੀਂ ਦੇ ਰਹੇ ਪ੍ਰਧਾਨ ਮੰਤਰੀ ਨਹੀਂ ਜਵਾਬ ਦੇ ਰਹੇ ਨਾ ਜੀ ਉਹਦਾ ਮੇਰੀ ਗੱਲ ਸੁਣੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਤੁਸੀਂ ਕਿਸ ਕੀਮਤ ਤੇ ਖਰੀਦੀਆ ਉਸ ਜਹਾਜ਼ ਦੀਆਂ ਕੀ ਕੀ ਵਿਸ਼ੇਸ਼ਤਾ ਹੈ ਮੈਂ ਸਾਰੇ ਸਿਕਿਉ ਇਵਨ ਸੁਪਰੀਮ ਕੋਰਟ ਨੇ ਵੀ ਸਰਕਾਰ ਨੂੰ ਨਹੀਂ ਕਿਹਾ ਕਿ ਤੁਸੀਂ ਸਾਨੂੰ ਪ੍ਰਾਈਸ ਦੱਸੋ ਜਾਂ ਦੱਸੋ ਇਹਦੀਆਂ ਕੀ ਵਿਸ਼ੇਸ਼ਤਾਵਾਂ ਨੇ ਸੁਪਰੀਮ ਕੋਰਟ ਨੇ ਵੀ ਸਿਰਫ ਸਰਕਾਰ ਨੂੰ ਕਿਹਾ ਕਿ ਸਾਨੂੰ ਤੁਸੀਂ ਜਿਹੜੀ ਪ੍ਰਕਿਰਿਆ ਅਡਾਪਟ ਕੀਤੀ ਆ ਸਿਰਫ ਉਸ ਪ੍ਰਕਿਰਿਆ ਦੀ ਜਾਣਕਾਰੀ ਨਾਟ ਫਾਰ ਅਦਰਸ ਸਿਰਫ ਸਾਡੀ ਪਰਸਨਲ ਜਾਣਕਾਰੀ ਲਿਦਿਓ ਔਰ ਸਰਕਾਰ ਨੇ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਸੀਲ ਬੰਦ ਲਿਫਾਫੇ ਸੁਪਰੀਮ ਕੋਰਟ ਨੂੰ ਦਿੱਤੀ ਹੈ ਹਾਂ ਸੁਪਰੀਮ ਕੋਰਟ ਨੂੰ ਸੌਂਪਤੀ ਹੈ ਬਿਲਕੁਲ ਠੀਕ ਪ੍ਰਕਿਰੈਨਲ ਹੋਇਆ ਤੁਸੀਂ ਆਉਣ ਵਾਲੇ ਦਿਨਾਂ ਦੇ ਦੇਖੋਗੇ ਆਪਣੇ ਆਪ ਦੁੱਧ ਦੁੱਧ ਪਾਣੀ ਦਾ ਪਾਣੀ ਹੋਏਗਾ ਕਿਉਂਕਿ ਇਹ ਰਾਫੇਲ ਜਿਹੜਿਆ ਹਿੰਦੁਸਤਾਨ ਦੀ ਸਿਕਿਉਰਿਟੀ ਲਈ ਔਰ ਸਟ੍ਰੈਟੇਜੀ ਲਈ ਬਹੁਤ ਇੰਪੋਰਟੈਂਟ ਨੇ ਔਰ ਇਸ ਕਰਕੇ ਆਪੋਜੀਸ਼ਨ ਅਨਨੈਸੈਸਰੀ ਆਊਟ ਆਫ proportions ਜਾ ਕੇ ਕਿ ਉਹਨਾਂ ਕੋ ਮੁੱਦਾ ਕੋਈ ਨਹੀਂ ਹੈ ਉਹਨਾਂ ਦੀਆਂ ਸਰਕਾਰਾਂ ਆਪ ਇੰਨੀਆਂ ਪ੍ਰਸ਼ਨੀਆਂ ਨੇ ਅੱਧੀ ਕੈਬਨਿਟ ਉਹਨਾਂ ਦੀ ਜੇਲ੍ਹ ਚ ਰਹੀ ਐ ਉਹਨਾਂ ਨੂੰ ਲੱਗਦਾ ਹੈ ਕਿ ਸਾਢੇ 4 ਸਾਲ ਹੋ ਗਏ ਸਰਕਾਰ ਦੇ ਇੱਕ ਵੀ ਮੰਤਰੀ ਦੇ ਉੱਤੇ ਕੋਈ ਇਸ ਤਰ੍ਹਾਂ ਦਾ aarop ਨਹੀਂ ਲੱਗਿਆ ਤੇ ਅਨਨੈਸੈਸਰੀ ਐਸੇ ਇਸ਼ਿਊਜ਼ ਨੂੰ ਨੌਨ ਇਸ਼ਿਊਜ਼ ਨੂੰ ਇਸ਼ਿਊ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਪਰੇਸ਼ਾਨ ਹੋ ਗਏ ਨਾ ਜੀ ਅੱਧੀ ਰਾਤ ਹੀ ਫੈਸਲੇ ਕਿਉਂ ਹੁੰਦੇ ਆ ਰਾਤ ਨੂੰ ਇਹ ਕਹਿੰਦਾ ਸਰਕਾਰ ਚੱਲ ਰਹੀ ਐ ਪਹਿਲਾਂ ਸਰਕਾਰ ਜਾਂਦਾ ਜੀ ਕੀ ਕੀ ਕੱਢ ਲਿਆ ਨੋਟਬੰਦੀ ਕਰਕੇ ਉਹ ਸਾਰਾ ਪੈਸਾ ਵਾਪਸ ਆ ਗਿਆ ਸਰ ਤੁਸੀਂ ਪਰਸੋਂ ਦੀ ਸਟੇਟਮੈਂਟ ਪੜ੍ਹੋ ਤੁਹਾਨੂੰ ਪਤਾ ਹੈ ਸਰ ਸਾਰਾ ਪੈਸਾ ਤਾਂ ਵਾਪਸ ਆ ਗਿਆ ਸਰ ਅੱਛੀ ਮਨੀ ਕਿੱਥੇ ਬੈਂਕ ਆਊਟ ਬਲੈਕ ਮਨੀ ਵਾਈਟਸ ਕਨਵਰਟ ਹੋ ਗਈ ਬਲੈਕ ਮਨੀ ਬਲੈਕ ਮਨੀ ਵਾਈਟ ਕਨਵਰਟ ਹੋ ਗਈ ਪੰਨੂ ਜੀ ਬਲੈਕ ਮਨੀ ਚੜੀਏ ਸੁਣੋ ਮੇਰੀ ਗੱਲ ਬਲੈਕ ਮਨੀ ਕੀ ਹੁੰਦੀ ਹੈ ਬਲੈਕ ਮਨੀ ਕੋਈ ਬਲੈਕ ਮਨੀ ਕੀ ਹੈ ਮੈਂ ਜਿਹੜਾ ਪੈਸੇ ਦਾ ਕਾਲੇ ਰੰਗ ਦਾ ਪੈਸਾ ਨਹੀਂ ਉਹ ਤਾਂ ਮੈਨੂੰ ਵੀ ਪਤਾ ਜੀ ਜਿਹਦਾ ਸਰਕਾਰ ਕੋਲ ਹਿਸਾਬ ਨਹੀਂ ਹੈ ਜਿਹੜਾ ਬੈਂਕ ਚ ਨਹੀਂ ਹੈ ਕਿਸੇ ਆਡਿਟਸ ਨਹੀਂ ਆਇਆ ਕਿਸੇ ਖਾਤੇ ਚ ਨਹੀਂ ਆਇਆ ਉਹ ਸਾਰਾ ਪੈਸਾ ਲੋਕਾਂ ਦੀਆਂ ਥਿਓਰੀਆਂ ਚੋਂ ਨਿਕਲ ਕੇ ਬੈਂਕ ਖਾਤੇ ਚ ਆ ਗਿਆ ਜਿਉਂ ਤੁਸੀਂ ਬੈਂਕ ਜਮਾ ਕਰਾਉਂਦੇ ਹੋ ਤੇ ਕਿਤੇ ਨਾ ਕਿਤੇ ਤੁਸੀਂ ਆਡਿਟ ਕਰਿਆ ਤੂੰ ਸ਼ੋ ਕਰਿਆ ਮੈਂ ਕਿੱਥ ਪਿਛਲੇ ਪਿਛਲੇ ਸਾਲ ਨਾਲ ਅੱਧੀ ਰਾਤ ਨਾਲ ਬਹੁਤ ਪਿਆਰ ਹੈ ਜੀ ਜੀਐਸਟੀ ਵੀ ਅੱਧੀ ਰਾਤ ਹੀ ਲਾਗੂ ਹੁੰਦੀ ਹੈ। ਟੈਕਸ ਦੀਆਂ ਰਿਟਰਨਸ 81% ਇਨਕਰੀਜ਼ ਹੋਈਆਂ ਇੱਕ ਸਾਲ 'ਚ। ਇੱਕ ਸਾਲ 'ਚ ਇਨਕਮ ਟੈਕਸ ਦੇਣ ਵਾਲੇ ਲੋਕਾਂ ਦੀ ਗਿਣਤੀ 81% ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਬਹੁਤ ਲੋਕ ਜਿਹੜੇ ਟੈਕਸ ਦੇ ਦਾਇਰੇ ਤੋਂ ਬਾਹਰ ਸੀ ਜਿਹੜੇ ਲੋਕ ਕਰੋੜਾ ਰੁਪਏ ਕਮਾਉਂਦੇ ਸੀ ਸਰਕਾਰ ਨੂੰ ਟੈਕਸ ਨਹੀਂ ਦਿੰਦੇ ਸੀ ਜਿਸ ਕਰਕੇ ਇਨਫਰਾਸਟ੍ਰਕਚਰ ਦਾ ਵਿਕਾਸ ਨਹੀਂ ਹੋ ਰਿਹਾ ਸੀ ਤੇ ਇਹ ਨੋਟਬੰਦੀ ਕਰਕੇ तकरीबन ਉਹਦਾ ਉਹਦੇ ਬਹੁਤ ਵੱਡਾ ਕਾਰਨ ਡੀਮੋਨਟਾਈਜ਼ ਬਹੁਤ ਡਾਕਟਰ ਸਾਹਿਬ ਅਸੀਂ ਵਾਪਸ ਆ ਰਹੇ ਹਾਂ ਔਰ ਅਸੀਂ ਵਾਪ ਅਗਲੇ ਜਿਹੜਾ ਸੈਗਮੈਂਟ ਹੈ ਸਾਡਾ ਲਾਸਟ ਉਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਬਾਰੇ ਦੇ ਵਿੱਚ ਕਿ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਬੀਜੇਪੀ ਦੇ ਸੈਕਟਰੀ ਨੇ ਡਾਕਟਰ ਸਾਹਿਬ ਔਰ ਉਹ ਬੈਟਰ ਜਿਹੜਾ ਆਨਸਰ ਦੇ ਸਕਦੇ ਆ ਅਕਾਲੀ ਦਲ ਬਾਦਲ ਇਸ ਵੇਲੇ ਜਿਵੇਂ ਉਹਦੀ ਸਿਆਸੀ ਜ਼ਮੀਨ ਜਿਹੜੀ ਉਹ ਖੁਰ ਰਹੀ ਆ ਕੀ ਸਮਝਾਉਂਦਾ ਜਿਹੜਾ ਦੀ ਉਹ ਰਹੂਗਾ ਜਾਂ ਨਹੀਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਬਾਰੇ ਦੇ ਵਿੱਚ ਕੀ ਸਟੈਂਡ ਹੈ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਵਾਪਸ ਪਕਰੇ ਸਵਾਗਤ ਹੈ ਦੀ ਕੁਆਲਿਫਾਇਰ ਫਾਇਰਲਾਈਨ ਦੇ ਵਿੱਚ ਬ੍ਰੇਕ ਤੋਂ ਬਾਅਦ ਔਰ ਡਾਕਟਰ ਸੁਭਾਸ਼ ਸ਼ਰਮਾ ਜੀ ਸਾਡੇ ਨਾਲ ਮਹਿਮਾਨ ਮੌਜੂਦ ਨੇ ਫਾਇਰਲਾਈਨ ਦੇ ਵਿੱਚ ਉਹ ਸੈਕਟਰੀ ਨੇ ਪੰਜਾਬ ਪ੍ਰਦੇਸ਼ ਪਾਜ ਪਾ ਦੇ ਔਰ ਇੱਕ ਸਵਾਲ ਜਿਹੜਾ ਇਸ ਵੇਲੇ ਬੜੇ ਵੱਡੇ ਪੱਧਰ ਦੇ ਉੱਤੇ ਉੱਠ ਰਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਭਵਿੱਖ ਜਿਹੜਾ ਜੀ ਉਹ ਕੀ ਹੋਊਗਾ ਦੂਜੇ ਰਾਜਾਂ ਦੀ ਤਾਂ ਆਪਾਂ ਗੱਲ ਨਹੀਂ ਕਰਦੇ ਜਿਹੜੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਹੋ ਰਹੀਆਂ ਨੇ ਉਹ ਸੈਪਰੇਟ ਬਿਲਕੁਲ ਜਿਹੜਾ ਜੀ ਉਹ ਇਸ਼ੂ ਆ ਉਥੇ ਕੌਣ ਅੱਗੇ ਜਾ ਰਿਹਾ ਕੌਣ ਪਿੱਛੇ ਜਾ ਰਿਹਾ ਉਹਦੇ ਵਾਸਤੇ ਇੱਕ ਵੱਖਰਾ ਪ੍ਰੋਗਰਾਮ ਜਿਹੜਾ ਜੀ ਉਹ ਚਾਹੀਦਾ ਜਰੂਰ ਕਿਸੇ ਟਾਈਮ ਡਾਕਟਰ ਸਾਹਿਬ ਦੁਬਾਰਾ ਸੱਦਾ ਦੇਵਾਂਗੇ ਡਾਕਟਰ ਸਾਹਿਬ ਇਹ ਇੱਕ ਸਵਾਲ ਬੜਾ ਵੱਡਾ ਉੱਠ ਰਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਪਵਿੱਖ ਕੀ ਹੋਊਗਾ ਕੀ ਉਹ ਅਕਾਲੀ ਦਲ ਬਾਦਲ ਦੇ ਨਾਲ ਜੁੜੀ ਰਹੂਗੀ ਜਿਹਦੀ ਸਿਆਸੀ ਜ਼ਮੀਨ ਇਸ ਵੇਲੇ ਹਿੱਲ ਗਈ ਹੈ ਪਰ ਹਟੋ ਦੇਖੋ ਪਹਿਲੀ ਗੱਲ ਤੇ ਇਹ ਕਿ ਬੀਜੇਪੀ ਦਾ ਪਵਿੱਖ ਪੰਜਾਬ 'ਚ ਬਹੁਤ ਅੱਛਾ ਹੈ ਬਹੁਤ ਸੁਰਣਿਮ ਪਵਿੱਖ ਹੈ ਔਰ ਪਿਛਲੀ ਵਾਰ ਵੀ ਲੋਕ ਸਭਾ ਦੀਆਂ ਚੋਣਾਂ 'ਚ ਅਸੀਂ 3 'ਚੋਂ 2 ਸੀਟਾਂ ਜਿੱਤੇ ਸੀਗੇ ਔਰ ਇਸ ਵਾਰ ਸਾਨੂੰ ਉਮੀਦ ਹੈ ਕਿ ਜੋ ਵੀ ਸੀਟਾਂ ਸਾਡੇ ਹਿੱਸੇ 'ਚ ਆਣਗੀਆਂ ਵੱਧ ਆਉਣਗੀਆਂ ਹੋ ਸਕਦਾ ਵੱਧ ਆ ਜਾਣ ਹੱਲੇ ਉਸ ਬਾਰੇ 'ਚ ਫੈਸਲਾ ਦੋਨਾਂ ਪਾਰਟੀਆਂ ਨੇ ਮਿਲ ਕੇ ਕਰਨਾ ਹੈ ਕਿਉਂਕਿ ਇਹ ਫੈਸਲਾ ਜਿਹੜਾ ਸਾਡੀ ਕੇਂਦਰੀ ਲੀਡਰਸ਼ਿਪ ਨੇ ਔਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਮਿਲ ਕੇ ਕਰਨਾ ਹੈ ਆਬਵੀਅਸਲੀ ਪੰਜਾਬ ਬੀਜੇਪੀ ਤਿੱਤੇ ਮੰਗੇ ਹੀ ਹੈ ਇੱਛਾ ਵੀ ਹੈ ਕਿ ਜ਼ਿਆਦਾ ਸੀਟਾਂ ਦੇ ਚੋਣਾਂ ਲੜਿਆ ਜਾਵੇ ਲੇਕਿਨ ਜੋ ਵੀ ਸੀਟਾਂ ਸਾਡੇ ਹਿੱਸੇ ਆਉਣਗੀਆਂ ਅਸੀਂ ਉਹ ਸਾਰੀਆਂ ਸੀਟਾਂ ਪੰਜਾਬ 'ਚ ਇਸ ਵਾਰ ਜਿੱਤਾਂਗੇ ਉਹ ਜਦੋਂ ਮੈਂ ਕਹਿ ਰਿਹਾ ਜਿੱਤਾਂਗੇ ਤੇ ਕੋਈ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਕੋਈ ਭਾਜਪਾ ਦਾ ਸਪੋਕਸਪਰਸਨ ਹੈ ਜਾਂ ਸਕੱਤਰ ਹੀ ਹੈ ਪੰਜਾਬ ਚ ਪਿਛਲੇ ਡੇਢ ਸਾਲ ਚ ਪੰਨੂ ਜੀ ਜੋ ਹਾਲਾਤ ਬਣੇ ਨੇ ਉਹ ਹਾਲਾਤ ਐਸੇ ਨੇ ਕਿ ਇੱਕ ਤਾਂ ਹੁੰਦਾ ਹੈ ਕਿ ਨਕਾਰਾ ਸਰਕਾਰ ਹੈ ਨਿਕੰਮੀ ਸਰਕਾਰ ਹੈ ਪੰਜਾਬ ਚ ਹਾਲਾਤ ਇਹ ਨੇ ਕਿ ਥੇਰ ਇਜ਼ ਨੋ ਗਵਰਨਮੈਂਟ ਸਰਕਾਰ ਹੈ ਹੀ ਨਹੀਂ ਨਕਾਰਾ ਹੋਣਾ ਨਿਕੰਮੀ ਹੋਣਾ ਤੇ ਛੋਟਾ ਸ਼ਬਦ ਹੈ ਪੰਜਾਬ ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਜਿਹੜੇ ਝੂਠੇ ਵਾਅਦੇ ਕਰਕੇ ਸਰਕਾਰ ਸੱਤਾ ਚ ਆਈ ਸੀ ਪੰਜਾਬ ਦੇ ਲੋਕਾਂ ਨੂੰ ਪਰਮਾ ਕੇ ਉਹਨਾਂ ਵਾਅਦਿਆਂ ਦੀ ਤੁਸੀਂ ਲਿਸਟ ਚੱਕ ਲੋ ਕਿਸੇ ਇੱਕ ਦੇ ਬਾਰੇ ਸਰਕਾਰ ਨੇ ਦੁਬਾਰਾ ਮੰਨ ਲਿਆ ਜੀ ਗੱਲ ਹੀ ਨਹੀਂ ਕੀਤੀ ਕੁਝ ਕੁਝ ਨਹੀਂ ਪੂਰਾ ਕੁਝ ਵੀ ਨਹੀਂ ਪੂਰਾ ਸਰਕਾਰ ਦਾ ਨਾਮ ਦੀ ਕੋਈ ਵੀ ਚੀਜ਼ ਨਹੀਂ ਸਾਡੀ ਸਰਕਾਰ ਜਿਹੜੀ 10 ਸਾਲ ਦੀ ਸੀਗੀ ਸਹੀ ਪੰਜਾਬ ਦੀ ਨੁਹਾਰ ਬਦਲੀ ਹੈ ਡਾਕਟਰ ਸਾਹਿਬ ਕੇ ਵੀ ਪੰਜਾਬ ਦੀ ਸਰਕਾਰ ਦੇ ਬਾਰੇ ਜਿਹੜਾ ਸਾ ਪੰਜਾਬ ਦਾ ਇਨਫਰਾਸਟ੍ਰਕਚਰ ਮੈਂ ਜਿਵੇਂ ਇਹ ਕਿਹਾ ਪੰਜਾਬ ਇਸ ਵੇਲੇ ਇੰਡਸਟਰੀ ਦੀ ਗਰੋਥ ਦੇ ਅਕਾਲੀ ਦਲ ਦੀ ਸਿਆਸੀ ਜ਼ਮੀਨ ਖਿਸਕ ਗਈ ਉਹਦਾ ਰੀਜ਼ਨ ਜਿਹੜਾ ਦੀ ਉਹ ਤੁਹਾਨੂੰ ਵੀ ਪਤਾ ਹੈ ਕਿ ਉਹ ਕੀ ਹੋਇਆ ਤੁਹਾਡੀ ਸਰਕਾਰ ਦੇ ਦੌਰਾਨ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਾਂ ਅਕਾਲ ਤਖਤ ਤੋਂ ਕੁਝ ਇਦਾਂ ਦੇ ਫੈਸਲੇ ਲਏ ਗਏ ਸਰਸੇ ਵਾਲੇ ਨੂੰ ਮਾਫ ਕਰਤਾ ਜੀ ਫਿਰ ਉਹ ਵਾਪਸ ਲੈ ਲਿਆ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਦੋ ਜਾਨੇ ਜਿਹੜੇ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਜਾਂਦੇ ਆ ਉਹਦਾ ਕੁਝ ਨਹੀਂ ਕੀਤਾ ਜਾਂਦਾ ਜੋਰਾ ਸਿੰਘ ਕਮਿਸ਼ਨ ਬਿਠਾ ਦਿੱਤਾ ਜਾਂਦਾ ਉਹਦੀ ਕਮਿਸ਼ਨ ਦੀ ਰਿਪੋਰਟ ਕਿੱਥੇ ਗਈ ਕਿਸੇ ਨੂੰ ਅੱਜ ਤੱਕ ਨਹੀਂ ਜਿਹੜਾ ਜੀ ਉਹ ਪਤਾ ਲੱਗਿਆ ਕੋਈ ਕਾਰਵਾਈ ਉਹਦੇ ਉੱਤੇ ਜਿਹੜੀ ਉਹ ਨਹੀਂ ਹੋਈ ਕੀ ਹੁੰਦਾ ਰਿਹਾ ਥਾਂ ਤਾਂ ਤੇ ਜਿੰਨੀ ਕ腐ਪਸ਼ਨ ਸਿਰ ਚੜ ਕੇ ਬੋਲਦੀ ਰਹੀ ਆ ਡੇਢ ਸਾਲ ਦੇ ਦੌਰਾਨ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਮੈਂ ਉਹਨੂੰ ਕੱਟਦਾ ਨਹੀਂ ਕਿ ਕਾਂਗਰਸ ਜਿਹੜੇ ਵਾਅਦੇ ਕਰਕੇ ਆਈ ਸੀਗੀ ਉਹ ਉਹਨਾਂ ਨੇ ਕੁਝ ਵੀ ਪੂਰਾ ਨਹੀਂ ਉਹਦੇ ਵਿੱਚੋਂ ਕੀਤਾ ਐਵੇਂ ਲਫਾਫੇ ਬਜਾਈਏ ਰੇਡੀਓ ਕਰ ਰਹੇ ਆ ਪਰ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਤੁਹਾਡੀ ਸਰਕਾਰ ਪ੍ਰਤੀ ਜਿਹੜੀ 10 ਸਾਲਾਂ ਦੀ ਗੱਠ ਜੋੜ ਦੀ ਸਰਕਾਰ ਸੀ ਉਹ ਕੱਟ ਨਹੀਂ ਹੋਇਆ ਦੇਖੋ ਮੈਂ ਤੁਹਾਡੀਆਂ ਤਿੰਨ ਚਾਰ ਗੱਲਾਂ ਤੁਸੀਂ ਉਠਾਈਆਂ ਭਾਰੀ ਬਾਰੀ ਦਾ ਜਵਾਬ ਦੇਣਾ ਹੈ ਪਹਿਲੀ ਗੱਲ ਜਿਹੜੀ ਤੁਸੀਂ ਕਹੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਮੈਂ ਸਮਝਦਾ ਕਿ ਉਹ ਬਹੁਤ ਹੀ ਮੰਦਭਾਗੀ ਘਟਨਾ ਸੀ ਥੋੜਾ ਸ਼ਾਰਟ ਰੱਖਣਾ ਆਪਣੇ ਟਾਈਮ ਹੁਣ ਔਰ ਪੂਰੀ ਦੁਨੀਆ ਚ ਜਿੱਥੇ ਵੀ ਪੰਜਾਬੀ ਵੱਸਦੇ ਨੇ ਉਹਨਾਂ ਲਈ ਉਹਨਾਂ ਦੇ ਹਿਰਦੇ ਨੂੰ ਵਲੁੰਧਰਨ ਵਾਲੀ ਉਹ ਘਟਨਾ ਸੀ ਕਿਉਂਕਿ ਸਾਡੀ ਸਾਰਿਆਂ ਦੀ ਆਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਪੰਜਾਬੀਆਂ ਦੀ ਵੀ ਹਰ ਹਿੰਦੁਸਤਾਨ ਦੇ ਬਹੁਤ ਵੱਡੇ ਵਰਗ ਦੀ ਹੈ ਜਿਹੜੇ ਪੰਜਾਬੀ ਨਹੀਂ ਵੀ ਹੈ ਔਰ ਇਸ ਪ੍ਰਕਾਰ ਨਾਲ ਪੰਜਾਬ ਚ ਸਾਡੀ ਸਰਕਾਰ ਦੇ ਹੁੰਦਿਆਂ ਉਹ ਜਿਹੜੀ ਬੇਅਦਬੀ ਹੋਈ ਹੈ ਉਹ ਸਾਰਿਆਂ ਸਾਡੇ ਦਿਲ ਤੇ ਵੀ ਉਸ ਗੱਲ ਦਾ ਸਾਡੀ ਆਤਮਾ ਤੇ ਬਹੁਤ ਬੋਝ ਹੈ ਉਸ ਗੱਲ ਦਾ ਕਿ ਉਹ ਬੇਅਦਬੀ ਸਾਡੀ ਸਰਕਾਰ ਦੇ ਸਮੇਂ ਹੋਈ ਔਰ ਤੁਹਾਡੀ ਮੈਂ ਇਸ ਗੱਲ ਨੂੰ ਕਿਸੇ ਤਰ੍ਹਾਂ ਨਾਲ ਸਹਿਮਤ ਵੀ ਹਾਂ ਕਿ ਅਨਫੋਰਚੂਨੇਟਲੀ ਕਿਆ ਲੋ ਅਸੀਂ ਉਹਨਾਂ ਘਟਨਾਵਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾ ਨਹੀਂ ਦੇ ਸਕੇ ਕਟਾਰੇ ਚ ਨਹੀਂ ਲਿਆ ਸਕੇ ਅਸੀਂ ਕਟਾਰੇ ਚ ਨਹੀਂ ਲਿਆ ਸਕੇ ਜੋ ਸਜ਼ਾ ਉਹਨਾਂ ਨੂੰ ਬੰਦੀ ਸੀ ਅਸੀਂ ਨਹੀਂ ਦੇ ਸਕੇ ਇਸ ਗੱਲ ਨੂੰ ਮੈਂ ਤੁਹਾਡੇ ਸਾਹਮਣੇ ਅੱਜ ਮੰਨਦਾ ਹਾਂ ਕਿ ਉਹ ਸਾਡੀ ਬਹੁਤ ਵੱਡੀ ਨਾਕਾਮੀ ਰਹੀ ਹੈ ਸਾਡੀ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਰਹੀ ਹੈ ਉਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਪੂਰੀ ਦੁਨੀਆ ਦੇ ਲੋਕ ਜਾਣਨਾ ਚਾਹੁੰਦੇ ਆ ਕਿ ਆਖਰ ਉਹ ਕੌਣ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਘਟਨਾਵਾਂ ਦੇ ਪਿੱਛੇ ਨੇ ਲੇਕਿਨ ਇਸ ਤੋਂ ਵੀ ਵੱਡਾ ਦੁਰਭਾਗ ਇਹ ਹੈ ਪੰਨੂ ਜੀ ਕਿ ਅੱਜ ਡੇਢ ਸਾਲ ਬੀਤ ਜਾਣ ਦੇ ਬਾਅਦ ਕਾਂਗਰਸ ਵੀ ਦੀ ਸਰਕਾਰ ਵੀ ਉਸ ਮਾਮਲੇ 'ਚ ਉਨੀ ਹੀ ਫੇਲ ਸਾਬਿਤ ਹੋਈ ਹੈ ਤੁਸੀਂ ਇੱਕ ਕਮਿਸ਼ਨ ਦਾ ਜ਼ਿਕਰ ਕੀਤਾ ਮੈਂ ਦੂਜੇ ਕਮਿਸ਼ਨ ਦਾ ਜ਼ਿਕਰ ਕਰ ਰਿਹਾ ਉਸ ਕਮਿਸ਼ਨ ਦੀ ਰਿਪੋਰਟ ਵੀ ਪੂਰੀ ਸਿਆਸਤ ਨਾਲ ਸਿਆਸੀ ਮੁਫਾਦਾ ਨਾਲ ਪ੍ਰੇਰਿਤ ਰਿਪੋਰਟ ਹੈ ਸਚਾਈ ਤੋਂ ਕੋਸਾਂ ਦੂਰ ਰਿਪੋਰਟ ਹੈ ਉਹ ਜਿਹੜੀ ਰਿਪੋਰਟ ਹੈ ਉਹ ਕੁਝ ਲੋਕਾਂ ਨੇ ਆਪਣੇ ਸਿਆਸੀ ਮੁਫਾਦਾ ਨੂੰ ਕਿਵੇਂ ਅੱਗੇ ਰੱਖਣਾ ਉਹ ਰੱਖ ਕੇ ਬਣਾਈ ਗਈ ਹੈ ਸੋ ਇਹ ਸਰਕਾਰ ਵੀ ਉਹਨੂੰ ਕਰਨ ਚ ਕੋਈ ਸਫਲ ਹੁੰਦੀ ਮੈਨੂੰ ਦਿਖ ਨਹੀਂ ਰਹੀ ਹੈ ਔਰ ਤੀਜੀ ਜਿਹੜੀ ਮੰਦਭਾਗੀ ਗੱਲ ਹੀ ਹੋਈ ਹੈ ਕਿ ਇਸ ਘਟਨਾ ਨੂੰ ਸਾਹਮਣੇ ਰੱਖ ਕੇ ਜਾਂ ਇਸ ਘਟਨਾ ਦਾ ਫਾਇਦਾ ਉਠਾ ਕੇ ਐਸੀਆਂ ਸ਼ਕਤੀਆਂ ਜਿਹੜੀਆਂ ਪੰਜਾਬ ਦੀ ਸ਼ਾਂਤੀ ਪੰਜਾਬ ਦੇ ਭਾਈਚਾਰੇ ਨੂੰ ਤੋੜਨਾ ਚਾਹੁੰਦੀਆਂ ਉਹਨਾਂ ਸ਼ਕਤੀਆਂ ਨੂੰ ਪੰਜਾਬ 'ਚ ਫੇਰ ਤੋਂ ਸક્રિય ਹੋਣ ਦਾ ਮੌਕਾ ਮਿਲ ਗਿਆ ਇਹ ਹੋਰ ਜ਼ਿਆਦਾ ਸਾਡੇ ਲਈ ਚਿੰਤਾ ਦੀ ਗੱਲ ਹੈ ਮੈਂ ਐਕਸਕਿਊਜ਼ ਨਹੀਂ ਲੈ ਰਿਹਾ ਇਹ ਕਿਹਨੂੰ ਕਹਿਣਾ ਚਾਹੁੰਦਾ ਮੈਂ ਐਕਸਕਿਊਜ਼ ਨਹੀਂ ਲੈ ਰਿਹਾ ਮੈਂ ਤਾਂ ਆਪਣੀ ਗਲਤੀ ਮੰਨ ਲਈ ਕਿਹਨੂੰ ਮੈਂ ਤਾਂ ਆਪਣੀ ਨਾਕਾਮੀ ਵੀ ਮੰਨ ਲਈ ਇਹਨਾਂ ਸ਼ਕਤੀਆਂ ਨੇ ਦੀਆਂ ਬਹੁਤ ਸਾਰੀਆਂ ਸ਼ਕਤੀਆਂ ਨੇ ਭਾਰਤ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਜਿਹੜੀਆਂ ਪੰਜਾਬ ਦੀ ਸ਼ਾਂਤੀ ਨੂੰ ਤੋੜਨਾ ਚਾਹੁੰਦੀਆਂ ਤੁਸੀਂ ਜਿਹੜੇ ਬਰਗਾੜੀ ਬੈਠੇ ਉਹਨਾਂ ਦੀ ਗੱਲ ਕਰਦੇ ਨਾ ਨਾ ਬਿਲਕੁਲ ਉਹਨਾਂ ਦੀ ਗੱਲ ਨਹੀਂ ਕਰਦੇ ਹੋ ਜੀ ਫਿਰ ਬਰਗਾੜੀ ਜਿਹੜੇ ਲੋਕ ਬੈਠੇ ਨੇ ਤੇ ਉਹਨੇ ਜਿਹੜੇ ਦੁਖੀ ਨੇ ਹਾਂ ਜਿਹੜੇ ਦੁਖੀ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਮੈਂ ਤਾਂ ਹੀ ਸੀ ਵੀ ਕਿਤੇ ਇਸ਼ਾਰਾ ਉਧਰ ਤਾਂ ਨਹੀਂ ਉਸਕਾ ਨਹੀਂ ਨਹੀਂ ਬਿਲਕੁਲ ਉਸ ਬਨੇ ਇਸ਼ਾਰਾ ਨਹੀਂ ਹੈ ਉਹ ਲੋਕ ਤੇ ਜ਼ਿਆਦਾਤਰ ਲੋਕ ਜਿਹੜੇ ਬਰਗਾੜੀ ਜਾ ਰਹੇ ਨੇ ਇਹ ਪਹਿਲਾਂ ਵੀ ਕਹੇ ਇਹ ਬਾਦਲ ਸਾਹਿਬ ਵਾਲਾ ਬਿਆਨ ਹੈ ਡਾਕਟਰ ਸਾਹਿਬ ਇਹ ਨਾ ਕਰੋ ਕਿ ਪੰਜਾਬ ਦੀ ਪੰਜਾਬ ਦੀ ਸ਼ਾਂਤੀ ਨੂੰ ਕੋਈ ਖਤਰਾ ਨਹੀਂਗਾ ਨਹੀਂ ਨਹੀਂ ਮੈਂ ਕਹਿ ਨਹੀਂ ਰਿਹਾ ਖਤਰਾ ਹੈ ਮੈਂ ਇਹ ਕਹਿ ਰਿਹਾ ਕਿ ਉਹਨਾਂ ਲੋਕਾਂ ਨੂੰ ਕਿਤੇ ਮੌਕਾ ਨਾ ਮਿਲ ਜਾਏ ਫੇਰ ਤੋਂ ਆਪਣੀ ਰਾਜਨੀਤਿਕ ਸاسي ਰੋਟੀਆਂ ਸੇਕਣ ਦਾ ਇਸ ਘਟਨਾ ਦਾ ਬਹਾਨਾ ਬਣਾ ਕੇ ਮੈਂ ਇਹ ਗੱਲ ਕਹਿ ਰਿਹਾ ਜਿਹੜੇ ਲੋਕ ਉੱਥੇ ਬੈਠੇ ਨੇ ਜਿਹੜੇ ਲੋਕ ਮੋਰਚਾ ਲਗਾ ਰਹੇ ਨੇ ਤੇ ਉਹੀ ਲੋਕ ਨੇ ਜਿਹੜੀ ਦੁਕੀਜੀ ਜੋਰਾ ਸਿੰਘ ਕਮਿਸ਼ਨ ਦੀ ਜੀ ਰਿਪੋਰਟ ਦੁਬਾਰਾ ਕੱਢ ਲਈ ਜਾਵੇ ਤੇ ਉਹਨਾਂ ਤੁਸੀਂ ਸਹਿਮਤ ਹੋਵੋਗੇ ਉਹ ਉਹ ਤੇ ਉਹਦੇ ਤੇ ਐਕਸ਼ਨ ਹੋ ਜਾਵੇ ਦੇਖੋ ਦੋਨਾਂ ਕਮਿਸ਼ਨਸ ਦੀ ਰਿਪੋਰਟ ਦੇ ਬਾਰੇ 'ਚ ਹੀ ਚਾਹੇ ਉਹ ਜੋਰਾ ਸਿੰਘ ਕਮਿਸ਼ਨ ਹੈ ਮੈਂ ਕਿਉਂਕਿ ਬਹੁਤ ਜ਼ਿਆਦਾ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੜਿਆ ਨਹੀਂ ਅਸਲੀ ਉਸਤੇ ਗੱਲ ਕਰਨੀ ਮੇਰੀ ਵਾajib ਨਹੀਂ ਬਣਦੀ ਹੈ ਇਸ ਵੇਲੇ ਲੇਕਿਨ ਮੈਂ ਜਿਹੜੀ ਗੱਲ ਤੇ ਆ ਰਿਹਾ ਤੁਹਾਨੂੰ ਮੈਂ ਫਿਰ ਜਿਹੜੀ ਬੇਨਤੀ ਬਾਰ-ਬਾਰ ਕਰ ਰਿਹਾ ਕਿ ਇਸ ਘਟਨਾ ਦੇ ਅਸਲੀ ਦੋਸ਼ੀਆਂ ਨੂੰ ਪਕੜਿਆ ਜਾਣਾ ਬਹੁਤ ਜ਼ ਔਰ ਹੁਣ ਕਿਉਂਕਿ ਸਾਡੀ ਸਰਕਾਰ ਤੇ ਹੈ ਨਹੀਂ ਅਸੀਂ ناکਾਮ ਰਏ ਚ ਕੋਈ ਸ਼ੱਕ ਨਹੀਂ ਹੈ ਔਰ ਸ਼ਾਇਦ ਉਹ ਬਹੁਤ ਵੱਡਾ ਕਾਰਨ ਸੀ ਕਿ ਅਸੀਂ ਦੁਬਾਰਾ ਚੋਣਾਂ ਜਿੱਤ ਕੇ ਵਾਪਸ ਨਹੀਂ ਆ ਸਕੇ ਇਹ ਵੀ ਇੱਕ ਵੱਡਾ ਕਾਰਨ ਸੀ ਜਿੱਤੇ ਹੋਰ ਵੱਡੇ ਕਾਰਨ ਰਹੇ ਹੋਣਗੇ ਲੇਕਿਨ ਹੁਣ ਜਿਹੜੀ ਸਰਕਾਰ ਹੈ ਮੌਜੂਦਾ ਉਹਨੂੰ ਅਸੀਂ ਬੇਨਤੀ ਕਰ ਰਹੇ ਹਾਂ بار بار ਕਿ ਤੁਸੀਂ ਇਸ ਵਿਸ਼ੇ ਤੇ ਪੋਲਿਟਿਕਸ ਨਾ ਕਰੋ ਸਿਆਸਤ ਨਾ ਕਰੋ ਇਹ ਵਿਸ਼ਾ ਸਿਆਸਤ ਦਾ ਨਹੀਂ ਹੈ ਇਹ ਵਿਸ਼ਾ ਸਿਆਸਤ ਤੋਂ ਉੱਪਰ ਉੱਠ ਕੇ ਕਿਉਂਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਸ ਸੈਂਟਰ ਦੇ ਵਿੱਚ ਸਿਰੇ ਤੇ ਲਾਓ ਸੈਂਟਰ 'ਚ ਤੁਸੀਂ ਬੈਠੇ ਹੋ ਨਾ ਜੀ ਗ੍ਰਹਿ ਮੰਤਰਾਲੇ ਕੋਲੇ ਇੰਨੀ ਪਾਵਰ ਹੈ ਜੀ ਕਿ ਉਹ ਕਿਸੇ ਨੂੰ ਵੀ ਸੱਦ ਕੇ ਸਰਕਾਰ ਨੂੰ ਕਹਿ ਸਕਦਾ ਕਿ ਦੋਸ਼ੀ ਇਨੇ ਚੰਦਰ ਹੋਣੇ ਚਾਹੀਦੇ ਆ ਇਹ ਕਿਹਾ ਜਾ ਰਿਹਾ ਹੈ ਕਿ ਗ੍ਰਹਿ ਮੰਤਰਾਲਾ ਆਪਣੇ ਜਿਹੜੇ ਨਾਲ ਤੁਹਾਡੇ ਸਾਥੀ ਨੇ ਇਥੋਂ ਵਾਲੇ ਉਹਨਾਂ ਨੂੰ ਬਚਾਉਣ ਦੇ ਵਾਸਤੇ ਮੌਜੂਦਾ ਸਰਕਾਰ ਤੇ ਪ੍ਰੈਸ਼ਰ ਪਾ ਰਿਹਾ ਵੀ ਇਹਨਾਂ ਦਾ ਵਾਲ ਨਹੀਂ ਵੰਗਾਉਣਾ ਚਾਹੀਦਾ ਦੇਖੋ ਐਸਾ ਬਿਲਕੁਲ ਨਹੀਂ ਹੈ ਇਹ ਸਿਰਫ ਆਪੋਜੀਸ਼ਨ ਦਾ ਦੁਸ਼ਪ੍ਰਚਾਰ ਹੈ ਫਿਰ ਫਿਰ ਗ੍ਰਹਿ ਮੰਤਰਾਲੇ ਨੇ ਦਖਲ ਕਿਉਂ ਨਾ ਦਿੱਤਾ ਤੁਸੀਂ ਕਿਹਾ ਇਹ ਪੂਰੀ ਪੂਰੇ ਮੁਲਕ ਦੇ ਵਿੱਚ ਇਹਨੂੰ ਮੰਨਣ ਵਾਲੇ ਲੋਕ ਲੋ ਐਂਡ ਆਰਡਰ ਜਿਹੜਾ ਹੈ ਨੂੰ ਜੀ ਤੁਹਾਨੂੰ ਵੀ ਪਤਾ ਹੈ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਸ ਸੰਵਿਧਾਨ ਕੁਝ ਤਾਕਤਾਂ ਕੇਂਦਰ ਨੂੰ ਦਿੰਦਾ ਹੈ ਕੁਝ ਤਾਕਤਾਂ ਰਾਜਾਂ ਨੂੰ ਦਿੰਦਾ ਹੈ ਔਰ بار-बार ਇਹ ਗੱਲ ਹੁੰਦੀ ਵੀ ਰਹੀ ਹੈ ਔਰ ਮੋਦੀ ਜੀ ਵੀ ਕਹਿੰਦੇ ਰਿਹਾ ਕਿ ਅਸੀਂ ਇਸ ਸਟਰਕਚਰ ਨੂੰ ਮਜ਼ਬੂਤ ਕਰਨਾ ਹੈ ਅਸੀਂ ਕੋਈ ਯੂਨੀਲੇਟਰਲ ਸੈਂਟਰ ਦੀ ਪਾਵਰ ਹੋ ਜਾਏ ਐਸਾ ਨਹੀਂ ਕਰਨਾ ਹੈ ਜਾਨਦੇ ਜਾਨੇ ਇਸ ਲਈ ਲਾਅ ਐਂਡ ਆਰਡਰਸ ਰਾਜ ਦੀ ਸਥਿਤੀ ਹੈ ਔਰ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਅਪੀਲ ਕਰਾਂਗੇ ਕਿ ਉਹ ਜਲਦੀ ਤੋਂ ਜਲਦੀ ਦੋਸ਼ੀਆਂ ਦੇ ਉੱਤੇ ਕਾਰਵਾਈ ਕਰ ਮੈਂ ਜੋ ਵੀ ਸਹੀ ਦੱਸਦਾ ਬੇ ਕਹਿਣਾ ਕਿ ਇਹ ਤੁਹਾਡਾ ਗੱਠਜੋੜ جاری ਰਹੂਗਾ 9 ਮਾਸ ਦਾ ਰਿਸ਼ਤਾ ਹਾਂ ਜੀ ਨਾ ਬਿਲਕੁਲ ਜਾਰੀ ਰਹੇਗਾ ਜੀ ਦਰੀ ਰਹੂਗਾ ਜੀ ਟਿਲ ਜਿੰਨਾ ਚਿਰ ਤੱਕ ਪ੍ਰਕਾਸ਼ ਸਿੰਘ ਬਾਦਲਹੁਰੀ ਜਿਹੜਾ ਅਕਾਲੀ ਦਲ ਦੇ ਵਿੱਚ ਮੌਜੂਦ ਨੇ ਦੇਖੋ ਐਸਾ ਕੋਈ ਸਾਡਾ ਕੋਈ ਅਲਾਈਅੰਸ ਕੋਈ ਐਸਾ ਸ਼ਰਤਾਂ ਵਾਲਾ ਅਲਾਈਅੰਸ ਨਹੀਂ ਹੈ ਫਿਲਹਾਲ ਅਕਾਲੀ ਭਾਜਪਾ ਦਾ ਜਿਹੜਾ ਗੱਲ ਹੋ ਰਿਹਾ ਉਹ ਬਿਨਾਂ ਸ਼ਰਤ ਗੱਠ ਜੋੜਾ ਹੈ ਮਜ਼ਬੂਤ ਗੱਠ ਜੋੜਾ ਹੈ ਟ੍ਰਾਈਡ ਐਂਡ ਟੈਸਟਡ ਅਲਾਈ ਹੈ ਸਾਡਾ ਉਹ ਔਰ ਜਿਹੜੀ ਤੁਸੀਂ ਆਪਣੇ ਗੱਲ ਕਹੀ ਸੀ ਫਿਲਹਾਲ ਅਸੀਂ ਲੋਕ ਸਭਾ ਦੀਆਂ ਚੋਣਾਂ ਇਕੱਠੇ ਹੋ ਕੇ ਲੜਾਂਗੇ ਔਰ ਬੜੇ ਅੱਛੇ ਤਰੀਕੇ ਨਾਲ ਪੰਜਾਬ ਚ ਅਸੀਂ ਜਿੱਤ ਕਰਕੇ ਅੱਛਾ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਔਰ ਬੇਵਾਕੀ ਦੇ ਨਾਲ ਸਵਾਲਾਂ ਦੇ ਜਵਾਬ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਤੁਹਾਡੇ ਮਾਧਮ ਨਾਲ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਅਸਨ ਡਾਕਟਰ ਸੁਭਾਸ਼ ਸ਼ਰਮਾ ਜਿਹੜੇ ਕਿ ਸੈਕਟਰੀ ਨੇ ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫਤੇ ਇੱਕ ਵਾਰੀ ਫੇਰ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਊਗੀ ਤਦ ਤੱਕ ਲਈ ਇਜਾਜ਼